South Asian Canadian channel. Hi, this is Priyanka Chopra and you are watching Channel Y. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. Television. You are watching Channel Y. Channel Y. Prime Minister, welcome. It's a pleasure to be back. Online, SouthAsianDaily.com. The biggest South Asian media group, Y Media. Hi, this is Priyanka Chopra and you're watching Channel Y. This part of the program is brought to you by Midweek Newspaper, published every Tuesday. ਚੇਤਨਾ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਨੰਦ ਸਿੰਘ ਆਜਲਾ ਵੱਲੋਂ ਨਿੱਘਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਹਿਮਾਨ ਨੇ ਜੀ ਡਾਕਟਰ ਸੁਰਜੀਤ ਸਿੰਘ ਭੱਟੀ, ਇਹ ਪੰਜਾਬ ਤੋਂ ਆਏ ਜੀ ਇੱਥੇ ਵਿਜ਼ਿਟ ਕਰਨ ਦੇ ਲਈ, ਅਤੇ ਉਹਨਾਂ ਦੇ ਨਾਲ ਪਿਆਰਾ ਸਿੰਘ ਗੁੱਦੋਵਾਲ ਜੀ ਨੇ। ਅਸੀਂ ਅੱਜ ਇਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜੀ, ਪੰਜਾਬ ਦੇ ਹਾਲਾਤਾਂ ਦੇ ਬਾਰੇ 'ਚ ਗੱਲਬਾਤ, ਇੰਡੀਆ ਦੇ ਬਾਰੇ 'ਚ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਡਾਕਟਰ ਭੱਟੀ ਸਾਹਿਬ ਉਹਨਾਂ ਦੇ ਨਾਲ ਕੋਈ ਸਵਾਲ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ ਜਿਹੜਾ ਜੀ ਸਕਰੀਨ 'ਤੇ ਆ ਰਿਹਾ, ਪਿਆਰਾ ਸਿੰਘ ਗੁੱਦੋਵਾਲ ਜੀ ਵੈਸੇ ਸਾਡੇ ਸਟੂਡੀਓ ਦੇ ਵਿੱਚ ਅੱਜ ਪਹਿਲੀ ਵਾਰ ਆਏ ਨੇ ਜੀ, ਉੱਦਾਂ ਸੋਸ਼ਲੀ ਤੌਰ 'ਤੇ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਰਗਰਮ ਨੇ ਜੀ, ਇੱਥੇ ਰਾਈਟਰ ਨੇ, ਲਿਖਦੇ ਵੀ ਨੇ, ਅਤੇ ਹੋ ਸਕਦਾ ਜੀ ਮੌਕਾ ਮਿਲਿਆ ਇੱਕ ਨਾ ਦੀ ਇਹਨਾਂ ਦੀ ਕੋਈ ਕਵਿਤਾ ਵੀ ਇਹਨਾਂ ਤੋਂ ਸੁਣਾਂਗੇ। ਅਤੇ ਲਓ ਬੁਲਾਉਣ ਜਾ ਰਹੇ ਹਾਂ ਜੀ ਸਾਡੇ ਗੈਸਟ ਦੇ ਨਾਲ, ਗੱਲਬਾਤ ਤੁਹਾਡੀ ਕਰਾਉਣ ਜਾ ਰਿਹਾ, ਜੇ ਤੁਹਾਡਾ ਕੋਈ ਸਵਾਲ ਹੋਇਆ ਜ਼ਰੂਰ ਤੁਸੀਂ ਵੀ ਆਪਣੀ ਇਨਪੁੱਟ ਪਾ ਸਕਦੇ ਹੋ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਰਨਾਰ ਸਿੰਘ, ਸਾਰੇ ਪੰਜਾਬੀ ਪਿਆਰਿਆਂ ਨੂੰ, ਬ੍ਰਹਮਟਨ ਵਾਸੀਆਂ ਨੂੰ, ਪ੍ਰਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਿਆਰਾ ਸਿੰਘ ਜੀ ਗੁੱਦੋਵਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਨਾਰ ਸਿੰਘ ਜੀ ਔਜਲਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇੱਥੇ ਟੀ ਵੀ 'ਤੇ ਆਉਣ ਦਾ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ, ਔਰ ਸਾਰੇ ਹੀ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਨੂੰ ਜੀ। ਡਾਕਟਰ ਸਾਹਿਬ ਪਹਿਲਾਂ ਸਵਾਲ ਇਹੀ ਕਰਦੇ ਹਾਂ ਜੀ, ਜਦੋਂ ਕਈ ਵਾਰੀ ਗੱਲ ਚੱਲਦੀ ਹੈ ਆਪਾਂ ਡਾਕਟਰ ਲਫ਼ਜ਼ ਜਦੋਂ ਯੂਜ਼ ਕਰਦੇ ਹਾਂ ਜੀ, ਕਈ ਵਾਰੀ ਸਾਡੇ ਦਰਸ਼ਕਾਂ ਨੂੰ ਹੋ ਜਾਂਦਾ ਵੀ ਸ਼ਾਇਦ ਕੋਈ MBBS ਡਾਕਟਰ ਨੇ ਜਾਂ ਕਿਸ ਗੱਲ ਦਾ ਇਲਾਜ ਕਰਦੇ, ਕਈ ਵਾਰੀ ਸਾਨੂੰ ਫੋਨ ਵੀ ਆ ਜਾਂਦਾ ਜੀ ਕੋਈ ਐਸੀ ਦਵਾਈ ਵਗੈਰਾ ਇਹਨਾਂ ਤੋਂ ਪੁੱਛ ਲਈਏ, ਅਤੇ ਇੱਕ ਡਾਕਟਰ ਹੁੰਦੇ ਜੀ ਜਿਹੜੇ PhD ਕਰਦੇ ਆ, ਹੈ ਨਾ, ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਵੱਧ ਦੱਸ ਸਕਦੇ ਹੋ, ਤੁਸੀਂ ਇਹਦੇ ਬਾਰੇ 'ਚ ਜ਼ਰੂਰ ਥੋੜ੍ਹਾ ਚਾਨਣਾ ਪਾਓ। ਇਹ ਸਰਨਾਰ ਸਿੰਘ PhD ਦੀ ਡਿਗਰੀ ਹੈ ਜਿਹੜੀ, ਇਹਦਾ ਬੁਨਿਆਦੀ ਤੌਰ 'ਤੇ ਅਰਥ ਹੈ ਡਾਕਟਰੇਟ ਆਫ ਫਿਲਾਸਫੀ ਜੀ। ਇਹ MA ਕਰਨ ਤੋਂ ਬਾਅਦ, MPhil ਕਰਨ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ ਜੀ। ਪਰ ਸਾਡੀ ਬਦਕਿਸਮਤੀ ਕਹਿ ਲਓ ਪਛੜੇ ਦੇਸ਼ਾਂ ਦੇ ਵਿੱਚ, ਅਸੀਂ ਡਾਕਟਰ ਉਹਨੂੰ ਹੀ ਮੰਨਦੇ ਹਾਂ ਜਿਹੜੇ ਬਿਮਾਰੀਆਂ ਦਾ ਇਲਾਜ ਕਰਦੇ। ਬਿਲਕੁਲ, ਇਸ ਕਰਕੇ ਅਸੀਂ ਇਕੱਲਾ ਸਾਹਿਤ ਦੇ ਵਿੱਚ ਨਹੀਂ, ਸਾਇੰਸ ਦੇ ਵਿੱਚ ਵੀ ਲੋਕ ਡਾਕਟਰੇਟ ਹੈਗੇ ਜੀ। ਜਿੰਨੇ ਵੀ ਸਾਡੇ ਕੋਲ ਵਿੱਦਿਆ ਦੇ ਖੇਤਰ ਨੇ, ਟੈਕਨੋਲੋਜੀ ਦੇ ਵਿੱਚ ਨੇ ਹਾਂਜੀ, ਕੋਈ ਹੈ ਚਾਹੇ ਲਿਟਰੇਚਰ ਹੈ ਚਾਹੇ ਆਰਟਸ ਨੇ, ਇਹਦਾ ਜਿੰਨਾ ਜਾਣੀ ਵਿੱਦਿਆ ਦਾ ਖੇਤਰ ਵਿਸ਼ਾਲ ਹੈ, ਉਨੇ ਕਿਸਮ ਦੇ ਉਨੇ ਵਿਸ਼ਿਆਂ ਦੇ ਡਾਕਟਰੇਟ ਹੋ ਸਕਦੇ ਆ ਜੀ। ਪਰ ਸਾਡੀ ਤੁਸੀਂ ਗੱਲ ਬੜੀ ਵਧੀਆ ਕੀਤੀ, ਮੈਂ ਅਤੇ ਡਾਕਟਰ ਰਵਿੰਦਰ ਸਿੰਘ ਰਵੀ ਇੱਕ ਵਾਰ ਬੱਸ 'ਚ ਜਾ ਰਹੇ ਸੀ, ਮੇਰੇ ਉਹ ਟੀਚਰ ਸੀ, ਤਲਵੰਡੀ ਸਾਬੋ ਸਾਹਿਤਕ ਪ੍ਰੋਗਰਾਮ ਸੀ, ਮੈਂ ਉਹਨਾਂ ਨੂੰ ਵਾਰ ਵਾਰ ਵੀ ਡਾਕਟਰ ਸਾਹਿਬ ਆਹ ਗੱਲ ਕਿਵੇਂ ਹੋਈ, ਆਹ ਗੱਲ ਕਿਵੇਂ ਹੋਈ। ਸਾਡੇ ਮਗਰ ਇੱਕ ਬੰਦਾ ਬੈਠਾ ਸੀ, ਉਹ ਤਾਜ਼ੀ ਦਵਾਈ ਲੈ ਕੇ ਆਇਆ ਸੀ, ਉਹਨੂੰ ਲੱਗਿਆ ਵੀ ਯਾਰ ਬੱਸ 'ਚ ਬੈਠੇ ਡਾਕਟਰ ਨੇ ਜਿਹੜੇ ਨੂੰ ਬਾਹਲੇ ਡਾਕਟਰ ਕਹੀ ਜਾਂਦੇ ਨੇ, ਇਹ ਕੋਈ ਜ਼ਿਆਦਾ ਹੀ ਸਿਆਣਾ ਹੋਣਾ। ਉਹ ਪਰਚੀ ਦਿਖਾ ਕੇ ਡਾਕਟਰ ਸਾਹਿਬ ਨੂੰ ਕਹਿੰਦਾ, ਡਾਕਟਰ ਸਾਹਿਬ ਆਹ ਦਵਾਈ ਦੇਖਿਓ। ਮੈਂ ਸੋਚਾਂ ਵੀ ਡਾਕਟਰ ਸਾਹਿਬ ਇਹਦਾ ਕੀ ਜਵਾਬ ਦੇਣਗੇ, ਉਹਦੇ ਵੀ ਬਾਪ ਨਿਕਲੇ, ਪਰਚੀ ਦੇਖ ਕੇ ਕਹਿੰਦੇ ਜਿਹੜੀ ਤੈਨੂੰ ਸਵੇਰੇ ਗੋਲੀ ਕਿਹਾ ਨਾ, ਉਹ ਥੋੜ੍ਹਾ ਜਿਹਾ ਰੋਟੀ ਖਾਣ ਤੋਂ ਬਾਅਦ ਪਾਣੀ ਨਾਲ ਖਾ ਲਿਆ ਕਰ। ਸੋ ਇਸ ਤਰ੍ਹਾਂ ਹੋ ਜਾਂਦਾ। ਡਾਕਟਰੇਟ ਜਾਂ ਡਾਕਟਰ ਹਰੇਕ ਬੰਦੇ ਨੂੰ ਕਿਹਾ ਨਹੀਂ ਜਾਣਾ ਚਾਹੀਦਾ। ਵੈਸੇ ਤਾਂ ਬਹੁਤੇ ਸਿਆਣੇ ਲੋਕ ਤਾਂ ਆਪਣੇ ਨਾਂ ਨਾਲ ਵੀ ਲਿਖਦੇ ਨੇ ਡਾਕਟਰ ਨਾਹਰ ਸਿੰਘ, ਯਾਨੀ ਤੁਸੀਂ ਚੰਗੇ ਵਿਦਵਾਨਾਂ ਦੀ ਕਿਤਾਬਾਂ 'ਤੇ ਕਦੇ ਡਾਕਟਰ ਨਹੀਂ ਲਿਖਿਆ ਦੇਖੋਗੇ। ਮੇਰੇ ਵਰਗੇ ਜਿਹੜੇ ਵਿਚਾਰਿਆਂ ਨੂੰ ਯਕੀਨ ਨਹੀਂ ਹੁੰਦਾ ਜ਼ਰੂਰ ਲਿਖ ਲੈਂਦੇ ਨੇ। ਲੇਕਿਨ ਇਹ ਯੂਨੀਵਰਸਿਟੀਆਂ ਦੇ ਵੱਲੋਂ ਇੱਕ ਬਹੁਤ ਹੀ ਕਹਿ ਲਓ ਮਹੱਤਵਪੂਰਨ ਡਿਗਰੀ ਹੈ, ਤਾਂ ਕੋਈ ਜ਼ਰੂਰੀ ਨਹੀਂ ਇਹ ਡਿਗਰੀ PhD ਕਰਕੇ ਮਿਲੇ।
ਕਈ ਬੰਦੇ ਕਿਸੇ ਹੋਰ ਖੇਤਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ, ਉਹਨਾਂ ਨੂੰ ਯੂਨੀਵਰਸਿਟੀਆਂ ਮਾਣ ਵਜੋਂ ਦੇ ਦਿੰਦੀਆਂ ਨੇ, ਕਿਉਂਕਿ ਸਾਡੇ ਜੇ ਇੱਥੋਂ ਜਿਹੜੇ ਪ੍ਰੀਮੀਅਰ ਬਣੇ ਜਾਂ ਹੋਰ ਕਈ ਵਾਰੀ ਬੰਦਾ ਕਿਸੇ ਪਦਵੀ ਤੇ ਪਹੁੰਚਿਆ, ਕਈ ਵਾਰੀ ਯੂਨੀਵਰਸਿਟੀ ਤੋਂ ਪੜ੍ਹਿਆ ਹੁੰਦਾ, ਮਾਣ ਨਾਲ ਉਹਨਾਂ ਨੂੰ ਬਿਲਕੁਲ ਡਿਗਰੀ ਵੀ ਦੇ ਦਿੰਦੇ। ਈਵਨ ਜਿਹੜੇ ਪਹਿਲਾਂ ਪੜ੍ਹੇ ਲਿਖੇ ਹੁੰਦੇ ਨੇ ਜਿਵੇਂ ਡਾਕਟਰ ਅਬਦੁਲ ਕਲਾਮ ਸਾਹਿਬ ਸੀਗੇ ਸਾਡੇ ਰਾਸ਼ਟਰਪਤੀ, ਬੜੇ ਵੱਡੇ ਵਿਦਵਾਨ ਸੀ, ਉਹਨਾਂ ਨੂੰ ਬਹੁਤ ਯੂਨੀਵਰਸਿਟੀਆਂ ਨੇ, ਸਾਡੇ ਡਾਕਟਰ ਜੌਹਲ ਵਾਈਸ ਚਾਂਸਲਰ ਰਹੇ ਨੇ, ਹੁਣ ਉਹਨਾਂ ਨੂੰ ਹੋਰ ਯੂਨੀਵਰਸਿਟੀਆਂ ਤੋਂ ਮਿਲ ਜਾਂਦੀ ਹੈ। ਸੋ ਇਹ ਇੱਕ ਤਰ੍ਹਾਂ ਦਾ ਮਾਣ ਹੈ। ਡਾਕਟਰ ਸੋਭਾ ਸਿੰਘ ਚਿੱਤਰਕਾਰ ਸੀਗੇ, ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹ ਡਾਕਟਰੇਟ ਦੀ ਡਿਗਰੀ ਦਿੱਤੀ। ਇਹਨੂੰ ਸਮਝਣ ਦੀ ਲੋੜ ਹੈ, ਇੱਕ ਮਾਣ ਹੈ, ਲੇਕਿਨ ਯੂਨੀਵਰਸਿਟੀ ਵੱਲੋਂ ਦਿੱਤਾ ਹੋਇਆ ਮਾਣ ਹੀ ਡਾਕਟਰ ਖਵਾਉਣ ਦੇ ਯੋਗ ਹੈ। ਹਰ ਬੰਦਾ ਜਿਹੜਾ ਜਾਂ ਮੈਡੀਕਲੀ ਪ੍ਰੋਫੈਸ਼ਨ ਦੇ ਵਿੱਚ MBBS ਕੀਤੀ ਹੋਵੇ, MS ਕੀਤੀ ਹੋਵੇ, MD ਕੀਤੀ ਹੋਵੇ, ਉਹਨੂੰ ਆਪਾਂ ਡਾਕਟਰ, ਆਪਣੇ ਜਿਹੜੇ ਕਈ ਵਾਰੀ ਪਿੰਡਾਂ 'ਚ ਬੈਠੇ ਹੁੰਦੇ ਜੀ, ਉਹਨਾਂ ਦੀ ਵੈਲ ਪਾ ਦਿੰਦੇ ਉਹ ਲਗਾਤਾਰ। ਹਾਂਜੀ ਹਾਂ, ਝੋਲਾ ਆ ਕੇ ਵੀ ਉਹ ਡਾਕਟਰ ਹੀ ਰਹਿੰਦੇ ਬਾਹਰ। ਸਰਨਾਰ ਸਿੰਘ ਆਪਾਂ ਉਹਨਾਂ ਨੂੰ ਜਿਹਨਾਂ ਨੂੰ ਲੋਕ ਝੋਲਾ ਛਾਪ ਕਹਿੰਦੇ ਨੇ, ਸਾਡੀਆਂ ਮਾਵਾਂ ਤਾਂ ਹੁਣ ਵੀ ਉਹਨਾਂ ਨੂੰ ਡਾਕਟਰ ਕਹਿੰਦੀਆਂ ਨੇ। ਮਾਨਸਿਕ ਤੌਰ 'ਤੇ ਅਸੀਂ ਇੰਨੇ ਬੱਝੇ ਹੋਏ ਹਾਂ ਵੀ ਭਾਈ, ਸਾਡੇ ਪਿੰਡ ਇੱਕ ਡਾਕਟਰ ਸੀ ਡਾਕਟਰ ਬਲਦੇਵ ਸਿੰਘ, ਬੇਬੇ ਨੇ ਕਹਿਣਾ ਮੈਨੂੰ ਤਾਂ ਬਲਦੇਵ ਡਾਕਟਰ ਦੀ ਦਵਾਈ ਨਾਲ ਆਰਾਮ ਆਉਣਾ। MBBS ਵੀ ਉੱਥੇ ਫੇਲ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਵਿਸ਼ਵਾਸ ਜੁੜਿਆ ਹੁੰਦਾ। ਬਿਲਕੁਲ। ਸੋ ਇਹਨਾਂ ਗੱਲਾਂ 'ਚ ਫਰਕ ਕਰਨ ਦੀ ਲੋੜ ਹੈ। ਜਦੋਂ ਆਪਾਂ ਕੋਈ ਵੀ ਸ਼ਬਦ ਵਰਤਦੇ ਹਾਂ ਉਹਨੂੰ ਠੀਕ ਪ੍ਰਸੰਗ ਦੇ ਵਿੱਚ ਠੀਕ ਥਾਂ 'ਤੇ ਵਰਤਿਆ ਜਾਣਾ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਜਿਹੜਾ ਨਾ ਲੱਗੇ। ਕਿ ਡਾਕਟਰ ਸਾਹਿਬ ਜਿਸ ਤਰ੍ਹਾਂ ਹੁਣ ਤੁਸੀਂ ਇਹ ਗੱਲ ਕੀਤੀ ਹੈ, ਵੈਸੇ PhD ਕਰਨ ਦੇ ਨਾਲ ਤਾਂ ਨਹੀਂ ਬਹੁਤ ਜ਼ਿਆਦਾ ਗਿਆਨ ਵੱਧਦਾ, ਲੇਕਿਨ PhD ਕਰਨ ਦੇ ਨਾਲ ਇੱਕ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਕੀ ਤੁਹਾਨੂੰ ਲੱਗਦਾ ਕਿ ਜਿਹੜੇ ਅਲੱਗ ਅਲੱਗ ਵਿਸ਼ਿਆਂ ਦੇ ਵਿੱਚ ਜਿੱਦਾਂ ਮਤਲਬ ਈਵਨ ਲਿਟਰੇਚਰ ਦੇ ਵਿੱਚ ਵੀ ਲੋਕ PhD ਕਰਦੇ ਨੇ ਅਤੇ ਉਹ ਡਾਕਟਰ ਖਵਾਉਂਦੇ ਆ, ਅਤੇ ਉਹ ਕੀ ਆਪਣੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿੱਚ ਜਾਂ ਕਾਲਜ ਵਿੱਚ ਜਿੱਥੇ ਵੀ ਉਹ ਪੜ੍ਹਾਉਂਦੇ ਆ, ਉਹਨਾਂ ਦੀ ਜਿਹੜੀ ਪਕੜ ਹੈ ਸਮਾਜ ਪ੍ਰਤੀ ਜਾਂ ਆਪਣੇ ਵਿਸ਼ੇ ਪ੍ਰਤੀ, ਉਹ ਜ਼ਿਆਦਾ ਵਿਸਤ੍ਰਿਤ ਜਾਂ ਜ਼ਿਆਦਾ ਵਧੀਆ ਹੋ ਸਕਦੀ ਕਿ ਉਹ ਵਧੀਆ ਸੇਧ ਦੇ ਸਕਦੇ ਨੇ ਆਪਣੇ ਸਟੂਡੈਂਟਸ ਨੂੰ? ਬਹੁਤ ਹੀ ਅੱਛਾ ਸਵਾਲ ਹੈ ਤੁਹਾਡਾ। ਇਹ ਸਾਡੇ ਵਿੱਦਿਅਕ ਸਿਸਟਮ ਵੱਲੋਂ ਦਿੱਤੀਆਂ ਜਾਣ ਵਾਲੀਆਂ ਡਿਗਰੀਆਂ ਦੇ ਨਾਲ ਸੰਬੰਧਿਤ ਹੈ। ਆਮ ਤੌਰ 'ਤੇ ਡਿਗਰੀ ਦਾ ਮਤਲਬ ਤਾਂ ਇਹੀ ਹੈ ਕਿ ਬੰਦਾ ਪੂਰੀ ਤਰ੍ਹਾਂ ਇਸ ਗੱਲ ਦੇ ਯੋਗ ਹੈ ਕਿ ਆਪਣੇ ਖੇਤਰ ਦੇ ਵਿੱਚ ਉਹਨੇ ਬਹੁਤ ਵੱਡਾ ਅਤੇ ਨਵਾਂ ਕੰਮ ਕੀਤਾ ਹੈ ਜੀ। ਪਰ ਅੱਜ ਕੱਲ੍ਹ ਜਿਹੜੀਆਂ ਫਸਲਾਂ ਸਾਡੀ ਮੰਡੀ 'ਚ ਆ ਰਹੀਆਂ ਨੇ, ਉਹ ਤਾਂ ਹੁਣ ਤੁਸੀਂ ਹੈਰਾਨ ਹੋਵੋਗੇ, ਬਹੁਤ ਲੋਕ ਐਸੇ ਨੇ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ PhD ਕੀਤੀ ਹੁੰਦੀ ਹੈ ਅਤੇ ਜਲਦ ਬਦਲ ਕੇ ਕਿਸੇ ਹੋਰ ਯੂਨੀਵਰਸਿਟੀ 'ਚ PhD ਕਰ ਲੈਂਦੇ ਆ। ਇਹਦੇ ਬਾਰੇ ਤਾਂ ਜੀ ਹੁਣ ਬੜੀ ਚਰਚਾ ਹੋ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਜਦੋਂ ਕੋਈ ਸਿਸਟਮ, ਇੱਕ ਮੈਂ ਹਰਿਆਣੇ ਦਾ ਚੌਧਰੀ ਨੇਤਾ ਬੋਲ ਰਿਹਾ ਸੀ, ਬਾਗੜੀ ਸੀ ਉਹਦਾ ਨਾਂ, ਉਹ ਕਹਿੰਦਾ ਜਦੋਂ ਧਰਤੀ ਦਾ ਪਾਣੀ ਉਹ 'ਚ ਖਰਾਬੀ ਆ ਜਾਵੇ ਨਾ, ਵੀ ਚਾਹੇ ਨਲਕਾ ਲਾ ਕੇ ਕੱਢ ਲਓ ਚਾਹੇ ਮੋਟਰ ਲਾ ਕੇ ਕੱਢ ਲਓ, ਪਾਣੀ ਖਰਾਬ ਹੀ ਹੋਣਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਲੋਕ PhD ਕਰਦੇ ਆਪਣੇ ਖੇਤਰ ਦੇ ਵਿੱਚ ਮਿਹਨਤ ਕਰਦੇ ਆ ਉਹਨਾਂ ਦਾ ਆਪਣੇ ਖੇਤਰ ਦੇ ਵਿੱਚ ਯੋਗਦਾਨ ਘੱਟ ਹੋਵੇ। ਬਹੁਤ ਨੇ ਪਰ ਉਹ ਥੋੜ੍ਹੇ ਨੇ, ਉਹ ਗਿਣਤੀ ਦੇ ਬੰਦੇ ਨੇ। ਜੇ ਹੁਣ ਪਿਛਲੇ 150 ਸਾਲ ਦੇ ਵਿੱਚ ਸਾਡੇ PhD ਬੰਦਿਆਂ ਦਾ ਮੁਲਾਂਕਣ ਅੱਜ ਕਰੀਏ ਤਾਂ ਤੁਹਾਨੂੰ 20 ਜਾਂ 30 ਥੀਸਿਸ ਮਿਲਣਗੇ ਹਰੇਕ ਫੀਲਡ ਦੇ ਵਿੱਚੋਂ ਜਿਨ੍ਹਾਂ ਨੇ ਕੋਈ ਵੱਡਾ ਕੰਮ ਕੀਤਾ। ਨਹੀਂ ਤਾਂ ਜਿਵੇਂ MA ਪਾਸ ਕਰਦੇ ਹਾਂ ਉਵੇਂ MPhil ਪਾਸ ਕਰਦੇ ਹਾਂ, ਉਸੇ ਤਰ੍ਹਾਂ PhD ਪਾਸ ਕਰਦੇ ਹਾਂ। ਸੋ ਇਹ ਇੱਕ ਵੱਡਾ ਮਸਲਾ ਹੈ, ਆਪਾਂ ਇਹਨੂੰ ਇੱਥੇ ਹੀ ਸੰਤੋਖ ਦਈਏ। ਲੇਕਿਨ ਇਹ ਹੈ ਵੀ PhD ਜੇ ਆਪਾਂ ਜ਼ਿੰਮੇਵਾਰੀ ਨਾਲ ਕਰਦੇ ਹਾਂ ਤਾਂ ਉਸ ਫੀਲਡ ਦੇ ਵਿੱਚ ਦੇਖੋ ਪਹਿਲਾਂ ਕੀ ਕੰਮ ਹੋਇਆ ਜੀ, ਪਹਿਲਾਂ ਉਹਦਾ ਸਰਵੇ ਹੁੰਦਾ, ਉਹਨਾਂ ਕੰਮਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਘਾਟਾਂ ਨਹੀਂ ਮੈਂ ਆਪਾਂ ਕਹਿ ਸਕਦੇ ਕਿਹੜੀਆਂ ਕਿਹੜੀਆਂ ਸਾਈਡਸ ਨੇ ਜਿਹੜੀਆਂ, ਕਿਹੜੀ ਕਿਹੜੀਆਂ ਚੀਜ਼ਾਂ ਰਹਿ ਗਈਆਂ, ਕਿਹੜੇ ਕਿਹੜੇ ਪੱਖਾਂ 'ਤੇ ਗੱਲ ਹੋਰ ਹੋਣ ਵਾਲੀ ਸੀ, ਫਿਰ ਉਹ ਪਛਾਣ ਕੀਤੀ ਜਾਂਦੀ ਹੈ। ਪਛਾਣ ਕਰਨ ਤੋਂ ਬਾਅਦ ਫਿਰ ਉਸ ਖੇਤਰ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਦੂਜੀਆਂ ਥਾਵਾਂ 'ਤੇ ਹਿਸਟਰੀ ਦੇ ਵਿੱਚ, ਕਲਚਰ ਦੇ ਵਿੱਚ, ਬਹੁਤ ਸਾਰੀਆਂ ਥਾਵਾਂ 'ਤੇ ਸੰਸਾਰ ਦੇ ਵਿੱਚ ਨਵਾਂ ਕੰਮ ਹੋ ਰਿਹਾ। ਅੱਜ ਸਾਈਕੋਲੋਜੀ, ਅੱਜ ਮੈਡੀਸਨ ਜਾਂ ਮੈਡੀਕਲ ਸਾਇੰਸ ਉੱਥੇ ਨਹੀਂ ਬੈਠੀ, ਅੱਜ ਸਪੇਸ ਸਾਇੰਸ ਉੱਥੇ ਨਹੀਂ ਬੈਠੀ ਜਿੱਥੇ 50 ਸਾਲ ਜਾਂ 20 ਸਾਲ ਪਹਿਲਾਂ ਸੀ। ਉਹਨਾਂ ਲੱਭਤਾਂ ਦੀ ਰੋਸ਼ਨੀ ਦੇ ਵਿੱਚ ਬਹੁਤ ਗੱਲਾਂ ਨਵੀਆਂ ਕੀਤੀਆਂ ਜਾ ਸਕਦੀਆਂ ਨੇ। ਪਰ ਸਾਡੀਆਂ ਯੂਨੀਵਰਸਿਟੀਆਂ ਦੀ ਵੱਡੀ ਜਿਹੜੀ ਸਮੱਸਿਆ ਮੈਂ ਸਮਝਦਾ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਲਈ ਜਿੰਨੀਆਂ ਸਾਨੂੰ ਸਹੂਲਤਾਂ ਦੀ ਲੋੜ ਹੈ, ਗਿਆਨ ਦੀ ਲੋੜ ਹੈ, ਲਾਇਬ੍ਰੇਰੀਜ਼ ਦੀ ਲੋੜ ਹੈ, ਸਮੇਂ ਦੀ ਲੋੜ ਹੈ, ਗਾਈਡੈਂਸ ਦੀ ਲੋੜ ਹੈ, ਉਹ ਅਸੀਂ ਉਹਨਾਂ ਕੁਛ ਦੇਣ ਦੀ ਥਾਂ ਸਾਡਾ ਮਤਲਬ ਸਿਰਫ ਇਹ ਹੈ ਵੀ 4-5 ਸਾਲ ਦੇ ਵਿੱਚ ਡਿਗਰੀ ਹੈ ਜਿਹੜੀ ਉਹ ਸਾਡੇ ਹੱਥ 'ਚ ਆ ਜਾਵੇ ਅਤੇ ਅਸੀਂ PhD ਲਿਖਣ ਲੱਗ ਜਾਈਏ
ਅਸੀਂ ਸੱਚੇ ਅਰਥਾਂ 'ਚ ਹੋਈਏ ਜਾਂ ਨਾ ਹੋਈਏ, ਮੇਰਾ ਖਿਆਲ ਹੈ ਸਾਨੂੰ ਇਹਨਾਂ ਗੱਲਾਂ ਵੱਲ ਜ਼ਿਆਦਾ ਤਵੱਜੋ ਦੇਣ ਦੀ ਲੋੜ ਹੈ ਜੀ। ਲਓ ਜੀ, ਇਹਨੂੰ ਤਾਂ ਆਪਾਂ ਇੱਥੇ ਤੱਕ ਹੀ ਰੱਖਦੇ ਹਾਂ ਕਿਉਂਕਿ ਕਾਫ਼ੀ ਗੱਲ ਹੈ ਇਹਦੇ ਬਾਰੇ 'ਚ। ਚਲੋ ਜੀ 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 ਜੀ। ਬਾਕੀ ਮੈਂ ਇਹ ਵੀ ਸਮਝਦਾ ਜੀ ਡਾਕਟਰ ਸਾਹਿਬ, ਪੀ ਐੱਚ ਡੀ ਬੰਦਾ ਕਿਸੇ ਵੀ ਵਿਸ਼ੇ 'ਤੇ ਕਰਦਾ, ਕੋਈ ਵੀ ਉਹਦਾ ਸਬਜੈਕਟ ਹੈ, ਪਰ ਮੈਨੂੰ ਲੱਗਦਾ ਉਹ ਇੰਟਰਨੈਸ਼ਨਲੀ ਤਾਂ ਜੁੜੇ ਹੀ ਜਾਂਦਾ, ਕਿਉਂਕਿ ਉਹ ਤੋਂ ਬਿਨਾਂ ਉਹ ਕੰਪਲੀਟ ਨਹੀਂ। ਮੈਂ ਸਮਝਦਾ ਕਿਉਂਕਿ ਉਹਨੂੰ ਸਾਹਿਤ 'ਤੇ ਕਰਦਾ ਤਾਂ ਵੀ ਉਹਨੂੰ ਹੋਰਾਂ ਮੁਲਕਾਂ ਦਾ ਜਿਹੜਾ ਸਾਹਿਤ ਜੀ। ਸਰਨਾਰ ਸਿੰਘ, ਤੁਸੀਂ ਬਹੁਤ ਅੱਛਾ ਸਵਾਲ ਕੀਤਾ। ਹੁਣ ਆਪਾਂ ਗਲੋਬਲਾਈਜੇਸ਼ਨ ਦੇ ਯੁੱਗ 'ਚ ਰਹਿੰਦੇ ਹਾਂ ਜੀ। ਹੁਣ ਇੱਥੇ ਬੈਠੇ ਲੋਕਾਂ ਨੂੰ, ਮਤਲਬ ਸਾਡੇ ਉੱਥੇ ਬੈਠਿਆਂ ਨੂੰ ਸ਼ਾਇਦ ਹੈਰਾਨੀ ਹੋਵੇ, ਜਿੰਨਾ ਪੰਜਾਬ ਦੇ ਵਿੱਚ ਦਿਲਚਸਪੀ ਪ੍ਰਵਾਸੀ ਲੋਕਾਂ ਦੀ ਹੈ, ਸਾਰੇ ਅਖਬਾਰ ਪੜ੍ਹਦੇ ਆ, ਖਬਰਾਂ ਸੁਣਦੇ ਆ, ਹਰ ਮੂਵਮੈਂਟ 'ਤੇ ਨਿਗਾਹ ਰੱਖਦੇ ਆ, ਹਰ ਪਾਰਟੀ ਨੂੰ ਦਾਨ ਦਿੰਦੇ ਆ, ਫੰਡ ਦਿੰਦੇ ਆ, ਸਵਾਲ ਕਰਦੇ ਆ, ਇੰਨੇ ਸਵਾਲ ਤਾਂ ਉੱਥੇ ਨਹੀਂ ਕਰਦੇ ਜੀ। ਕਲਚਰਲ ਲੈਵਲ 'ਤੇ ਜਿੰਨੀਆਂ ਰਸਮਾਂ ਵਿਆਹ ਦੇ ਵਿੱਚ ਪ੍ਰਵਾਸੀ ਪੰਜਾਬੀ ਕਰਦੇ ਨੇ, ਮੈਂ ਇੱਥੇ ਆਉਂਦਾ ਰਹਿਣਾ ਤੁਹਾਡੇ ਦੋਸਤਾਂ ਦੀ ਬਦੌਲਤ, ਹੈਂਜੀ, ਜਾਣੀ ਵਟਣਾ ਬਣਨ ਤੋਂ ਲੈ ਕੇ ਇੱਕ ਇੱਕ ਚੀਜ਼ ਦੀ ਬਾਕਾਇਦਾ ਫੋਟੋਗ੍ਰਾਫੀ ਹੁੰਦੀ ਹੈ, ਵੀਡੀਓਗ੍ਰਾਫੀ ਹੁੰਦੀ ਹੈ, ਉਹ ਇੱਕ ਇੱਕ ਚੀਜ਼ ਬੜੇ ਸ਼ੌਕ ਨਾਲ ਕਰਦੇ ਨੇ। ਉਹਦਾ ਇੱਕ ਰੀਜ਼ਨ ਤਾਂ ਇਹ ਵੀ ਹੁੰਦਾ ਵੀ ਆਪਣੇ ਮੂਲ ਤੋਂ ਟੁੱਟ ਕੇ ਬੰਦੇ ਨੂੰ ਆਪਣਾ ਭੂਤ ਹੈ ਜਿਹੜਾ ਜ਼ਿਆਦਾ ਯਾਦ ਆਉਂਦਾ, ਜਿਹੜੇ ਅਸੀਂ ਉੱਥੇ ਬੈਠੇ ਹਾਂ ਸ਼ਾਇਦ ਸਾਡੇ 'ਚ ਉਨੀ ਸ਼ਿੱਦਤ ਨਹੀਂ ਹੁੰਦੀ। ਬਟਣਾ ਵੀ ਡਾਕਟਰ ਸਾਹਿਬ ਇਕੱਲਾ ਇਕੱਲਾ ਬੰਦਾ ਇੰਨੀ ਜ਼ੋਰ ਨਾਲ ਮੜਦੇ ਨਾ, ਜਿਵੇਂ ਉੱਧਰ ਮੈਲ ਲਾਉਂਦੇ ਹੁੰਦੇ, ਚੰਗ ਲਾ ਦਿੰਦੇ ਆ ਚੰਗੇ ਭਲੇ ਦੀ ਚਮੜੀ ਲਾ। ਬਟਣਾ ਕਈ ਵਾਰ ਮੇਰੇ ਵਰਗਾ ਰੰਗ ਹੋਵੇ ਤਾਂ ਉੱਥੇ ਬਟਣਾ ਜ਼ਿਆਦਾ ਵੀ ਮੜ ਲਿਆ ਜਾਵੇ, ਕੋਈ ਮਾੜੀ ਗੱਲ ਨਹੀਂ ਹੈ। ਮੈਨੂੰ ਆਪਣੇ ਦੋਸਤ ਕੁਲਵੰਤ ਦੀ ਗੱਲ ਯਾਦ ਆਈ, ਕਲਚਰਲ ਰਿਚਨੈਸ ਦੀ ਗੱਲ ਹੈ। ਮੈਨੂੰ ਕਹਿੰਦਾ ਤੇਰੇ ਵਿਆਹ ਬਾਰੇ ਤਾਂ ਲੋਕ ਹਾਂ ਕਰ ਦੇਣ, ਪਰ ਹੁਣ ਕਹਿੰਦਾ ਰੌਲਾ ਇਸ ਗੱਲ 'ਤੇ ਪਿਆ ਹੋਇਆ ਵੀ ਬਟਣੇ 'ਚ ਰੰਗ ਘੱਟ ਪਾਉਣਾ ਕਿ ਨਹੀਂ ਪਾਉਣਾ। ਸੋ ਤੁਸੀਂ ਜਿਹੜੀ ਗੱਲ ਕੀਤੀ, ਹੁਣ ਇਸ ਵੇਲੇ ਇੰਟਰਨੈਟ ਦੀ ਸਹੂਲਤ ਇੰਨੀ ਹੈ, ਇੱਕ ਚੀਜ਼ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਇਹ ਵੀ ਇੰਟਰਨੈਟ 'ਤੇ ਪਈ ਹੈ, ਬਿਲਕੁਲ ਤੁਸੀਂ ਜਾ ਰਹੀ ਹੈ, ਨਵੀਂ ਤੋਂ ਨਵੀਂ ਗੱਲ ਤੁਸੀਂ ਸਿੱਖ ਸਕਦੇ ਹੋ, ਪਾ ਸਕਦੇ ਹੋ। ਹੁਣ ਚੀਜ਼ਾਂ ਉਹ ਨਹੀਂ ਰਹੀਆਂ। ਸਾਡੇ ਵੇਲੇ ਤਾਂ ਸਰਨਾਰ ਸਿੰਘ ਕਿਤਾਬ ਫੋਟੋ ਸਟੈਟ ਕਰਾਉਣੀ, ਜਾਣੀ ਲਾਇਬ੍ਰੇਰੀ 'ਚੋਂ ਫੀਮ ਲਿਆਉਣ ਵਰਗੀ ਗੱਲ ਹੁੰਦੀ ਸੀ। ਪਹਿਲਾਂ ਪਰਮਿਸ਼ਨ ਲੈਣੀ, ਫਿਰ ਪੈਸੇ ਇੰਨੇ ਘੱਟ ਹੁੰਦੇ ਸੀ, ਰੁਪਈਏ ਦਾ ਇੱਕ ਪੇਜ ਫੋਟੋਗ੍ਰਾਫ ਹੁੰਦਾ ਸੀ, ਅਤੇ ਆਮ ਬੰਦਾ ਬੱਚਾ ਅਫੋਰਡ ਹੀ ਨਹੀਂ ਸੀ ਕਰ ਸਕਦਾ, ਪੈਸੇ ਨਹੀਂ ਸੀ ਲਾ ਸਕਦਾ, ਅਤੇ ਉਹਦੇ ਲਈ 100 ਨਖਰੇ ਝੱਲਣੇ ਪੈਣੇ। ਇੱਕ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਮੈਂ ਇੱਥੇ ਸਕੂਲਾਂ 'ਚ ਦੇਖਿਆ, ਫੋਟੋ ਸਟਾਟ ਮਸ਼ੀਨਾਂ ਪਈਆਂ ਨੇ, ਜੋ ਮਰਜ਼ੀ ਕਰੋ, ਜੋ ਮਰਜ਼ੀ ਲੈ ਜਾਓ। ਅਸੀਂ, ਸਾਡੀ ਮਾਨਸਿਕ ਗਰੀਬੀ ਇਹ ਹੈ, ਅਸੀਂ ਪੁਲਾਂ 'ਚੋਂ, ਸੜਕਾਂ 'ਚੋਂ, ਹੋਰ ਸਵਾਹ ਖੇ 'ਚੋਂ ਮੂੰਹ ਮਾਰਨੋਂ ਹਟਦੇ ਨਹੀਂ। ਜਿੱਥੇ ਗਿਆਨ ਦੇਣਾ ਬੱਚਿਆਂ ਨੂੰ, ਉੱਥੇ ਪ੍ਰਸ਼ਾਦ ਦੀ ਤਰ੍ਹਾਂ ਖੁੱਲ੍ਹਾ ਹੋਣਾ ਚਾਹੀਦਾ। ਕਿੱਥੇ ਲੈ ਜੂ ਬੰਦਾ ਇੱਕ ਫੋਟੋ ਸਟੈਟ ਕਰਕੇ ਕਿਤਾਬ? ਉਹਨਾਂ ਵੱਲ ਅਸੀਂ ਧਿਆਨ ਨਹੀਂ ਦਿੱਤਾ। ਸੋ ਹੁਣ ਚਾਹੇ ਸਾਇੰਸ ਹੈ, ਚਾਹੇ ਲਿਟਰੇਚਰ ਹੈ, ਮੈਂ 1984 ਦੇ ਵਿੱਚ ਆਪਣੀ PhD ਕੰਪਲੀਟ ਕੀਤੀ। ਮੈਂ ਉਸ ਵਕਤ ਵੀ ਦੁਨੀਆ ਦੇ ਸਾਰੇ ਥਿੰਕਰਸ ਨੂੰ, ਕੋਰਕੀ ਨੂੰ, ਲੈਨਨ ਨੂੰ, ਮਾਓ ਨੂੰ, ਜਾਣੀ ਲੇਟੈਸਟ ਸਾਡੇ ਜਾਰਜ ਥਾਮਸਨ ਹੈ, ਲੂਕਾਚ ਹੈ, ਅਰਨਸਟ ਫਿਸ਼ਰ ਹੈ, ਸਾਰੇ ਇੰਟਰਨੈਸ਼ਨਲ ਜਿਹੜੇ ਥਿੰਕਰ ਸੀ ਮਾਰਕਸਵਾਦ ਦੇ ਵਿੱਚ ਪੜ੍ਹੇ, ਉਹਨਾਂ ਦਿਨਾਂ ਦੇ ਵਿੱਚ ਜਦੋਂ ਗਲੋਬਲਾਈਜੇਸ਼ਨ ਦਾ ਨਾਮ ਨਹੀਂ ਸੀ ਸੁਣਿਆ ਕਿਸੇ ਨੇ। ਸੋ ਕਿਉਂਕਿ ਥੋੜ੍ਹੀ ਦਿਲਚਸਪੀ ਹੁੰਦੀ ਹੈ ਵੀ ਦੁਨੀਆਂ 'ਚ ਜੋ ਕੁਛ ਹੋ ਸਕਿਆ, ਮੈਂ ਉਹਦੇ ਵਿੱਚੋਂ ਕੁਛ ਗ੍ਰਹਿਣ ਕਰਕੇ ਹੀ, ਕਿਉਂਕਿ ਗਿਆਨ ਵੱਲ ਪਿੱਠ ਕਰਕੇ ਦੁਨੀਆ ਅੱਗੇ ਨਹੀਂ ਵੱਧ ਸਕਦੀ। ਤੁਹਾਨੂੰ ਆਪਣੇ ਵਿਰੋਧੀ ਨੂੰ ਵੀ ਪੜ੍ਹਨਾ ਚਾਹੀਦਾ, ਪੜ੍ਹ ਕੇ ਰੱਦ ਕਰਨਾ ਚਾਹੀਦਾ। ਮੈਂ ਪੰਜਾਬੀ 'ਚ ਜਦੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਰਾਹ ਦਿੱਤਾ, ਜਬ ਲੱਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਏ ਕਿਛ ਕਹੀਏ। ਮੈਂ ਇਹੀ ਸਵਾਲ, ਸਾਡਾ ਬਾਬਾ ਨਾਨਕ ਤਾਂ ਕਹਿੰਦਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਅਸੀਂ ਟੈਕਨੋਲੋਜੀ ਤਾਂ ਬਹੁਤ ਵਧਾ ਲਈ, ਤੇ ਜਿਹੜੀਆਂ ਸਾਡੀਆਂ ਧਾਰਮਿਕ ਖੇਤਰ ਦੇ ਵਿੱਚ, ਰਾਜਨੀਤਿਕ ਖੇਤਰ ਦੇ ਵਿੱਚ ਬਹਿਸਾਂ ਨੇ, ਉਹਦੇ ਵਿੱਚ ਅਸੀਂ ਜਿਸ ਨੀਵੀਂ ਪੱਧਰ ਦੀ ਭਾਸ਼ਾ ਵਰਤਦੇ ਹਾਂ, ਕੁੱਤਾ, ਕੰਜਰ, ਲਫੈਂਡ ਇਹੋ ਜਿਹੇ ਸ਼ਬਦ ਵਰਤਦੇ ਹਾਂ, ਉਹ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਸੋਨੇ ਦੇ ਚਮਚੇ ਨਾਲ ਗਾਰਾ ਖਾਣ ਲੱਗ ਰਹੇ। ਇਹ ਚੀਜ਼ਾਂ ਤਾਂ ਸੁਹੱਪਣ ਲਈ ਬਣੀਆਂ ਨੇ, ਯਾਨੀ ਸਾਈਕਾਲੋਜੀ ਦੇ ਵਿੱਚ, ਮਨੋਵਿਗਿਆਨ ਦੇ ਵਿੱਚ ਵਾਰਿਸ ਲਿਖਦਾ ਦੇ ਤੀਰ ਤਲਵਾਰ ਦੇ ਜ਼ਖਮ ਹੁੰਦੇ, ਮਲਮ ਨਹੀਂ ਜ਼ੁਬਾਨ ਦੀ ਫਟਦਾ ਏ। ਪੰਜਾਬੀ ਤਾਂ ਬਹੁਤ ਵੱਡੇ ਮਨੋਵਿਗਿਆਨੀ ਨੇ, ਹਾਂਜੀ, ਮਿਹਣੇ ਨਾਲ ਸਾਰਾ ਮਹਾਂਭਾਰਤ ਮਿਹਣੇ ਤੇ ਖੜਿਆ, ਵਿਆਨੇ ਦਾ ਪੁੱਤਰ ਨਹੀਂ ਰਿਹਾ ਨਾ, ਜੇ ਆਪਾਂ ਕਲਚਰਲੀ ਰਿਚਨੈਸ ਦੇਖੀਏ। ਸੋ ਕਹਿਣ ਦਾ ਮਤਲਬ ਹੈ ਕਿ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਘੱਟ ਦਿੱਤਾ। ਹੁਣ ਜਦੋਂ ਅਸੀਂ ਬੱਚਿਆਂ ਦੇ ਵਿੱਚ ਜਾਂਦੇ ਹਾਂ, ਮੇਰੇ ਨਾਲ ਹੁਣ ਵੀ 7-8 ਬੱਚੇ PhD ਕਰ ਰਹੇ ਨੇ, ਹੁਣ ਗੁਜ਼ਾਰਾ ਨਹੀਂ ਹੈ। ਤੁਸੀਂ ਗਲੋਬਲਾਈਜੇਸ਼ਨ ਦੀ ਗੱਲ ਛੱਡੋ, ਤੁਸੀਂ ਕਿਸੇ ਵੀ ਫੀਲਡ ਦੇ ਵਿੱਚ, ਸਾਇੰਸ ਦੇ ਵਿੱਚ, ਮੈਡੀਕਲ ਦੇ ਵਿੱਚ, ਸਪੇਸ ਸਾਇੰਸ ਦੇ ਵਿੱਚ, ਯਾਨੀ ਇਨ
ਇੰਨਾ ਐਕਸਪੈਂਸ਼ਨ ਹੋ ਰਿਹਾ, ਇੱਕ ਤਰ੍ਹਾਂ ਦਾ ਐਕਸਪਲੋਜਨ ਹੋ ਰਿਹਾ ਗਿਆਨ ਦਾ, ਜੀ ਜੀ, ਮਤਲਬ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ। ਅਸੀਂ ਤਾਂ ਸਿਰਫ ਇੱਕ, ਜਿਵੇਂ ਮੈਂ ਬਾਬਾ ਨਾਨਕ ਸਾਹਿਬ ਦੀ ਗੱਲ ਕੀਤੀ ਵੀ ਫਿੱਕਾ ਬੋਲਣ ਨਾਲ ਤੁਸੀਂ ਕਿਸੇ ਨੂੰ ਗਾਲ ਕੱਢ ਕੇ ਦੇਖੋ, ਲਾਜ਼ਮੀ ਤੌਰ 'ਤੇ ਤੁਹਾਡਾ ਮਨ ਤਾਂ ਤੁਹਾਨੂੰ ਲਾਹਣ ਤਾਂ ਪਊਗਾ ਵੀ ਅੱਜ ਜ਼ਿਆਦਤੀ ਹੋ ਗਈ। ਬੱਚੇ ਨੂੰ ਘੂਰ ਕੇ ਦੇਖ ਲਓ, ਜਿੰਨਾ ਚਿਰ ਤੱਕ ਮਾਂ ਵਾਂਗੂ ਤੁਸੀਂ ਮੁੜ ਕੇ ਦਿਲ ਨਾਲ ਨਾ ਲਾ ਲਓ, ਤੁਹਾਨੂੰ ਤਸੱਲੀ ਨਹੀਂ ਹੁੰਦੀ। ਲਓ ਜੀ ਡਾਕਟਰ ਸਾਹਿਬ, ਆਪਾਂ ਫਿਰ ਆਉਂਦੇ ਹਾਂ ਜੀ ਨਾਲ, ਇੱਕ ਆਪਣਾ ਕਾਲਰ ਜੁੜੇ ਨੇ ਜੀ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹੈਲੋ, ਟੀ ਵੀ ਦੀ ਆਵਾਜ਼ ਪਹਿਲਾਂ ਥੋੜ੍ਹੀ ਜਿਹੀ ਘੱਟ ਕਰੋ ਜੀ, ਫਿਰ ਤੁਹਾਡੀ ਆਵਾਜ਼ ਆਏਗੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਮ ਮਨਮੋਹਨ ਕਹਿੰਦਾ ਜੀ। ਜੀ ਜੀ, ਕੀ ਕਹਿਣਾ ਤੁਹਾਡੇ? ਤੁਹਾਡੇ ਆਪਣੇ ਧਰਮ ਦੇ ਬਾਰੇ ਚਰਚਾ ਕਰ ਰਹੇ ਜੀ, ਹੈ ਨਾ, ਬਹੁਤ ਵਿਦਵਾਨ ਬੈਠੇ ਆਪਣੇ ਨਾਲ ਵੀ ਸਾਰੇ ਜਾਣੇ। ਤੁਸੀਂ ਸਾਰੇ ਪੜ੍ਹੇ ਲਿਖੇ, ਆਪਾਂ ਧਰਮ ਵਿਚਾਰਾਂ ਦੇ ਸਾਰੇ, ਕਈ ਨਹੀਂ ਹੁੰਦੇ ਨਾਸਤਿਕ ਹੁੰਦੇ ਆ, ਕਈ ਵਾਸਤਿਕ ਹੁੰਦੇ, ਹੈ ਨਾ ਜੀ। ਮੈਂ ਸਵਾਲ ਇਹ ਪੁੱਛਣਾ ਸੀਗਾ ਤੁਹਾਡੇ ਤੋਂ, ਸਾਰੇ ਵਿਦਵਾਨ ਬੈਠੇ ਨੇ, ਧਰਮ ਆਦਮੀ ਨੂੰ ਰੋਟੀ ਦਿੰਦਾ ਬਾਈ? ਥੈਂਕ ਯੂ ਜੀ। ਧਰਮ ਤੋਂ ਰੋਟੀ ਮਿਲਦੀ ਆਪਾਂ ਨੂੰ? ਜੀ ਜੀ, ਧੰਨਵਾਦ ਜੀ ਤੁਹਾਡਾ, ਕਰਦੇ ਹਾਂ ਗੱਲਬਾਤ ਇਸ ਵਿਸ਼ੇ 'ਤੇ ਵੀ ਕੋਈ ਨਾ। ਥੈਂਕ ਯੂ ਜੀ, ਥੈਂਕ ਯੂ ਜੀ। ਉਹ ਥੋੜ੍ਹਾ ਜਿਹਾ ਸਵਾਲ ਉਹ ਲੈ ਰਹੇ ਨੇ ਵੀ ਧਰਮ ਮਤ ਰੋਟੀ ਦਿੰਦਾ ਜੀ, ਇਹਦੇ ਬਾਰੇ 'ਚ ਤੁਸੀਂ ਕੋਈ ਲਫ਼ਜ਼ ਕਹਿਣਾ ਚਾਹੁੰਦੇ? ਧਰਮ ਤਾਂ ਰੋਟੀ ਤੋਂ ਵੀ ਬਹੁਤ ਕੁਛ ਜ਼ਿਆਦਾ ਦਿੰਦਾ। ਜੀ ਜੀ, ਜੇ ਧਰਮ ਰੋਟੀ ਨਾ ਦਿੰਦਾ ਹੋਵੇ ਤਾਂ ਇੱਥੇ ਕੈਨੇਡਾ 'ਚ ਗੁਰਦੁਆਰਿਆਂ 'ਚ ਪੱਗਾਂ ਨਾ ਲੈਣ। ਇਸ ਕਰਕੇ ਤਾਂ ਬਹੁਤ ਵੱਡਾ ਸਵਾਲ ਹੈ, ਧਰਮ ਸਿਰਫ ਰੋਟੀ ਲਈ ਨਹੀਂ ਹੈ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ, ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅਸਲ 'ਚ ਤਾਂ ਧਰਮ ਜੀਵਨ ਨੂੰ ਸੇਧ ਦੇਣ ਵਾਲੀ ਇੱਕ ਸੰਜੀਵਨੀ ਬੂਟੀ ਹੈ। ਜੇ ਕੋਈ ਉਸ ਧਰਮ ਨੂੰ ਵਪਾਰ ਬਣਾ ਲਵੇ, ਛੁਰੀ ਬਣਾ ਲਵੇ, ਲੋਕਾਂ ਦੇ ਗਲ ਵੱਢਣ ਲਈ, ਲੋਕਾਂ 'ਚ ਫੁੱਟ ਪਾਉਣ ਲਈ, ਲੋਕਾਂ ਨੂੰ ਨੀਵਾਂ ਦਿਖਾਉਣ ਲਈ, ਤਾਂ ਇਹ 'ਚ ਧਰਮ ਦਾ ਤਾਂ ਕੋਈ ਕਸੂਰ ਨਹੀਂ। ਇਸ ਕਰਕੇ ਧਰਮ ਕਦੇ ਵੀ, ਗੁਰੂ ਸਾਹਿਬ ਨੇ ਤਾਂ ਕਿਹਾ ਹੀ ਨਹੀਂ, ਉਹ ਤਾਂ ਕਹਿੰਦੇ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਕੋਈ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕੋਈ ਬੰਦਾ ਦੂਜੇ 'ਤੇ ਅਮਰਵੇਲ ਬਣ ਕੇ ਜਿਉਣਾ ਸ਼ੁਰੂ ਕਰ ਦੇਵੇ। ਸੱਚਾ ਧਰਮ ਉਹ ਹੈ ਹੱਥੀਂ ਕੰਮ ਕਰੇ, ਕਮਾਵੇ, ਜੇ ਵਾਧਾ ਤਾਂ ਵੰਡੇ। ਸਾਡੇ ਲਈ ਤਾਂ ਧਰਮ ਇਹ ਹੈ। ਚਲੋ, ਅਸੀਂ ਇਹਦੇ 'ਤੇ ਬਹੁਤ ਲੰਬਾ ਨਹੀਂ, ਕਿਉਂਕਿ ਸਾਡਾ ਅੱਜ ਦਾ ਵਿਸ਼ਾ ਨਹੀਂ ਇਹ। ਆਪਾਂ ਡਾਕਟਰ ਸਾਹਿਬ ਇਹ ਜਾਣਨਾ ਚਾਹੁੰਦਾ ਥੋੜ੍ਹਾ ਜਿਹਾ ਪੰਜਾਬ ਦੇ ਹਾਲਾਤਾਂ ਬਾਰੇ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਆ ਜੀ ਜਿਹੜੇ ਜੁੜੇ ਹੋਏ ਨੇ। ਜੀ ਭੱਟੀ ਸਾਹਿਬ ਸਾਡੇ ਨਾਲ ਨੇ ਜੀ, ਇਹ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਾਉਂਦੇ ਰਹੇ ਨੇ, ਘਨੌਰ ਪ੍ਰਿੰਸੀਪਲ ਰਹੇ ਨੇ, ਕਾਫੀ ਥਾਵਾਂ 'ਤੇ ਹੋਰ ਵੀ ਪੜ੍ਹਾਇਆ ਜੀ, ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਇਹਨਾਂ ਦਾ ਗਿਆਨ ਹੈ ਜੀ, ਗੱਲਬਾਤ ਦਾ ਢੰਗ ਆ ਉਹ ਤੁਸੀਂ ਦੇਖ ਹੀ ਰਹੇ ਹੋ। ਕੋਈ ਵੀ ਤੁਹਾਡਾ ਸਵਾਲ ਹੋਵੇ ਕਿਸੇ ਵੀ ਵਿਸ਼ੇ ਬਾਰੇ, ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਆਉਂਦਾ ਜੀ, ਜ਼ਰੂਰ ਤੁਸੀਂ ਸਾਂਝ ਪਾ ਸਕਦੇ ਹੋ ਇਹਨਾਂ ਲਈ। ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਜੀ, ਕੁਝ ਸਵਾਲ ਅਸੀਂ ਵੀ ਪੁੱਛਾਂਗੇ। ਤੁਹਾਡੇ ਕੋਈ ਮਨ ਦੇ ਵਿੱਚ ਸਵਾਲ ਹੋਵੇ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਜੀ ਭੱਟੀ ਸਾਹਿਬ, ਕਈ ਵਾਰੀ ਹੁਣ ਇੱਥੇ ਦੇਖਦੇ ਹਾਂ ਜੀ, ਜਿਵੇਂ ਆਪਾਂ ਹੁਣ ਪਹਿਲਾਂ ਹੀ ਕਹਿ ਕੇ ਹਟੇ ਹਾਂ ਵੀ ਕਈ ਡਾਕਟਰ ਸਾਹਿਬਾਨ ਜਿਨ੍ਹਾਂ ਨੇ ਉੱਥੇ PhD ਕਰੀ, ਬੜਾ ਲੰਮਾ ਟਾਈਮ ਲਾਇਆ ਵੀ ਹੁੰਦਾ, ਸਟੂਡੈਂਟ ਤਾਂ ਆ ਹੀ ਰਹੇ ਨੇ, ਨਾਲ ਦੀ ਨਾਲ ਚੰਗੀਆਂ ਚੰਗੀਆਂ ਜੋਬਾਂ ਛੱਡ ਕੇ ਵੀ ਲੋਕ ਇੱਧਰ ਨੂੰ ਆ ਰਹੇ ਨੇ, ਕੋਈ ਇਹਦੇ ਬਾਰੇ 'ਚ ਥੋੜ੍ਹਾ ਜਿਹਾ ਕੀ ਕਾਰਨ ਸਮਝਦੇ? ਦੇਖੋ, ਇਹ ਗੱਲ ਸਰਨਾਰ ਸਿੰਘ, ਅਸੀਂ ਵੀ ਉੱਥੇ ਬਹੁਤ ਗੰਭੀਰਤਾ ਨਾਲ ਕਰਦੇ ਹਾਂ। ਮੈਂ ਖੁਦ ਪ੍ਰੋਫੈਸਰ ਹਾਂ ਜੀ, ਮੇਰੀ ਸਰਦਾਰਨੀ ਵੀ ਪ੍ਰੋਫੈਸਰ ਹੈ ਜੀ, ਅਸੀਂ ਕੋਈ ਬਹੁਤ ਅਮੀਰ ਪਰਿਵਾਰ ਵਿੱਚੋਂ ਵੀ ਨਹੀਂ ਜੀ, ਬਹੁਤ ਸਧਾਰਨ ਘਰ 'ਚੋਂ ਉੱਠ ਕੇ ਇੱਥੇ ਤੱਕ ਆਏ, ਹੁਣ ਵੀ ਅਮੀਰ ਨਹੀਂ, ਬਸ ਰੋਟੀ ਥੋੜ੍ਹੀ ਜਿਹੀ ਸੌਖੀ ਖਾਣ ਲੱਗ ਗਏ, ਇੰਨੀ ਕੀ ਗੱਲ ਹੈ ਜੀ। ਲੇਕਿਨ ਉੱਥੇ ਦੇ ਹਾਲਾਤ ਇਹ ਨੇ, ਸਾਡੇ ਤਕਰੀਬਨ ਸਾਰੇ ਦੋਸਤਾਂ ਦੇ ਬੱਚੇ ਇੱਥੇ ਪੜ੍ਹ ਰਹੇ ਹੈ, ਉਹ ਵੀ ਬੱਚੇ ਪੜ੍ਹ ਰਹੇ ਨੇ ਜਿਹਨਾਂ ਦਾ ਇੱਕ ਇੱਕ ਬੱਚਾ ਹੈ। ਉਹਦਾ ਵੱਡਾ ਕਾਰਨ ਮੈਂ ਇਹ ਸਮਝਦਾ, ਲੋਕ ਇਹ ਸਮਝਦੇ ਆ ਕੁਛ ਤਾਂ ਸਾਡਾ ਸਿਸਟਮ ਐਸਾ ਕਿ ਬੁਢਾਪੇ ਦੇ ਵਿੱਚ ਸਾਡਾ ਉੱਥੇ ਪੈਨਸ਼ਨ ਦਾ, ਸੋਸ਼ਲ ਵੈਲਫੇਅਰ ਦਾ ਕੋਈ ਅੱਛਾ ਪ੍ਰੋਗਰਾਮ ਨਹੀਂ, ਜਿਹਦੇ ਕਰਕੇ ਲੋਕ ਸੋਚਦਾ ਵੀ ਬੱਚਿਆਂ 'ਚ ਇਨਵੈਸਟ ਕਰ ਦਿਓ ਤਾਂ ਕਿ ਘੱਟੋ ਘੱਟ ਸਾਡਾ ਬੁਢਾਪਾ ਜਿਹੜਾ ਚੰਗਾ ਗੁਜ਼ਰੇ ਅਤੇ ਸਾਡੀ ਪੀੜ੍ਹੀ ਅੱਗੇ ਜਾਵੇ ਜੀ। ਹੁਣ ਨਾ ਤਾਂ ਉੱਥੇ ਰੁਜ਼ਗਾਰ ਦੇ ਚੰਗੇ ਮੌਕੇ ਨੇ, ਤੁਸੀਂ ਹੈਰਾਨ ਹੋਵੋਗੇ ਕਿ ਯੂਨੀਵਰਸਿਟੀਆਂ 'ਚ ਜਿਹੜੇ ਪ੍ਰੋਫੈਸਰ ਪੜ੍ਹਾਉਂਦੇ ਨੇ 21,000 ਰੁਪਈਏ 'ਤੇ, ਜਾਂ ਬਾਹਰ ਪ੍ਰਾਈਵੇਟ ਕਾਲਜ ਨੇ, ਇੰਜੀਨੀਅਰਿੰਗ ਕਾਲਜ ਨੇ, ਜੇ ਹੁਣ 15,000 ਰੁਪਈਏ 'ਚ ਤੁਸੀਂ ਇੰਜੀਨੀਅਰਿੰਗ ਨੂੰ ਪੜ੍ਹਾਉਣ ਵਾਲੇ ਬੰਦੇ ਰੱਖੋਗੇ ਨਰਸਿੰਗ, ਉਹ ਕਿਹੋ ਜਿਹੇ ਬੰਦੇ ਅੱਗੇ ਪੈਦਾ ਕਰਨਗੇ? ਇਹ ਤਾਂ ਲਾ ਬਣਾ ਰਹੇ ਨੇ ਜੀ, ਹੁਣ ਆਪਣੇ ਅਮਰਿੰਦਰ ਦੀ ਸਰਕਾਰ ਵੱਲੋਂ 15,000 ਹੀ ਮਿਲੂਗਾ ਤਿੰਨ ਸਾਲ ਲਈ। ਕਹਿਣ ਦਾ ਮਤਲਬ ਆ ਕਿ ਅਸੀਂ ਪੈਸਾ ਬਚਾ ਰਹੇ ਹਾਂ ਅਤੇ ਬੰਦੇ ਨੂੰ ਮਾਰ ਰਹੇ ਹਾਂ ਜੀ, ਅਸੀਂ ਲੋਕਾਂ ਦੇ, ਬੱਚਿਆਂ ਦੇ ਭਵਿੱਖ ਦੇ ਬੂਹੇ ਬੰਦ ਕਰ ਰਹੇ ਹਾਂ। ਸਾਡੀ ਇਕਨੋਮੀ ਦੇ ਵਿੱਚ ਇਸ ਗੱਲ ਦੀ ਕੋਈ ਥਾਂ ਨਹੀਂ ਹੈ ਕਿ ਅਸੀਂ ਅਨਇੰਪਲਾਇਮੈਂਟ ਨੂੰ ਠੱਲ ਪਾਉਣ ਦੇ ਲਈ ਇੰਪਲਾਇਮੈਂਟ ਓਰੀਐਂਟਡ, ਰੁਜ਼ਗਾਰ ਮੁਖੀ ਡਿਵੈਲਪਮੈਂਟ ਕਰੀਏ, ਜਿਹਦੇ ਨਾਲ ਲੋਕ ਨੇ ਜਿਹੜੇ ਉਹ ਪੈਸੇ ਕਮਾਉਣ ਦੇ ਲਈ ਸੋਸਾਇਟੀ ਦੇ ਵਿੱਚ, ਪ੍ਰੋਡਕਸ਼ਨ ਦੇ ਸੈਕਟਰ 'ਚ ਆਉਣ, ਪੈਸੇ ਕਮਾ ਕੇ ਟੈਕਸ ਦੇਣ ਅਤੇ ਸੋਸਾਇਟੀ ਅੱਗੇ ਤੁਰੇ।
ਅਸੀਂ ਤਾਂ ਇਸ ਗੱਲ 'ਤੇ ਲੱਗੇ ਹੋਏ ਹਾਂ ਵੀ ਵੱਧ ਤੋਂ ਵੱਧ ਮੁਲਾਜ਼ਮ ਦਾ ਗਲ ਘੁੱਟ ਕੇ, ਤੁਹਾਨੂੰ ਪਤਾ ਵੀ ਜੇ ਅੱਜ ਵੀ ਸਰਵੇ ਕਰਾਇਆ ਜਾਵੇ ਬੜੀ ਮੁਸ਼ਕਿਲ ਨਾਲ ਹਿੰਦੁਸਤਾਨ ਦੇ ਵਿੱਚ 4-5% ਬੰਦੇ ਟੈਕਸ ਦਿੰਦੇ, ਉਹ ਵੀ ਮੁਲਾਜ਼ਮ ਹੀ ਦਿੰਦੇ ਆ ਜੀ ਜੀ। ਵੱਡੇ ਬੰਦਿਆਂ ਨੂੰ ਤਾਂ ਟੈਕਸ ਦੀ ਲੋੜ ਨਹੀਂ, ਤੁਸੀਂ ਮਾਲੀਆ ਐਂਡ ਕੰਪਨੀ ਦੇਖ ਲਓ ਜੋ ਕੁਛ ਅਸੀਂ ਦੇਸ਼ ਨਾਲ ਕਰ ਰਹੇ ਹਾਂ। ਬਿਲਕੁਲ ਜੀ, ਜੋ ਕੁਝ ਘੱਟ ਲੈਣ ਅੱਜ ਕਹਿੰਦੇ ਹਾਂ। ਬੇਕਨ ਨੇ 15ਵੀਂ 16ਵੀਂ ਸਦੀ 'ਚ ਕਹਿਤਾ ਸੀ ਇੰਗਲੈਂਡ ਦੇ ਵਿੱਚ ਕਿ ਜਿਹੜਾ ਕਾਨੂੰਨ ਹੈ ਇਹ ਗਰੀਬ ਮੱਖੀਆਂ ਅਤੇ ਮੱਛਰਾਂ ਦੇ ਲਈ ਮੱਕੜੀ ਦਾ ਜਾਲਾ ਜਿਹਦੇ 'ਚ ਫਸ ਕੇ ਮਰ ਜਾਂਦੇ ਆ, ਬਿਲਕੁਲ ਬਘਿਆੜੇ ਨੂੰ ਤੋੜ ਕੇ ਲੰਘ ਜਾਂਦੇ ਆ। ਸੋ ਤੁਹਾਡਾ ਜਿਹੜਾ ਸਵਾਲ ਹੈ ਕਿ ਉੱਥੇ ਰੁਜ਼ਗਾਰ ਦੇ ਮੌਕੇ ਘੱਟ ਨੇ ਜਾਂ ਰੁਜ਼ਗਾਰ ਉਹ ਮਿਲਦਾ ਜਿਹਦੇ ਵਿੱਚ ਉਹਨਾਂ ਦੀ ਕਾਬਲੀਅਤਾਂ ਤੋਂ ਕਿਤੇ ਘੱਟ ਪੈਸੇ ਦਿੱਤੇ ਜਾਂਦੇ ਆ, ਫਿਰ ਉਹਦੀ ਗਰੰਟੀ ਕੋਈ ਨਹੀਂ। ਹੁਣ ਜਿਹੜੇ ਪ੍ਰੋਫੈਸਰ ਜਾਂ ਹੋਰ ਖੇਤਰਾਂ 'ਚ ਮੇਰੇ ਨਾਲ ਕਿਉਂਕਿ ਆਪਣਾ ਤਜ਼ਰਬਾ ਹੈ, 15-15-20-20 ਸਾਲ ਦੇ ਵਿਚਾਰੇ ਬੈਠੇ ਨੇ ਵੀ ਅਸੀਂ ਕਦੋਂ ਪੱਕੇ ਹੋਵਾਂਗੇ, ਉਹਨਾਂ ਦਾ ਵਿਆਹ ਨਹੀਂ ਹੋ ਸਕਦਾ ਸਾਮਾਰਸ, ਉਹਨਾਂ ਨੂੰ ਕੋਈ ਬੰਦਾ ਆਪਣੀ ਬੇਟੀ ਦੇਣ ਨੂੰ ਤਿਆਰ ਨਹੀਂ ਜੀ, ਕੋਈ ਬੰਦਾ ਫੈਸਲਾ ਕਰਨ ਨੂੰ ਤਿਆਰ ਨਹੀਂ ਵੀ 21,000 ਰੁਪਈਏ ਅਤੇ 20,000 ਰੁਪਈਏ 'ਤੇ ਆਪਣਾ ਪਰਿਵਾਰ ਕਿਵੇਂ ਪਾਲੂੰਗਾ। ਸੋ ਸਮਾਜ ਦੀ ਇਸ ਬੇਚੈਨੀ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਉਹ ਫੈਸਲੇ ਕਰਦੇ ਜਿਹੜੇ ਉਹਨਾਂ ਦੇ ਮਨਾਂ ਨੂੰ ਪਸੰਦ ਨਹੀਂ। ਮੈਂ ਕਦ ਚਾਹੂੰ ਮੇਰਾ ਬੱਚਾ ਇੱਥੇ ਆਵੇ, ਤੁਸੀਂ ਕਦ ਚਾਹੁੰਦੇ ਸੀ ਵੀ ਤੁਸੀਂ ਇੱਥੇ ਆਵੋ, ਪਰ ਉਹ ਸਥਿਤੀਆਂ ਮਹਾਂਭਾਰਤ ਵਾਂਗੂ ਹਰੇਕ ਉੱਥੇ ਤੀਰਾਂ 'ਤੇ ਪਿਆ, ਯਾਨੀ ਮੁਲਕ ਦੇ ਵਿੱਚ ਐਡਾ ਵੱਡਾ ਸਾਡਾ ਨੁਕਸਾਨ ਹੋ ਰਿਹਾ। ਤਕਰੀਬਨ 14,000 ਕਰੋੜ ਰੁਪਏ ਦਾ ਬਿਜ਼ਨਸ ਆ ਆਈਲੈਟਸ ਦਾ ਹੀ, ਸਿਰਫ ਆਇਲਸ ਦਾ, ਹਰੇਕ ਦੁਕਾਨ ਖੋਲ੍ਹੀ ਬੈਠਾ, ਬੱਚੇ ਨੂੰ ਫਾਰਮ ਨਹੀਂ ਭਰਨਾ ਆਉਂਦਾ, ਉਹ ਅਸੀਂ ਸਿਖਾਉਂਦੇ ਕੋਈ ਨਹੀਂ, ਅਸੀਂ ਕਹਿੰਦੇ ਪੈਸੇ ਲਵਾਂਗੇ ਅਤੇ ਭਰ ਭਰਾਂਗੇ ਅਸੀਂ। ਹੁਣ ਜੇ ਸਰਕਾਰ ਸੰਜੀਦਗੀ ਨਾਲ ਸੋਚੇ, ਜਿਹੜੇ ਸਾਡੇ ਸਭ ਤੋਂ ਲਾਇਕ ਬੱਚੇ ਨੇ ਉਹ ਤਾਂ ਇੱਥੇ ਆ ਜਾਂਦੇ ਆ, ਪਿਛਲੇ ਕਰਜ਼ਾ ਚੁੱਕ ਲੈਂਦੇ ਆ, ਇੱਥੇ ਆ ਕੇ ਬੱਚੇ 10ਵੀਂ ਪਾਸ ਬੱਚੇ, ਮੇਰੇ ਬੱਚੇ ਨਾਲ ਵੀ ਆਏ ਨੇ ਦੋਸਤ, ਉਹ ਵਿਚਾਰੇ +2 ਪਾਸ ਬੱਚੇ ਜਦੋਂ ਇੱਥੇ ਆਉਂਦੇ ਆ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਬੜਾ ਘੱਟ ਹੁੰਦਾ। ਦੂਜਾ, ਸੈਕਸ ਪ੍ਰਤੀ, ਮੈਨ ਵਿਮੈਨ ਰਿਲੇਸ਼ਨਸ਼ਿਪ ਪ੍ਰਤੀ ਸਾਡੇ ਕੋਈ ਐਜੂਕੇਸ਼ਨ ਨਹੀਂ ਹੈ। ਉਹ ਬੱਚੇ ਜਦ ਬੰਦ ਦਰਵਾਜ਼ਿਆਂ 'ਚੋਂ ਆਉਂਦੇ ਨੇ ਇੱਥੇ ਖੁੱਲ੍ਹੀ ਹਵਾ ਦੇਖਦੇ ਆ, ਕੁਦਰਤੀ ਤੌਰ 'ਤੇ ਉਹ ਉਮਰ ਦੇ ਟੀਨੇਜ਼ਰ ਬੱਚੇ ਹੁੰਦੇ ਆ, ਭਟਕ ਜਾਂਦੇ ਆ, ਗਲਤ ਰਾਹਾਂ 'ਤੇ ਵੀ ਪੈ ਜਾਂਦੇ, ਇਹ ਨਹੀਂ ਕਿ ਉੱਥੇ ਨਹੀਂ ਪੈਂਦੇ, ਇੱਥੇ ਵੀ ਪੈ ਜਾਂਦੇ ਆ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਸਭ ਤੋਂ ਵੱਡਾ ਨੁਕਸਾਨ ਦੂਰ ਹੈ, ਇੱਕ ਤਾਂ ਆਰਥਿਕ ਤੌਰ 'ਤੇ, ਯਾਨੀ ਜਿੰਨਾ ਪੈਸਾ ਕੈਨੇਡਾ 'ਚ ਆ ਰਿਹਾ, ਆਸਟ੍ਰੇਲੀਆ 'ਚ ਆ ਰਿਹਾ, ਹਿੰਦੁਸਤਾਨ ਦਾ, ਇਹ ਤਾਂ ਲੋਕ ਬਣੇ ਬੈਠੇ ਨੇ। ਰਾਈਟ, ਮੈਨੂੰ ਇੱਥੋਂ ਤੱਕ ਪਤਾ ਵੀ ਇੱਥੇ ਦੇ ਮਾੜੇ ਕਾਲਜ ਨੇ ਜਿਹੜੇ ਏਜੰਟਾਂ ਨੂੰ ਪੈਸੇ ਦੇ ਰਹੇ ਨੇ ਵੀ ਸਾਡੇ ਕੋਲ ਸਟੂਡੈਂਟ ਭੇਜ ਦਿਓ, ਇੱਕ ਸਮੈਸਟਰ ਦੀ ਫੀਸ ਤੂੰ ਕੋਲ ਰੱਖ। ਬਿਲਕੁਲ ਹੈ ਜੀ, 25% 10-12 ਬਿਲੀਅਨ ਡਾਲਰ। ਮੇਰਾ ਕਹਿਣ ਦਾ ਮਤਲਬ ਆ ਵੀ ਇਹ ਲੋਕ ਤਾਂ ਇੰਨੇ ਸਿਆਣੇ ਹੋ ਗਏ, ਮਾੜੇ ਕਾਲਜਾਂ ਦੇ ਸਿਰ 'ਤੇ ਵੀ ਲੁੱਟੀ ਜਾ ਰਹੇ ਨੇ। ਅਸੀਂ ਜਿਹੜੇ ਆਪਣੇ ਆਪ ਨੂੰ ਸਾਰੀ ਦੁਨੀਆਂ 'ਚ ਵੇਦਾਂ ਅਤੇ ਸ਼ਾਸਤਰਾਂ ਦੇ ਗਿਆਤਾ ਕਹਿੰਦੇ ਹਾਂ, ਅਸੀਂ ਕਹਿੰਦੇ ਹੀ ਹਾਂ ਨਾ, ਫਿਰ ਅਸੀਂ ਆਪਣੇ ਮੁਲਕ ਲਈ ਕੀ ਕੀਤਾ, ਸਾਡੀ ਲੀਡਰਸ਼ਿਪ ਨੇ ਕੀ ਕੀਤਾ, ਸਾਡੇ ਬੱਚਿਆਂ ਲਈ ਕੀ ਕੀਤਾ, ਇਹ ਮਸਲਾ ਜਿਹੜਾ ਉਹਦੇ ਕਰਕੇ ਮੈਂ ਸਮਝਦਾ ਉਸ ਬੇਚੈਨੀ ਨੂੰ ਥੋੜ੍ਹਾ ਜਿਹਾ ਰੋਕਣ ਦੇ ਲਈ, ਲੰਬੇ ਸਮੇਂ ਲਈ ਇਹ ਵੀ ਨਹੀਂ ਰੁਕਣੀ, ਕੈਨੇਡਾ ਕਿੰਨਾ ਕੁ ਨੂੰ ਸਾਂਭ ਲਓ, ਆਸਟ੍ਰੇਲੀਆ ਕਿੰਨਾ ਕੁ ਨੂੰ ਸਾਂਭ ਲਓ। ਜਦੋਂ ਇੱਥੇ ਪਹਿਲਾਂ ਗਦਰ ਮੂਵਮੈਂਟ ਵੇਲੇ ਲੋਕ ਆਏ, ਇੰਡੀਅਨਸ ਐਂਡ ਡੋਗਸ ਆਰ ਨਾਟ ਅਲਾਊਡ, ਤੁਸੀਂ ਪੜ੍ਹਿਆ ਸਾਰਾ ਕੁਛ, ਬਿਲਕੁਲ ਅਤੇ ਤੁਸੀਂ ਕੀ ਸੋਚਦੇ ਹੁਣ ਜਿਹੜੇ ਇੱਥੇ ਆਏ ਬੈਠੇ ਨੇ ਉਹ ਨਵੀਂ, ਮੈਂ ਪੜ੍ਹਦਾ ਰਹਿਣਾ ਤੁਹਾਡੇ ਇੱਥੇ ਕਮੈਂਟਸ ਲੋਕਾਂ ਦੇ, ਜਿਹੜੀ ਪੁਰਾਣੀ ਪੀੜ੍ਹੀ ਉਹ ਕਹਿੰਦੇ ਸਤੌਲ ਇੱਥੇ ਆ ਗਈ, ਜਿਹੜੇ ਤੁਹਾਡੇ ਵਰਗੇ ਕੋਈ ਸਮਝਦਾਰ ਨੇ ਉਹ ਕਹਿੰਦੇ ਨਹੀਂ ਸਾਡੇ ਬੱਚੇ ਨੇ, ਆਪਾਂ ਇਹਨੂੰ ਠੀਕ ਢੰਗ ਨਾਲ ਗਾਈਡ ਕਰੀਏ, ਥੋੜ੍ਹੇ ਜਿਹੇ ਪਰਸੈਂਟ ਹੈ ਜੀ ਜਿਹੜੇ ਜਦੋਂ ਹਿੱਤਾਂ ਦਾ ਟਕਰਾਅ ਹੁੰਦਾ ਨਾ ਜੀ ਨਾਰ ਸਿੰਘ, ਮੈਂ ਤੁਹਾਨੂੰ ਇੱਕ ਹੋਰ ਗੱਲ ਦਿਲਚਸਪ ਦੱਸਦਾ, ਪੰਜਾਬ ਦੇ ਵਿੱਚ ਜਦੋਂ ਹਿੰਦੂਆਂ ਨੇ ਹਿਜਰਤ ਕੀਤੀ ਉਹ ਇਹ ਸੋਚ ਕੇ ਗਿਆ ਵੀ ਹਰਿਆਣੇ ਦੇ ਹਿੰਦੂ ਕਿਤੇ ਸਾਨੂੰ ਜੱਫੀਆਂ ਪਾਉਣ ਨੂੰ ਬੈਠੇ ਨੇ, ਜਦੋਂ ਉੱਥੇ ਗਏ ਉਹਨਾਂ ਨੇ ਗਾਲਾਂ ਕੱਢ ਕੇ ਵਾਪਸ ਭੇਜੇ ਵੀ ਇੱਥੇ ਕੀ ਕਰਨਾ ਹੈ ਭਰਾਵੋ। ਰੋਟੀ 'ਤੇ ਜਦੋਂ ਮਸਲਾ ਆਉਂਦਾ ਨਾ, ਆਰਥਿਕ ਹਿੱਤਾਂ ਦਾ ਟਕਰਾਅ ਆਉਂਦਾ, ਤਾਂ ਮਾਵਾਂ ਮੂੰਹ ਵਿਚਲਾ ਟੁੱਕ ਛੱਡ ਕੇ ਉੱਧਰ ਹੋ ਜਾਂਦਾ। ਜਿਹੜੇ ਮੁਸਲਮਾਨ ਹੈ ਚਾਹੇ ਹਿੰਦੁਸਤਾਨ 'ਚ ਪਾਕਿਸਤਾਨ ਚਲੇ ਗਏ ਚਾਹੇ ਪਾਕਿਸਤਾਨ ਤੋਂ ਦਿੱਲੀ ਆ ਕੇ ਬੈਠ ਗਏ, ਉਹ ਹਾਲ ਉਹਨਾਂ ਦਾ ਉਹੀ ਹੈ ਵੀ ਇਹ ਉੱਥੋਂ ਆ ਰਹੇ ਨੇ। ਉਹਨਾਂ ਨੂੰ ਧਰਮ ਕਰਕੇ ਕਮਿਊਨਿਟੀ ਕਰਕੇ ਕਿਸੇ ਨੇ ਗੱਲ ਨਾਲ ਨਹੀਂ ਲਾਇਆ, ਬਿਲਕੁਲ ਜੀ ਬਿਲਕੁਲ। ਇਸ ਕਰਕੇ ਆਰਥਿਕ ਹਿੱਤਾਂ ਦਾ ਜਿੱਥੇ ਟਕਰਾਅ ਹੋ ਉੱਥੇ ਧਰਮ ਦੇ ਵਿੱਚ ਵੀ ਲੜਾਈਆਂ ਹੋਣਗੀਆਂ, ਸਮਾਜ 'ਚ ਵੀ ਲੜਾਈਆਂ ਹੋਣਗੀਆਂ, ਪਰਿਵਾਰਾਂ 'ਚ ਵੀ ਲੜਾਈਆਂ ਜੀ। ਸਰ, ਮੈਂ ਇੱਥੇ ਨਾਲ ਲੱਗਦਾ ਇਸੇ ਵਿਸ਼ੇ ਦੇ ਉੱਤੇ ਕੁਐਸਚਨ ਤੁਹਾਨੂੰ ਕਰਨਾ ਚਾਹੁੰਦਾ, ਉਹ ਇਹ ਮਤਲਬ ਤੁਹਾਡੀ ਰਾਏ ਜਿਹੜੀ ਚਾਹੁੰਦੇ ਕਿ ਸਰੋਤਿਆਂ ਨਾਲ ਦਰਸ਼ਕਾਂ ਨਾਲ ਉਹ ਸਾਂਝੀ ਹੋਏ ਜੀ ਜੀ। ਜਦੋਂ ਸਾਡੇ ਬੱਚੇ ਜਿਹੜੇ ਇੰਡੀਆ ਤੋਂ ਆ ਰਹੇ, ਜਿੱਥੋਂ ਨਾਰ ਸਿੰਘ ਹੋਰਾਂ ਨੇ ਇਹ ਗੱਲ ਸ਼ੁਰੂ ਕੀਤੀ ਸੀਗੀ ਕਿ 7-7, 7.5-8 ਬੈਂਡ ਲੈ ਕੇ ਬੱਚੇ ਉੱਥੋਂ ਆਈਲੈਟਸ ਪਾਸ ਕਰਕੇ ਇੱਥੇ ਆਉਂਦੇ ਜੀ। ਜਦੋਂ ਇੱਥੇ ਆਉਂਦੇ ਇੱਥੇ ਆ ਕੇ ਕਾਲਜਸ ਵਿੱਚ ਜਿੱਦਾਂ ਦੇ ਵੀ ਉਹਨਾਂ ਨੂੰ ਕਾਲਜਸ ਮਿਲਦੇ ਆ, ਜਿੱਥੇ ਉਹਨਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਐਡਮਿਸ਼ਨ ਮਿਲਦਾ, ਨਾਲ ਉਹਨਾਂ ਨੂੰ ਕੋਈ ਵਰਕ ਪਰਮਿਟ ਵਗੈਰਾ ਵੀ ਇੱਥੇ ਦਾ 20 ਘੰਟੇ ਕੰਮ ਕਰਨ ਵਾਸਤੇ, 16 ਘੰਟੇ ਕੰਮ ਕਰਨ ਵਾਸਤੇ ਜਿਹੜਾ ਉਹ ਮਿਲ ਜਾਂਦਾ।
ਉਹ ਬੱਚੇ ਤੁਸੀਂ ਦੇਖੋ ਕਿ ਉਹ 18-18, 20-20 ਸਾਲ ਦੇ ਬੱਚੇ ਨੇ, ਲੜਕੇ ਲੜਕੀਆਂ, ਉਹ ਕਾਲਜ ਦੇ ਵਿੱਚ ਸਟੱਡੀ ਵੀ ਕਰ ਰਹੇ ਨੇ, ਫਿਰ ਉਹ ਪ੍ਰਾਈਵੇਟ 'ਚ ਆ ਕੇ ਕੋਈ ਕੰਮ ਵੀ ਕਰ ਰਹੇ ਨੇ, ਨੌਕਰੀਆਂ ਵੀ ਕਰ ਰਹੇ ਨੇ, ਨਾਲ ਆਪਣੀਆਂ ਫੀਸਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਪੇਰੈਂਟਸ 'ਤੇ ਜ਼ਿਆਦਾ ਬਰਡਨ ਨਾ ਪਵੇ। ਪਰ ਉਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਮਤਲਬ ਐਸੇ ਨੇ ਜਿਹਨਾਂ ਨੇ ਕਦੀ, ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਉਹਨਾਂ ਨੇ ਘਰਾਂ 'ਚ ਕੋਈ ਜ਼ਿਆਦਾ ਕੰਮ ਕੀਤੇ ਹੋਣ। ਕੁਛ ਇੱਕ ਬੱਚੇ ਜ਼ਰੂਰ ਪਰਸੈਂਟੇਜ ਹੋਏਗੀ, ਸਾਡੇ ਜ਼ਮਾਨੇ 'ਚ ਸਾਨੂੰ ਖੇਤੀ ਦਾ ਕੰਮ ਨਾਲ ਕਰਨਾ ਪੈਂਦਾ ਸੀ, ਘਰ ਦੇ ਕੰਮ ਕਰਨੇ ਪੈਂਦੇ ਸੀਗੇ ਪੜ੍ਹਨ ਦੇ ਨਾਲ। ਹੁਣ ਇਹ ਬੱਚੇ ਜਿਹੜੇ ਆ ਇਹ ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਇੱਥੋਂ ਆ ਕੇ ਜੀ ਰਹੇ ਆ। ਤੋ ਇਹਦੇ ਦੋ ਹੀ ਇਫੈਕਟ ਹੋ ਰਹੇ, ਇੱਕ ਪਾਸੇ ਤਾਂ ਬੱਚੇ ਹਾਰਡ ਵਰਕ ਕਰਨਾ ਸਿੱਖ ਰਹੇ ਆ, ਨਾਲ ਸਟੱਡੀ ਕਰ ਰਹੇ ਆ, ਇੱਥੇ ਆ ਕੇ ਸਕਸੈਸਫੁਲ ਹੋ ਜਾਣਗੇ, ਇਹ ਸਾਡੀ ਆਸ ਹੈ। ਪਰ ਦੂਸਰੇ ਪਾਸੇ ਜਿਹੜੇ ਬੱਚੇ ਇੰਨੇ ਇੰਟੈਲੀਜੈਂਟ ਨੇ ਪੰਜਾਬ ਦੇ ਵਿੱਚ, ਉੱਥੇ ਘਰ ਦਾ ਕੋਈ ਬਹੁਤ ਘੱਟ ਬੱਚੇ ਨੇ ਜਿਹੜੇ ਕੰਮ ਕਰਦੇ ਨੇ, ਔਰ ਉੱਥੇ ਇਹ ਨਾਲ ਨਾਲ ਪੜ੍ਹਨ ਪੜ੍ਹਾਈ ਦੇ ਕੋਈ ਕੰਮ ਕਿਉਂ ਨਹੀਂ ਕਰਦੇ। ਜਿਵੇਂ ਅਸੀਂ ਵੀ ਐੱਮ ਏ ਤੱਕ ਪੜ੍ਹੇ, ਸਾਡੇ ਕੋਲ ਕੋਈ ਰੁਜ਼ਗਾਰ ਨਹੀਂ ਸੀ ਨਾਲ ਕਰਨ ਵਾਸਤੇ, ਸਿਰਫ ਫੁੱਲ ਟਾਈਮ ਪੜ੍ਹਦੇ ਸੀ ਜਾਂ ਘਰ ਦੇ ਕੰਮ ਕਰਦੇ ਸੀ। ਪਰ ਉੱਥੇ ਇਹ ਸਾਧਨ ਜਿਹੜੀ ਹੈ ਸਰਕਾਰਾਂ ਕਿਉਂ ਨਹੀਂ ਪੈਦਾ ਕਰਦੀਆਂ ਤਾਂ ਕਿ ਪੰਜਾਬ ਦਾ ਇੰਟੈਲੀਜੈਂਸ ਜਾਂ ਹਿੰਦੁਸਤਾਨ ਦੀ ਜਿਹੜੀ ਇੰਟੈਲੀਜੈਂਸ ਆ ਉਹਦੀ ਵਰਤੋਂ ਉੱਥੇ ਹੀ ਹੋਵੇ ਜ਼ਿਆਦਾ। ਸਰ ਗੁਰਦੋਵਾਲ ਸਾਹਿਬ, ਤੁਹਾਡਾ ਸਵਾਲ ਬਹੁਤ ਹੀ ਵਾਜਬ ਸਵਾਲ ਹੈ, ਇਹ ਇੱਕ ਸੱਭਿਆਚਾਰਕ ਸਵਾਲ ਹੈ। ਇੱਕ ਸਵਾਲ ਤਾਂ ਇਹ ਹੈ ਕਿ ਅਸੀਂ ਅੱਜ ਵੀ ਮੁੰਡੇ ਅਤੇ ਕੁੜੀ ਦੇ ਵਿਚਲਾ ਜਿਹੜਾ ਫਰਕ ਹੈ ਉਹਨੂੰ ਪੜ੍ਹੇ ਲਿਖੇ ਪਰਿਵਾਰਾਂ ਦੇ ਵਿੱਚ ਵੀ, ਚਾਹੇ ਆਪਾਂ ਉੱਪਰੋਂ ਉੱਪਰੋਂ ਜੋ ਮਰਜ਼ੀ ਸਫਾਈ ਦੇਈ ਜਾਈਏ, ਅਜੇ ਵੀ ਮੁੰਡਾ ਜਿਹੜਾ ਸਾਡੀ ਪਹਿਲੀ ਚਾਹਤ ਹੈ। ਹਾਂ, ਦੂਜਾ ਅਸੀਂ ਬੱਚਿਆਂ ਨੂੰ ਜ਼ਿੰਮੇਵਾਰ ਬਣਾਉਣ ਦੀ ਥਾਂ ਲੋਲੜ ਬਣਾ ਰਹੇ ਹਾਂ। ਪੜ੍ਹਿਆਂ ਲਿਖਿਆਂ ਦੇ ਵਿੱਚ ਵੀ ਮੈਂ ਦੱਸਦਾ, ਈਵਨ ਮੇਰਾ ਆਪਣਾ ਬੱਚਾ 7 ਵਾਰ ਕਿਸੇ 'ਤੇ ਚਾਹ ਪੀਂਦਾ ਸੀ। ਇਹ ਗੱਲ ਤੁਹਾਡੀ ਠੀਕ ਹੈ ਕਿ ਇੱਥੇ ਆ ਕੇ ਬੰਦਾ ਬਣ ਜਾਂਦਾ, ਆਪ ਚਾਹ ਬਣਾਉਣੀ, ਆਪ ਉੱਠਣ। ਹੁਣ ਜਦੋਂ ਫੋਨ ਕਰੀਦਾ, ਮੇਰੇ ਪਾਪਾ ਛੋਲੇ ਧਰੇ ਹੋਏ ਨੇ, ਮੈਂ ਭਟੂਰੇ ਬਣਾ ਰਿਹਾ ਅਤੇ ਮੈਂ ਆਂਡੇ ਬਣਾ ਰਿਹਾ। ਉਹ ਭਲਿਓ ਮਾਨਸੋ, ਇਹ ਗੱਲ ਬੱਚਿਆਂ ਦਾ ਨੁਕਸ ਨਹੀਂ ਹੈ, ਬੱਚੇ ਬਿਲਕੁਲ ਦੋਸ਼ੀ ਨਹੀਂ ਇਹਦੇ ਲਈ, ਅਸੀਂ ਜ਼ਿੰਮੇਵਾਰ ਹਾਂ। ਕਿਉਂਕਿ ਅਸੀਂ ਜਿਹੜੀ ਸੋਚ ਲੈ ਕੇ ਦਿੱਤੀ, ਅਸੀਂ ਸੋਚਦੇ ਵੀ 18-20 ਸਾਲ ਤੱਕ, ਈਵਨ ਬੇਟੀਆਂ ਨੇ, ਮੈਂ ਖੁਦ ਕਹਿੰਦਾ ਮੇਰੀ ਮਾਨਸਿਕਤਾ ਇਹੋ ਜਿਹਾ, ਮੈਂ ਕਹਿੰਦਾ ਕੁੜੀ ਨੇ ਕੰਮ ਨੂੰ ਹੱਥ ਨਹੀਂ ਲਾਉਣਾ, ਲੇਕਿਨ ਮੈਂ ਗਲਤ ਹਾਂ। ਹੁਣ ਮੈਨੂੰ ਪਤਾ ਲੱਗਦਾ ਕਿ ਨਹੀਂ, ਹੁਣ ਮੈਂ ਬੇਟੀ ਨੂੰ ਕਹਿੰਦਾ ਬੇਟਾ ਤੇਰਾ ਵਿਆਹ ਕਰਨਾ, ਬਾਹਰ ਜਾਣਾ, 10 ਬੰਦੇ ਤੇਰੇ ਘਰ ਆਉਣੇ ਨੇ। ਕੰਮ ਕਰਨ ਦਾ ਜਿਹੜਾ ਸੁਭਾਅ ਹੈ ਇੱਥੇ ਦੀ ਸੋਸਾਇਟੀ ਦੇ ਵਿੱਚ, ਕਿਉਂਕਿ 18 ਸਾਲ ਤੋਂ ਬਾਅਦ ਬੱਚੇ ਨੂੰ ਉਹਨਾਂ ਨੇ ਘਰੇ ਰੱਖਣਾ ਨਹੀਂ, ਇਸ ਕਰਕੇ ਅਸੀਂ ਬੱਚਿਆਂ ਨੂੰ ਇੱਕ ਬਣੀ ਬਣਾਈ ਰੋਟੀ ਦੇਣ ਦੇ ਰਾਹ ਪੈ ਗਏ। ਚੀਨ ਦੇ ਵਿੱਚ ਕਹਿੰਦੇ ਆ ਕਿ ਬੰਦੇ ਨੂੰ ਮੱਛੀ ਫੜਨ ਦਾ ਹੁਨਰ ਦਿਓ, ਉਹਨੂੰ ਮੱਛੀ ਨਾ ਫੜ ਕੇ ਦਿਓ। ਬਹੁਤ ਅੱਛੀ ਗੱਲ, ਇਹ ਬਹੁਤ ਵੱਡੀ ਗੱਲ ਹੈ। ਅਸੀਂ ਮੱਛੀਆਂ ਫੜ ਕੇ ਦਿੰਦੇ ਰਹੇ ਬੱਚਿਆਂ ਨੂੰ, ਉਨੇ ਹੀ ਲੋਲੜ ਬਣ ਗਏ। ਜਦੋਂ ਹੁਣ ਸਿਰ 'ਤੇ ਪੈਂਦੀ ਹੈ, ਕੱਪੜੇ ਵੀ ਧੋਂਦੇ ਆ, ਬੰਦੇ 'ਚ ਕੀ ਨਹੀਂ, ਆਪਾਂ ਬੈਠੇ ਹਾਂ। ਆਹੀ ਬੰਦਾ ਜਿਹੜਾ ਰਜਾਈ ਤੋਂ ਹੱਥ ਕੱਢਣ ਨੂੰ ਟਲਦਾ ਹੁੰਦਾ, ਉਹੀ ਬੰਦਾ ਬਾਲਟੀ ਨਾਲ ਉੱਠ ਕੇ ਨਹਾਉਣ ਵੀ ਲੱਗ ਜਾਂਦਾ। ਪਾਲਣ ਪੋਸ਼ਣ ਦੇ ਵਿੱਚ ਸਾਡਾ ਸੱਭਿਆਚਾਰਕ ਮੁੱਲ ਨੇ ਜਿਹੜੇ, ਉਹ ਬੱਚਿਆਂ ਨੂੰ ਕੰਮ ਵਾਲੇ ਪਾਸੇ ਪਾਉਣ ਦੀ ਥਾਂ ਉਹਨਾਂ ਨੂੰ ਨਿਕੰਮੇ ਬਣਾਉਣ ਵਾਲੇ ਪਾਸੇ ਪਾ ਰਹੇ ਹਾਂ। ਸਾਨੂੰ ਇਹ ਮੁੱਲ ਤੋੜਨ ਦੀ ਲੋੜ ਹੈ। ਸਾਨੂੰ ਉਹਨਾਂ ਨੂੰ ਭਵਿੱਖ ਦੇ ਵਿੱਚ ਤਿਆਰ ਕਰਨ ਦੇ ਲਈ ਪਹਿਲਾਂ ਤੋਂ ਜਲਦੀ ਉੱਠਣਾ, ਈਵਨ ਸਾਡੇ ਆਪਣੇ ਧਾਰਮਿਕ ਸੱਭਿਆਚਾਰ 'ਚ ਵੀ ਅੰਮ੍ਰਿਤ ਵੇਲੇ ਉੱਠਣ ਨੂੰ ਕਿੱਡਾ ਵੱਡਾ ਕਿਹਾ, ਲੇਕਿਨ ਅਸੀਂ ਧਰਮ ਦੇ ਨਾਂ 'ਤੇ ਇਸ ਗੱਲ ਨੂੰ ਕਹੀ ਜੇ ਵੀ ਆ ਰਹੇ ਤਾਂ ਧਰਮ ਵਾਲਿਆਂ ਨੇ ਕਿਹਾ, ਇਹ ਤਾਂ ਕੋਈ ਸਿਆਣਪ ਨਹੀਂ। ਜੇ ਬੰਦਾ ਅੰਮ੍ਰਿਤ ਵੇਲੇ ਉੱਠਦਾ, ਬਾਣੀ ਨਾ ਵੀ ਪੜ੍ਹੇ, ਰੱਬ ਦਾ ਨਾਂ ਵੀ ਲਵੇ, ਜਿਹੜਾ ਬੰਦਾ 5 ਵਜੇ ਉੱਠੂਗਾ ਦੂਜਿਆਂ ਨਾਲੋਂ ਤਾਂ 3 ਘੰਟੇ ਦਾ ਦਿਨ ਵੱਧ ਗਿਆ। ਲੇਕਿਨ ਅਸੀਂ ਇਹਨਾਂ ਪਾਸਿਆਂ 'ਤੇ ਸੋਚਿਆ ਨਹੀਂ ਹੈ, ਨਾ ਸੋਚਣ ਕਰਕੇ ਫਿਰ ਸਾਨੂੰ ਇੱਕ ਵੇਲੇ ਜਦੋਂ ਸਾਡੇ ਕੋਲ ਲਕੀਰ ਖਿੱਚੀ ਜਾਂਦੀ ਹੈ, ਸਾਨੂੰ ਫਿਰ ਔਖਾ ਲੱਗਦਾ। ਅਤੇ ਮੈਂ ਸਮਝਦਾ ਪੇਰੈਂਟਸ ਨੂੰ ਜਿਹੜੇ ਉੱਥੇ ਬੈਠੇ ਨੇ, ਇੱਥੇ ਬੈਠੇ ਨੇ, ਸਾਨੂੰ ਬੱਚਿਆਂ ਨੂੰ ਮਜ਼ਬੂਤ ਕਰਨ ਦੇ ਲਈ, ਸਿਆਣੇ ਕਰਨ ਦੇ ਲਈ, ਤਕੜੇ ਕਰਨ ਦੇ ਲਈ, ਗਿਆਨਵਾਨ ਕਰਨ ਦੇ ਲਈ ਉਹਨਾਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਨੇ, ਸਹੂਲਤਾਂ ਦੇਣੀਆਂ ਚਾਹੀਦੀਆਂ ਨੇ, ਲੇਕਿਨ ਆਪਣੇ ਪੈਰਾਂ 'ਤੇ ਆਪ ਖੜ੍ਹੇ ਹੋਣ। ਜੀ ਡਾਕਟਰ ਸਾਹਿਬ, ਇਹ ਤਾਂ ਗੱਲ ਹੋ ਗਈ ਤੁਹਾਡੀ ਵੀ ਇੱਥੇ ਵਾਲੇ ਪੇਰੈਂਟਸ ਨੂੰ, ਪਰ ਇੱਥੇ ਵਾਲੇ ਪੇਰੈਂਟਸ ਸਟਾਲਣਗੇ, ਬੱਚਾ ਪਾਰਟ ਟਾਈਮ ਕੰਮ 'ਤੇ ਚਲਿਆ ਜਾਊਗਾ। ਮੈਂ ਗੱਲ ਇੰਡੀਆ ਵਾਲੀ ਕਹਿਣੀ ਚਾਹੁੰਦਾ ਸੀ, ਇੱਥੇ ਆ ਕੇ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਜੀ, ਜਦੋਂ ਮੇਰੇ ਨਾਲ ਵੀ ਗੱਲ ਚੱਲਦੀ ਨਾ ਜੀ, ਉੱਥੇ ਵਾਲਾ ਤਾਂ ਵਿਹਲੜ ਹੁੰਦਾ ਜੀ, ਕੰਮ ਨੂੰ ਹੱਥ ਲਾ ਕੇ ਰਾਜੀ ਨਹੀਂ ਜੀ, ਉੱਥੇ ਕੁਛ ਕਾਰਨ ਤਾਂ ਬਣ ਸਕਦੇ ਆ। ਪਰ ਮੈਂ ਇਹਦੇ ਬਾਰੇ ਬਹੁਤ ਟਰਾਈ, ਮੈਂ ਆਪਣਾ ਪ੍ਰੈਕਟੀਕਲੀ ਦੱਸਦਾ ਹੁੰਦਾ ਵੀ ਇਹ ਗੱਲ ਉੱਥੇ ਹੈ ਨਹੀਂ, ਚਾਹੁੰਦਾ ਹੋਇਆ ਵੀ ਬੰਦਾ ਨਹੀਂ ਕਰ ਸਕਦਾ। ਉਹੀ ਬੱਚੇ ਜਦੋਂ ਇੱਥੇ ਆਉਂਦੇ ਆ, ਦੂਜੇ ਦਿਨ ਕੰਮ ਲੱਭਦੇ ਆ। ਈਵਨ 65 ਸਾਲ ਦੇ ਬੰਦੇ ਮੈਂ ਇੱਥੇ ਆ ਕੇ ਜੇ ਇਹ ਕਹਿਣਗੇ ਜੀ, ਕੱਲ੍ਹ ਨੂੰ ਯਾਰ ਫਾਰਮ 'ਚ ਕੰਮ ਦਵਾ ਦਿਓ, ਚੰਗੇ ਚੰਗੇ, ਮਤਲਬ ਇੱਥੇ ਮਿਹਨਤ ਵੀ ਮਿਲਦੀ ਹੈ, ਗੱਲ ਵੀ ਸਾਨੂੰ ਨੋਟ ਕਰਨੀ ਪਊਗੀ। ਇਹ ਸਾਨਾਰ ਸਿੰਘ ਦੂਜੀ ਗੱਲ ਹੈ ਜੀ,
ਮੈਂ ਜੋ ਇੱਥੇ ਮਹਿਸੂਸ ਕੀਤਾ, ਇੱਥੇ ਇੱਕ ਤਾਂ ਕੰਮ ਦੇਖੋ, ਆਪਾਂ ਭਾਈਚਾਰਕ ਤੌਰ 'ਤੇ ਜੋ ਮਰਜ਼ੀ ਕਹੀ ਜਾਂਦੇ ਹਾਂ, ਪੰਜਾਬੀ ਭਾਈਚਾਰੇ ਦੀ ਬੜੀ ਸ਼ਾਨ ਹੈ ਇੱਥੇ, ਲੇਕਿਨ ਕਈ ਗੱਲਾਂ ਸਾਡੇ 'ਚ ਵੀ ਐਸੀਆਂ ਨੇ ਜਿਹੜੀਆਂ ਪੰਜਾਬੀ ਭਾਈਚਾਰੇ ਦਾ ਨਾਂ ਨੀਵਾਂ ਕਰਦੀਆਂ ਨੇ। ਮਸਲਨ ਉੱਥੇ ਬੱਚਿਆਂ 'ਚ ਇਹ ਪ੍ਰਭਾਵ ਹੈ ਵੀ ਰੁਜ਼ਗਾਰ ਦੇ ਕੇ ਜਿੰਨਾ ਪੰਜਾਬੀ ਪੰਜਾਬੀ ਦਾ ਗਲ ਘੁੱਟਦਾ, ਗੋਰੇ ਨਹੀਂ ਘੁੱਟਦੇ, ਹੈ ਨਾ। ਹੁਣ ਮੇਰੇ ਕਹਿਣ ਨਾਲ ਤਾਂ ਪੰਜਾਬੀ ਭਾਈਚਾਰਾ ਉੱਪਰ ਨਹੀਂ ਚੜ੍ਹਨ ਲੱਗਿਆ, ਗੋਰੇ ਡਿੱਗਣ ਨਹੀਂ ਲੱਗੇ। ਜੇ ਗੋਰੇ ਗਲਤ ਕੰਮ ਕਰਦੇ, ਡਿਸਕ੍ਰਿਮੀਨੇਟ ਕਰਦੇ, ਉਹ ਵੀ ਮਾੜਾ। ਲੇਕਿਨ ਜੇ ਅਸੀਂ ਪੰਜਾਬੀ ਹੋ ਕੇ ਪੰਜਾਬੀ ਬੱਚਿਆਂ ਨੂੰ ਸਹੂਲਤ ਦੇਣ ਦੀ ਥਾਂ ਆਪਣੀ ਲੁੱਟ ਨੂੰ ਬਰਕਰਾਰ ਰੱਖਣ ਦੀ ਥਾਂ $2-4 ਘੱਟ ਦਿੰਦੇ, ਇਹ ਵੀ ਕੋਈ ਪੰਜਾਬੀਅਤ ਨਹੀਂ ਹੈ। ਦੂਜੀ ਗੱਲ, ਉੱਥੇ ਮੌਕਾ ਹੀ ਨਹੀਂ ਹੈ ਕੋਈ। ਤੁਸੀਂ ਮੈਨੂੰ ਦੱਸੋ, ਹਿੰਦੁਸਤਾਨ ਦੇ ਕਾਂਸਟੀਟਿਊਸ਼ਨ ਦੇ ਵਿੱਚ ਕਿਹੜੇ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਪਾਰਟ ਟਾਈਮ ਜੋਬ ਕਰਨ ਦਾ ਕੋਈ ਹੈ ਨਹੀਂ, ਨਾ ਹੋਣ ਕਰਕੇ। ਹੁਣ ਮੇਰੇ ਕੋਲ, ਮੈਂ ਘਨੌਰ ਕਾਲਜ ਦਾ ਪ੍ਰਿੰਸੀਪਲ ਸੀ, ਇੱਕ ਬੱਚਾ ਆਇਆ ਰੋਣ ਲੱਗ ਗਿਆ। ਮੈਂ ਵੀ ਕਿਉਂ ਰੋਣਾ? ਕਹਿੰਦੇ ਜੀ ਮੇਰੀ ਹਾਜ਼ਰੀਆਂ, ਮੇਰੇ ਟੀਚਰ। ਮੈਂ ਉਹਨੂੰ ਪੁੱਛਿਆ, ਮੈਂ ਤੇਰੀ ਪ੍ਰੋਬਲਮ ਕੀ ਹੈ? ਕਹਿੰਦੇ ਜੀ ਮੇਰੇ ਘਰ ਕੋਈ ਨਹੀਂ, ਮੈਂ ਇੱਕ ਮਿੱਲ ਦੇ ਵਿੱਚ ਰਾਤ ਨੂੰ ਚੌਕੀਦਾਰਾ ਕਰਦਾ। ਮੇਰੇ ਮਨ ਨੂੰ ਨਾਰ ਸਿੰਘ ਇੰਨਾ ਧੱਕਾ ਲੱਗਿਆ, ਮੈਂ ਕਿਹਾ ਇਹ ਚਾਹੇ ਇੱਕ ਦਿਨ ਵੀ ਨਾ ਆਵੇ, ਜਿਹੜਾ ਬੱਚਾ ਰਾਤ ਨੂੰ ਚੌਕੀਦਾਰਾ ਕਰਕੇ ਪੜ੍ਹ ਰਿਹਾ ਉਹ ਅਵਾਰਾਗਰਦ ਨਹੀਂ ਹੈ। ਇਹਦਾ ਕਿਸੇ ਨੇ ਰੋਲ ਨੰਬਰ ਨਹੀਂ ਰੋਕਣਾ ਅਤੇ ਇਹਨੂੰ ਪੜ੍ਹਨ ਲਈ ਪੂਰੀ ਸਹੂਲਤ ਦੇਣੀ। ਲੇਕਿਨ ਕਿੰਨੇ ਕੁ ਬੱਚੇ ਨੇ ਬਿਲਕੁਲ ਇਸ ਤਰ੍ਹਾਂ ਕਰਨ ਵਾਲੇ? ਅਸੀਂ ਮੌਕਾ ਪ੍ਰਦਾਨ ਨਹੀਂ ਕਰ ਰਹੇ। ਜੇ ਇੱਥੇ ਮਿਲਦਾ ਮੌਕਾ ਤਾਂ ਹੀ ਤੁਹਾਨੂੰ ਆ ਕੇ ਫੋਨ ਕਰਦੇ ਲੋਕ ਵੀ ਦਿਓ ਭਾਈ ਸਾਨੂੰ ਕੰਮ ਲੱਭ ਕੇ ਦਿਓ। ਜੀ ਡਾਕਟਰ ਸਾਹਿਬ, ਸਾਡੇ ਨਾਲ ਕਾਲਰ ਨੇ ਜੀ। ਜੀ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਤੁਸੀਂ ਯਾਰ ਤੇ ਜੀ? ਹੈਲੋ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਹਿੰਦਰ ਸਿੰਘ ਆ। ਜੀ ਮਹਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਡਾਕਟਰ ਸਾਹਿਬ ਦੇ ਨਾਲ 100% ਸਹਿਮਤ ਹਾਂ ਜੀ ਕਿ ਸਾਡੇ, ਹਾਂਜੀ ਹਾਂਜੀ ਕਰੋ ਗੱਲ, ਸਾਡੇ ਬੱਚੇ ਉੱਥੇ ਬਿਲਕੁਲ ਕੋਈ ਕੰਮ ਕਰਕੇ ਰਾਜੀ ਨਹੀਂ। ਅਸੀਂ ਉਹਨਾਂ ਦੇ ਵਿੱਚ ਸੀ, ਮੈਂ 1965 ਦੇ ਵਿੱਚ ਇੰਡੀਆ ਤੋਂ ਲੰਡਨ ਆਇਆ ਸੀ ਜੀ। ਮੈਂ ਇੰਡੀਆ ਦੇ ਵਿੱਚ ਸੈਕੰਡ ਕਲਾਸ ਪੜ੍ਹਾਉਂਦਾ ਸੀ, ਐਮ ਏ ਬੀ ਐਡ ਕਰਕੇ। ਲੇਕਿਨ 2 ਸਾਲ ਆ ਕੇ ਮੈਨੂੰ ਇੱਕ ਫੱਟਿਆਂ ਦੇ ਵਿੱਚ ਮੇਖਾਂ ਲਾਉਣੀਆਂ ਪਈਆਂ, ਜਿਹੜਾ ਕਿ ਕਦੀ ਵੀ ਉੱਥੇ ਇੱਦਾਂ ਦਾ ਕੰਮ ਨਹੀਂ ਸੀ ਕਰ ਸਕਦੇ। ਲੇਕਿਨ ਉੱਥੇ ਬਿਲਕੁਲ ਹੀ ਪੇਰੈਂਟਸ ਵੀ ਨਹੀਂ ਕਰਨ ਦਿੰਦੇ ਸੀ, ਆਪ ਵੀ ਬੱਚਾ ਕੋਈ ਨਹੀਂ ਸੀ ਕਰਦਾ। ਜੇ ਉੱਥੇ ਇਹੋ ਇੰਟੈਗਰਿਟੀ ਹੋਵੇ, ਇਹੋ ਜਿਹਾ ਕੋਈ ਸਿਸਟਮ ਹੋਵੇ ਤੇ ਅਸੀਂ, ਮੇਰਾ ਖਿਆਲ ਆ, ਤੇ ਹੋਰ ਵੀ ਕਾਮਯਾਬ ਹੋ ਸਕਦੇ ਸੀ। ਸਾਨੂੰ ਵੀ ਉੱਥੋਂ ਕਿਉਂ ਆਉਣਾ ਪਿਆ? ਕਿਉਂਕਿ ਉੱਥੇ ਐਜ ਟੀਚਰ ਹੁੰਦੇ ਹੋਏ, ਸੈਕੰਡ ਕਲਾਸ ਟੀਚਰ ਹੁੰਦੇ ਵੀ ਸਾਡੇ ਰੁਜ਼ਗਾਰ ਇੰਨੇ ਨਹੀਂ ਸੀ ਚੰਗੇ। ਲੇਕਿਨ ਇੱਥੇ ਆ ਕੇ ਅਸੀਂ ਇੱਕ ਕਿੱਦਾਂ ਮਿਹਨਤ ਸਮਝ ਲਓ ਤੁਸੀਂ, ਇੱਕ ਵਰਕਰ ਇੱਕ ਫੈਕਟਰੀ ਦੇ ਵਿੱਚ ਧੱਕੇ ਖਾਣ ਵਾਲੀ ਗੱਲ ਸੀ, ਪਰ ਖਾਧੇ ਧੱਕੇ ਖਾਧੇ ਧਾਣ ਤੋਂ ਬਾਅਦ ਐਜੂਕੇਸ਼ਨ ਸੀਗੀ ਤਾਂ ਅਸੀਂ ਗੁੱਡ ਪੋਜੀਸ਼ਨ ਚਲੇ ਗਏ। ਬੱਚਿਆਂ ਨੂੰ ਟ੍ਰੇਨਿੰਗ ਉੱਥੇ ਵੀ ਹੋਣੀ ਚਾਹੀਦੀ ਆ, ਇੱਥੇ ਵੀ ਤਾਂ ਹੈ ਹੀ ਆ, ਤੇ ਉੱਥੇ ਪੇਰੈਂਟਸ ਵੀ ਬੱਚਿਆਂ ਨੂੰ ਕੰਮ ਨਹੀਂ ਕਰਨ ਦਿੰਦੇ। ਜੀ ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਦੇ ਲਈ। ਜੀ ਡਾਕਟਰ ਸਾਹਿਬ, ਨਾਰ ਸਿੰਘ ਜਿਹੜੀ ਗੱਲ ਭਾਈ ਸਾਹਿਬ ਉਹਨਾਂ ਨੇ ਕਹੀ, ਸਾਨੂੰ ਥੋੜ੍ਹਾ ਜਿਹਾ ਹੋਰ ਪਿੱਛੇ ਜਾਣ ਦੀ ਲੋੜ ਹੈ। ਉਹਦੀਆਂ ਜੜ੍ਹਾਂ ਸਾਡੇ ਭਾਰਤੀ ਸੱਭਿਆਚਾਰ 'ਚ ਪਈਆਂ ਨੇ ਜੀ। ਜਦੋਂ ਭਾਰਤੀ ਸੱਭਿਆਚਾਰ ਜਾਤ ਪਾਤ ਦੇ ਵਿੱਚ ਵੰਡਿਆ ਗਿਆ, ਕਿਸੇ ਜ਼ਮਾਨੇ ਤਾਂ ਹੋ ਸਕਦਾ ਉਹ ਕੰਮ ਦੇ ਆਧਾਰ 'ਤੇ ਵੰਡ ਹੋਵੇ, ਲੇਕਿਨ ਬਾਅਦ ਦੇ ਵਿੱਚ ਉਹ ਜਾਤ ਨਾਲ ਬੱਝ ਗਈ ਤਾਂ ਭਾਰਤੀ ਜਿਹੜੀ ਬ੍ਰਾਹਮਣੀ ਵਿਚਾਰਧਾਰਾ, ਬ੍ਰਾਹਮਣ ਨਹੀਂ ਮੈਂ ਬ੍ਰਾਹਮਣ ਦੇ ਵਿਰੁੱਧ ਨਹੀਂ ਹਾਂ, ਵਿਚਾਰਧਾਰਾ, ਉਸ ਵਿਚਾਰਧਾਰਾ ਦੇ ਵਿਰੁੱਧ ਆ। ਉਹਨੇ ਕੀ ਕੀਤਾ ਕਿ ਜਾਤ ਪਾਤ ਨਾਲ ਬੰਨ ਕੇ ਕਿਰਤ ਨੂੰ ਵੀ ਨੀਵਾਂ ਕੀਤਾ, ਕਿਰਤੀ ਨੂੰ ਵੀ ਨੀਵਾਂ ਕੀਤਾ। ਤੁਸੀਂ ਦੇਖੋਗੇ ਕਿ ਅਛੂਤ ਹੋਣਾ, ਯਾਨੀ ਅੰਬੇਡਕਰ ਵਰਗਿਆਂ ਨੂੰ ਪਾਣੀ ਨਹੀਂ ਸੀ ਪੀਣ ਦਿੰਦੇ ਕਲਾਸ ਦੇ ਵਿੱਚ, ਹੈਂਜੀ, ਪਰਛਾਵਾਂ ਨਹੀਂ ਪੈਣ ਦਿੰਦੇ। ਹੁਣ ਵੀ ਤੁਸੀਂ ਉੜੀਸਾ ਦੇ ਵਿੱਚ ਜੇ ਫਿਊਡਲਿਜ਼ਮ ਨੂੰ ਦੇਖੋ, ਯੂਪੀ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਅੱਜ ਵੀ ਗੱਲ ਕਰਦਾ ਡੈਮੋਕ੍ਰੇਸੀ ਦੇ ਵਿੱਚ, ਅੱਧਿਆਂ ਪਿੰਡਾਂ ਦੇ ਵਿੱਚ ਵੋਟ ਨਹੀਂ ਪਾਉਣ ਦਿੰਦੇ ਗੁੰਡੇ, ਔਰ ਬੰਦੇ ਨੂੰ ਘੋੜੀ 'ਤੇ ਨਹੀਂ ਚੜ੍ਹਨ ਦਿੰਦੇ ਅੱਜ ਵੀ। ਸੋ ਕਹਿਣ ਦਾ ਮਤਲਬ ਕਿ ਜਿਹੜੀ ਡਿਗਨਿਟੀ ਆਫ ਲੇਬਰ ਹੈ ਇੱਥੇ, ਵੈਸਟ ਦੇ ਵਿੱਚ ਜਾਤ ਨਹੀਂ ਹੈ। ਉੱਥੇ ਜੇ ਕੋਈ ਬੰਦਾ ਕਲੀਨ ਦਾ ਕੰਮ ਕਰਦਾ
ਤਾਂ ਉਨਾ ਹੀ ਡਿਗਨੀਫਾਈਡ ਹੈ। ਮੈਂ ਇੱਥੇ ਮੈਕਡੋਨਲ ਦੇ ਵਿੱਚ ਇੱਕ ਵਾਰ ਗਿਆ ਕਿਸੇ ਦੋਸਤ ਦੇ ਨਾਲ, ਉਹ ਬੰਦੇ ਨੇ ਸਫਾਈ ਕੀਤੀ, ਜਰਾਬਾਂ ਪਾਈਆਂ ਹੋਈਆਂ, ਉਹਦੇ ਬੂਟ ਪਾਏ ਪਲਾਸਟਿਕ ਦੇ, ਹੱਥ ਧੋਤੇ, ਸਾਡੇ ਸਾਹਮਣੇ ਆ ਕੇ ਕੌਫੀ ਦੇ ਟੇਬਲ 'ਤੇ ਬੈਠ ਗਿਆ ਅਤੇ ਉਹਨੇ ਕੱਪ ਕੌਫੀ ਦਾ ਆਰਡਰ ਕੀਤਾ ਅਤੇ ਪੀਤਾ। ਸਾਡੇ ਨਹੀਂ ਕੋਈ ਬੈਠ ਸਕਦਾ, ਸਾਡੇ ਤਾਂ ਯੂਨੀਵਰਸਿਟੀ 'ਚ ਬੈਠੇ ਪ੍ਰੋਫੈਸਰ ਦੇ ਨਾਲ ਵੀ ਸੇਵਾਦਾਰ ਬੈਠ ਕੇ ਚਾਹ ਨਹੀਂ ਪੀ ਸਕਦਾ। ਕਿਉਂ? ਸਾਡੇ ਦਿਮਾਗ 'ਚ ਉਹ ਕੂੜਾ ਭਰਿਆ ਹੋਇਆ ਹੈ ਵੀ ਜਿਹੜਾ ਨੀਵੇਂ ਕੰਮ ਕਰਨ ਵਾਲਾ ਬੰਦਾ ਵੀ ਨਹੀਂ। ਇਸ ਕਰਕੇ ਜਾਣੀ ਜਿਵੇਂ ਧਰਮ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ, ਘਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਹਾਂਜੀ, ਜਾਂ ਗੁਰੂ ਸਾਹਿਬ ਨੇ ਕੀਤਾ ਵੀ ਜਾਤੀ ਦੇ ਕੇ ਹੱਥ, ਹਾਂਜੀ, ਜਾਤ ਹੈ ਜਿਹੜੀ, ਜਾਤ ਪਾਤ ਪੁੱਛੇ ਨਾ ਕੋਈ, ਹਰ ਕੋ ਭਜੇ ਸੋ ਹਰ ਕੋ ਹੋਏ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰ ਗਿਆ ਬੈਸਣ ਪਾਈ ਹੈ। ਜਿਹੜੀ ਸੇਵਾ ਲਾਣਤ ਸੀ ਸਿੱਖ ਧਰਮ ਨੇ ਉਸ ਸੇਵਾ ਨੂੰ ਦਰਗਾਹ ਦੀ ਪੌੜੀ ਬਣਾਤਾ, ਨੀਚਾ ਅੰਦਰ ਨੀਚ ਕਿਹਾ। ਇਹ ਗੱਲਾਂ ਅਸੀਂ ਧਰਮ ਦੇ ਵਿੱਚ ਪੈਦਾ ਕਰਕੇ ਲੋਕਾਂ ਤੱਕ ਲਿਜਾਣ ਦੀ ਥਾਂ, ਸਾਡੇ ਤਾਂ ਗੁਰਦੁਆਰਿਆਂ 'ਚ ਅੱਜ ਵੀ ਪਿੰਡਾਂ 'ਚ ਹਰੀਜਨਾਂ ਨੂੰ ਵਿਚਾਰਿਆਂ ਨੂੰ ਬਰਾਬਰ ਨਹੀਂ ਬੈਠਣ ਦਿੰਦੇ। ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦਿੱਤਾ ਸੀ, ਇਹ ਧਰਮ ਕਿੰਨਾ ਵਧੀਆ ਸੀ, ਲੇਕਿਨ ਉਹ ਵਿਤਕਰੇ ਜਿਹੜੇ ਪਏ ਨੇ ਉਹਨਾਂ ਨਾਲ ਕਿਰਤ ਅਤੇ ਕਿਰਤੀ ਦੋ ਹੀ ਨੀਵੇਂ ਹੋਏ। ਉਹਦੇ ਕਰਕੇ ਅੱਜ ਤੱਕ ਵੀ ਸਾਡੇ ਮਨਾਂ ਦੇ ਵਿੱਚ ਸੰਸਕਾਰ ਵਸੇ ਹੋਏ ਨੇ, ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਮੈਂ ਨੀਵਾਂ ਕੰਮ ਕਰਦਾ ਸੀ। ਨਹੀਂ, ਕੋਈ ਕੰਮ ਨੀਵਾਂ ਅਤੇ ਉੱਚਾ ਨਹੀਂ ਹੈ, ਇਹ ਸਾਡੀ ਸੋਚ ਹੈ ਜਿਹੜੀ ਉਹਨੂੰ ਨੀਵਾਂ ਅਤੇ ਉੱਚੇ ਬਣਾਉਂਦੀ ਹੈ, ਸਮਾਜਿਕ ਦਰਜੇ ਬਣਦੇ ਜੀ। ਲਓ ਜੀ, ਸਾਡੇ ਨਾਲ ਇੱਕ ਕਾਲਰ ਹੈ ਜੀ, ਇੱਕ ਮਿੰਟ ਕਾਲ ਆਪਾਂ ਆਉਣਾ ਹੈ, ਫਤਵਾ ਸਾਹਿਬ ਇੱਕ ਕਾਲਰ ਲੈ ਲਈਏ ਨਾਲ, ਫਿਰ ਤੁਹਾਡੇ ਵੱਲ ਆਉਣਾ ਜੀ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਸਤਿ ਸ਼੍ਰੀ ਅਕਾਲ, ਮੈਂ ਕਾਫੀ ਤੁਹਾਡਾ ਵੋਟਿੰਗ ਦੇ ਬਾਰੇ ਵੀ, ਧਰਮ ਨੂੰ ਆਪਾਂ ਪੋਲੀਟਿਕਸ ਸਾਰਾ ਮਿਕਸ ਹੀ ਹੈ ਨਾ, ਚੱਲ ਰਿਹਾ ਆਪਣੇ ਵਿਚਾਰ ਦੇ, ਮੈਂ ਤਾਂ ਮੈਂ ਇਹ ਤੁਹਾਨੂੰ ਦੱਸ ਰਿਹਾ 10 ਮਿੰਟਾਂ ਤੱਕ ਪਹਿਲਾਂ ਪ੍ਰੋਗਰਾਮ ਹੋਣਾ ਸਾ ਜੀ। ਹਾਂਜੀ ਹਾਂਜੀ ਹਾਂਜੀ, ਮੇਰਾ ਇੱਕ ਕੁਐਸਚਨ ਹੈ ਜੀ, ਇੱਥੇ ਆਪਣੇ ਕੈਨੇਡਾ ਵਿੱਚ ਰਹਿ ਰਿਹਾ ਮੈਂ, ਤਾਂ ਆਪਣਾ ਸਾਰੇ ਜਿਹੜੇ ਤੁਹਾਡੇ ਲਾਈਵ ਚੱਲ ਰਿਹਾ ਹੈ ਨਾ ਜੀ ਇੱਥੇ, ਇੱਥੇ ਆਪਣੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਕਿਹੜੀ ਕਮਿਊਨਿਟੀ ਜਿਹੜੀ ਇੱਥੇ ਵੋਟ ਨਹੀਂ ਪਾਉਂਦੀ ਗੀ, ਉਹਨੂੰ ਧਰਮ ਦੇ ਵੱਲੋਂ ਨਕਾਰਿਆ ਗਿਆ ਵਾ, ਤੁਸੀਂ ਵੋਟ ਨਹੀਂ ਪਾ ਸਕਦੇ, ਦੱਸਣ ਉਹਦੇ ਬਾਰੇ ਸਾਨੂੰ ਨੌਲੇਜ ਹੈਗੀ ਸਰ ਵੀ, ਫਟਾਫਟ ਆਪਣੇ ਪੰਜਾਬੀ ਕਮਿਊਨਿਟੀ ਵੀ ਕਾਫੀ ਉਹਦੇ ਵਿੱਚ ਅੱਜ ਕੱਲ੍ਹ ਮਿਕਸ ਹੋ ਰਹੀ ਆ, ਉਹ ਵੋਟ ਪਾਉਣਾ ਪਸੰਦ ਨਹੀਂ ਕਰਦੇ, ਸਾਨੂੰ ਦੱਸ ਸਕਦੇ ਹੋ ਤੁਸੀਂ, ਕੈਨੇਡਾ ਦੀ ਗੱਲ ਕਰਾਂ ਜੀ, ਸਾਡੇ ਨੌਲੇਜ 'ਚ ਤੁਹਾਡੇ ਹੈ ਜੀ ਕੁਦਰਤ ਸਾਹਿਬ ਕੋਈ ਇਹੋ ਜਿਹਾ ਆਪਣੇ ਲੋਕ ਵੋਟ ਪਾਉਣਾ ਪਸੰਦ ਕਰਦਾ ਜਿਹੜਾ ਬੰਦਾ ਸਿਟੀਜ਼ਨ ਆ ਇੱਥੇ ਦਾ, ਲੀਗਲ ਸਿਟੀਜ਼ਨ ਜਿਹੜਾ ਹੈਗਾ ਕੈਨੇਡਾ ਦੇ ਵਿੱਚ, ਔਰ ਉਹਦੀ ਏਜ ਜਿਹੜੀ ਹੈ ਉਹ ਸਹੀ ਹੈਗੀ ਹੈ 18 ਇਅਰ ਮਤਲਬ ਹੈਗੀ, ਹਾਂ, ਤੇ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈ, ਉਹ ਆਪਣਾ ਹਾਂਜੀ, ਤੁਸੀਂ ਕੀ ਨਾਮ ਰੱਖਣਾ ਚਾਹੁੰਦੇ ਜੀ? ਨਹੀਂ, ਮੇਰਾ ਸਵਾਲ ਇਹ ਹੈ ਜੀ, ਇੱਥੇ ਇੱਕ ਸਭ ਤੋਂ ਵੱਡਾ ਆਪਾਂ ਮੋਸਟਲੀ ਆਪਾਂ ਤੁਸੀਂ ਸਮਝ ਲੈਣਗੇ, ਸਮਝਾਓ ਜੀ, ਕਈਆਂ ਨੇ ਆਪਾਂ ਜਿੱਥੇ ਮੂਹ ਹੋਇਆ ਹੈ ਕ੍ਰਿਸਚਨ ਧਰਮ ਕ੍ਰਿਸਚਨਿਟੀ ਆ ਹਨਾ ਜੀ, ਤੇ ਆਪਾਂ ਇੱਥੇ ਆਏ ਹਾਂ ਮੋਸਟਲੀ ਆਪਣੇ ਪੰਜਾਬੀ ਕਈ ਪਰਿਵਾਰਾਂ ਨੇ ਵੀ ਕ੍ਰਿਸਚਨ ਧਰਮ ਅਪਣਾ ਲਿਆ, ਉਹਦਾ ਬਹੁਤ ਵੱਡਾ ਇਫੈਕਟ ਜਿਹੜੇ ਉਹ ਧਰਮ ਨੂੰ ਨਹੀਂ ਮੰਨਦੇ, ਉਹ ਵੋਟ ਨਹੀਂ ਪਾਉਂਦੇ ਇੱਥੇ, ਮੋਸਟਲੀ ਜਿਹੜੀ ਆਪਣੇ ਵਾਈਟ ਕਮਿਊਨਿਟੀ ਕਹਿ ਸਕਦੇ ਹਾਂ ਆਪਾਂ, ਜੋ ਵੀ ਆ ਪਹਿਲੀ ਗੱਲ ਤਾਂ ਜੀ ਆਪਣੇ ਕੋਈ ਵਿਅਕਤੀਗਤ ਤੌਰ ਤੇ ਨਹੀਂ ਪਾਉਣਾ ਚਾਹੁੰਦਾ ਹੋਊਗਾ ਉਹ, ਮੇਰਾ ਖਿਆਲ ਕੋਈ ਹੋਰ, ਪਰ ਸਾਡੇ ਨਾ ਕੋਈ ਇੱਥੇ ਲਵ ਜਹਾਦ ਵਾਲੀ ਗੱਲ ਹੈ, ਨਾ ਇੱਥੇ ਵੀ ਘਰ ਵਾਪਸੀ ਵਾਲੀ ਗੱਲ, ਕਿਉਂਕਿ ਉੱਥੇ ਗਰੀਬੀ ਵਾਰੀ ਲੋਕ ਮਤਲਬ ਉੱਥੇ ਕੀ ਪ੍ਰੋਬਲਮਾਂ ਨੇ ਇਹ ਉੱਥੇ ਨੇ, ਇੱਥੇ ਮੇਰਾ ਖਿਆਲ ਵੀ ਮੈਂ ਤਾਂ ਕਦੇ ਮੁੱਦਿਆਂ ਤੇ ਆਈਏ। ਹਾਂਜੀ, ਜਿਹੜੀ ਇੱਥੇ ਗੱਲ ਆਪਾਂ ਜਿਹੜੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਸਾਡੀ ਕਿਰਤ ਦੇ ਉੱਤੇ ਜਿਹੜੀ ਗੱਲ ਚੱਲ ਰਹੀ ਸੀ, ਮੈਂ ਉੱਥੇ ਇਹੀ ਕਰਨਾ ਵੀ ਇੱਥੇ ਕੈਨੇਡਾ ਦੇ ਵਿੱਚ ਜਾਂ US ਦੇ ਵਿੱਚ ਜਾਂ ਜਿੰਨੇ ਵੀ ਜਿਹੜੇ ਵੈਸਟਰਨ ਕੰਟਰੀ ਮੋਸਟਲੀ ਇਹਦੇ ਵਿੱਚ ਕਿਰਤ ਦੀ ਕਦਰ ਆ, ਅਤੇ ਤੁਹਾਨੂੰ ਇਹ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ ਕੀ ਕੰਮ ਕਰਦੇ ਹੋ, ਜੇ ਇੱਕ ਬੰਦਾ ਕੰਮ ਕਰਦਾ ਪੈਸੇ ਬਣਾ ਰਿਹਾ ਆਪਣਾ ਘਰ ਬਾਰ ਚਲਾ ਰਿਹਾ ਇਮਾਨਦਾਰ ਨਾਲ, ਜੋ ਵੀ ਜਿਹੜਾ ਬੰਦਾ ਕੰਮ ਕਰਦਾ ਇੱਥੇ ਕਿਰਤ ਦੀ ਕਦਰ ਆ, ਕੀ ਕਿਰਤ ਕਰ ਰਹੇ ਇਹਦਾ ਕੋਈ ਕੁਐਸਚਨ ਨਹੀਂ ਹੈ, ਔਰ ਇਹੀ ਕਾਰਨ ਹੈ ਕਿ ਸਾਡੀਆਂ ਜਿਹੜੀਆਂ ਕਮਿਊਨਿਟੀਜ਼ ਜਿੰਨੀਆਂ ਵੀ ਅਸੀਂ ਇੰਡੀਆ ਤੋਂ ਆਉਂਦੇ ਹਾਂ ਜਾਂ ਹੋਰ ਦੇਸ਼ਾਂ ਤੋਂ ਵੀ ਜਿਹੜੇ ਲੋਕ ਆਉਂਦੇ ਆ, ਉਹਨਾਂ ਨੂੰ ਜਿਹੜਾ ਵੀ ਕੰਮ ਮਿਲਦਾ ਉਹਨਾਂ ਨੂੰ ਲੱਗਦਾ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ, ਮੈਂ ਨਾ ਆਪਣਾ ਪਰਿਵਾਰ ਉਹ ਚਲਾਉਂਦੇ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਇਹਦੇ ਨਾਲ ਮੇਰੇ ਸਟੇਟਸ ਨੂੰ ਉੱਪਰ ਨੀਚੇ ਜਾਣ ਦਾ ਕੀ ਫਰਕ ਬਿਲਕੁਲ
ਬਿਲਕੁਲ। ਅੱਛਾ ਜੀ, ਮੇਰਾ ਸਵਾਲ ਥੋੜ੍ਹਾ ਜਿਹਾ ਹੁਣ ਇਹ ਸੀ, ਨਾਲ ਜਿਵੇਂ ਹੁਣ ਸਵੱਛ ਭਾਰਤ ਦੀ ਗੱਲ ਚੱਲੀ ਜੀ, ਉਹਦਾ ਅੰਬੈਸਡਰ ਮੇਰਾ ਖਿਆਲ ਅਮਿਤਾਬ ਬੱਚਨ ਸਾਹਿਬ ਨੂੰ ਬਣਾਇਆ ਹੋਇਆ, ਉਹ ਕੱਲ੍ਹ ਪਰਸੋਂ ਸਵਾਲ ਚੱਲਦਾ ਸੀ, ਉਹ ਕਹਿੰਦਾ ਮੈਂ ਹੈਰਾਨ ਹਾਂ ਵੀ ਗਟਰ 'ਚ ਵੜ ਕੇ ਵੀ ਇੱਥੇ ਲੋਕ ਕੰਮ ਕਰਦੇ ਨੇ, ਉਹ ਜਿਹਦੇ ਬੰਦੇ ਇੰਨੀ ਵੀ ਨੌਲੇਜ। ਹਾਂ ਇੱਕ ਬੜਾ ਸਰ ਨਾਰ ਸਿੰਘ ਬਹੁਤ ਅੱਛਾ ਤੁਸੀਂ ਸਵਾਲ ਕੀਤਾ। ਮੁਲਕ ਚੰਦ ਅਤੇ ਮੰਗਲ 'ਤੇ ਜਾਵੇ ਜੀ ਸਦਕੇ ਸਾਨੂੰ ਬੜੀ ਖੁਸ਼ੀ ਹੈ, ਪਰ ਉਸ ਪ੍ਰਧਾਨ ਮੰਤਰੀ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਗਰੀਬ ਘਰਾਂ ਦੇ ਬੱਚੇ ਗਟਰ 'ਚ ਵੜ ਕੇ ਹਰ ਰੋਜ਼ 5 ਜਾਂ 4 ਮਰ ਰਹੇ ਨੇ। ਬਿਲਕੁਲ, ਕੀ ਮੰਗਲ ਤੋਂ ਪਹਿਲਾਂ ਸਾਨੂੰ ਇਸ ਗੱਲ 'ਤੇ ਸ਼ਰਮ ਨਹੀਂ ਆਉਂਦੀ ਕਿ ਅਸੀਂ ਉੱਥੇ ਆਬਾਦੀ ਵਸਾਉਣ ਨੂੰ ਚਾਹੁੰਦੇ, ਜਿਹੜੇ ਆਹ ਜੰਪੇ ਇਹਨਾਂ ਨੇ ਕੀ ਗੁਨਾਹ ਕੀਤਾ ਜੀ ਜੀ। ਅਸੀਂ ਹੁਣ ਤੱਕ ਇਹਨੂੰ ਵੀ ਕਾਨੂੰਨੀ ਤੌਰ 'ਤੇ ਮਨਾ ਨਹੀਂ ਕਰ ਸਕਦੇ ਕਿ ਬਿਨਾਂ ਪ੍ਰੋਪਰ ਇਕੁਪਮੈਂਟ ਤੋਂ ਕਿਸੇ ਐਕਸੀਅਨ ਨੂੰ ਕਿਸੇ ਚੀਫ ਨੂੰ ਇਹ ਹੱਕ ਨਹੀਂ ਹੈ ਕਿ ਕਿਸੇ ਦੀ ਗਰੀਬੀ ਕਰਕੇ ਉਹਦੀ ਜਾਨ ਲੈ ਲਵੇ ਅਤੇ ਗੈਸ ਛੱਡਣ ਵਾਲੇ ਗਟਰ 'ਚ ਉਸ ਬੱਚੇ ਨੂੰ ਵੜਿਆ ਜਾਵੇ। ਹੈਂਜੀ, ਕਿੰਨੀਆਂ ਛੋਟੀਆਂ ਛੋਟੀਆਂ ਗੱਲਾਂ ਨੇ। ਈਵਨ ਪਿੰਡਾਂ ਦੇ ਵਿੱਚ ਹੁਣ ਗਰੀਬ ਮਜ਼ਦੂਰ ਖੂਹੀਆਂ ਪੱਟਦੇ ਆ, ਜਿੰਨਾ ਚਿਰ ਤੱਕ ਪ੍ਰੋਪਰ ਇੰਤਜ਼ਾਮ ਨਾ ਹੋਵੇ ਚਾਹੇ ਸਾਨੂੰ ਉਹਦੇ 'ਤੇ ਡਬਲ ਲੇਬਰ ਲਾਉਣੀ ਪਵੇ, ਇੱਕ ਬੰਦਾ ਤੁਹਾਡੇ ਦੀ ਜਾਨ ਗਵਾ ਲਵੇ, ਕਿੱਥੇ ਲਿਖਿਆ ਹੋਇਆ? ਹੈਂਜੀ, ਇਸ ਕਰਕੇ ਇਹ ਜਿਹੜੇ ਲੋਕ ਨੇ ਜਿਹੜੇ ਸਵੱਛ ਭਾਰਤ ਵਾਲੇ ਨੇ, ਇਹ ਤਾਂ ਫੋਟੋਆਂ ਲਾਉਣ ਵਾਲਾ ਲਾਣਾ ਹੈ, ਜਿਨ੍ਹਾਂ ਦਾ ਮਤਲਬ ਸਿਰਫ ਇਹ ਹੈ ਵੀ ਅਸੀਂ ਕਾਗਜ਼ਾਂ 'ਚ ਕਰਦੇ ਰਹੀਏ। ਉਹ ਤੁਸੀਂ ਨਾਨਕ ਨਾਮ ਜਹਾਜ਼ ਦੇ ਵਿੱਚ ਇੱਕ ਸੀਨ ਆਉਂਦਾ, ਉਹ ਜਦੋਂ ਕੁੜੀ ਮੁੰਡਾ ਬਣੀ ਹੁੰਦੀ ਹੈ ਅਤੇ ਪਾਣੀ ਪੜਾਉਂਦੀ ਆ, ਉਹ ਕਹਿੰਦਾ ਚੰਨਿਆ ਤੇਰੇ ਹੱਥ ਤਾਂ ਇਉਂ ਲੱਗਦੇ ਮੈਂ ਸਕੂਲ ਦੀ ਘੰਟੀ ਵਜਾਉਂਦਾ ਰਿਹਾ ਹੁੰਦਾ। ਹੁਣ ਇਹਨਾਂ ਨੂੰ ਸਵੱਛ ਭਾਰਤ ਇਹਨਾਂ ਨੇ ਹੱਥ ਗੰਦੇ ਨਹੀਂ ਕੀਤੇ, ਨਾਰ ਸਿੰਘ ਇਹਨਾਂ ਨੂੰ ਕੀ ਪਤਾ ਸਵੱਛਤਾ ਕੀ ਹੁੰਦੀ ਹੈ, ਜਿਹੜੇ ਮਿੱਟੀ ਨਾਲ ਮਿੱਟੀ ਨਹੀਂ ਹੋਏ, ਜਿਹਨਾਂ ਨੇ ਸਾਡੀਆਂ ਮਾਮਾ ਵਾਂਗੂ ਘਰਾਂ ਦਾ ਬੱਚਿਆਂ ਦਾ ਗੰਦ ਨਹੀਂ ਹੁੰਝਿਆ, ਹੁੰਝਿਆ ਨਹੀਂ, ਕੋਈ ਟੋਇਲਟ ਨਹੀਂ ਸੀ, ਹੈਂਜੀ, ਪਾਣੀ ਲਿਆਉਣਾ ਘਰੇ, ਨਾਲੀਆਂ ਨਹੀਂ ਸੀ, ਵਾਸ਼ਰੂਮ ਨਹੀਂ ਸੀ, ਨਿਆਣੇ ਨਵਾਉਣੇ ਫਿਰ ਛੱਡ ਕੇ ਆਉਣੇ। ਤਾਂ ਕਹਿਣ ਦਾ ਮਤਲਬ ਹੈ ਕਿ ਜਿੰਨਾ ਚਿਰ ਤੱਕ ਗਰੀਬੀ ਦਾ ਪੱਧਰ ਸਮਾਜਿਕ ਨਾ ਬਰਾਬਰੀ ਦੂਰ ਨਹੀਂ ਕੀਤੀ ਜਾ ਸਕਦੀ, ਢਾਂਚੇ ਦੇ ਵਿੱਚ ਮਨੁੱਖਾਂ ਨੂੰ ਜਿਉਣ ਜੋਗਾ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ, ਇਹ ਭਰਾਵੋ ਕਾਗਜ਼ਾਂ 'ਚ ਕੋਹਲੂ ਨੇ, ਭਾਰਤ ਇਸ ਤਰ੍ਹਾਂ ਸਵੱਛ ਨਹੀਂ ਹੋਣਾ। ਇਹਦੀ ਸਵੱਛਤਾ ਲਈ ਤਾਂ ਇੱਕ ਹੋਰ ਵੱਡੇ ਸਮਾਜਿਕ ਅਤੇ ਰਾਜਨੀਤਿਕ ਗੰਦ ਨੂੰ ਹੁੰਝਣਾ ਪੈਣਾ। ਇਹ ਜੀ ਇੱਕ ਕਵੀ ਸੀ ਕੁਦਵਾਲ ਸਾਹਿਬ, ਉਹ ਤਾਂ ਉਹਨਾਂ ਦੀ ਇੱਕ ਕਵਿਤਾ ਸੀ ਜਾਂਦਾ ਤਾਂ ਕਈ ਵਾਰੀ ਜੋਕ ਵੀ ਸੁਣਾਉਂਦੇ ਸੀ, ਉਹ ਬੜੀ ਮਸ਼ਹੂਰ ਹੋਈ ਸੀ, ਬੜੀ ਵਾਇਰਲ ਹੋਈ ਸੀ, ਉਹ ਇਸੇ ਗੱਲ 'ਤੇ ਸੁਣਾਉਂਦਾ ਵੀ ਅਮਿਤਾਬ ਬੱਚਨ ਨੂੰ ਉਹਦਾ ਮਤਲਬ ਬਣਾ ਤਾ ਸਵੱਛ ਭਾਰਤ ਦਾ ਅੰਬੈਸਡਰ, ਉਹ ਕਹਿੰਦਾ ਵੀ ਚਲੋ ਪੌਦਾ ਲੰਮਾ ਤਾਂ ਹੋਊਗਾ, ਫਲ ਕੋਈ ਲੱਗਦਾ ਨਾ ਲੱਗੇ, ਉਹ ਇਸ ਕਿਸਮ ਦੀ ਗੱਲ ਉਹ ਬੜੀ ਫੈਲੀ ਸੀ। ਚਲੋ ਜੇ ਛੱਡ ਕੇ ਥੋੜ੍ਹਾ ਜਿਹਾ ਰਾਜਨੀਤੀ ਵੱਲ ਆਈ ਆਪਣਾ, ਹੁਣ ਅੱਜ ਉੱਥੇ 3 ਰੈਲੀਆਂ ਹੋਈਆਂ ਨੇ ਵੱਖਰੋ ਵੱਖਰੀਆਂ ਕੀਤੀਆਂ ਗਈਆਂ ਨੇ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਕਾਂਗਰਸ ਵੱਲੋਂ, ਅਤੇ ਜਿਹੜਾ ਪੰਜਾਬ ਵਾਲਾ ਗਰੁੱਪ ਆਮ ਆਦਮੀ ਪਾਰਟੀ ਦਾ, ਇੱਕ ਦੋਵਾਂ ਸਾਹਿਬ ਦਾ ਵੀ ਸਵਾਲ ਸੀ, ਆਪਾਂ ਬੈਠੇ ਗੱਲ ਕਰਦੇ ਸੀ, ਇਹਨਾਂ ਦਾ ਕੋਈ ਹੈ ਲੋਕਾਂ ਨਾਲ ਮਤਲਬ ਇਹਨਾਂ ਰੈਲੀਆਂ ਦਾ? ਸਰਨਾਰ ਸਿੰਘ ਬਹੁਤ ਅੱਛਾ ਸਵਾਲ ਹੈ। ਵੈਸੇ ਤਾਂ ਤੁਸੀਂ ਜੇ ਆਪਣੇ ਨਾਲ ਮੁਕਾਬਲਾ ਕਰੋ, ਮੈਂ ਇੱਥੇ ਕਦੇ ਕੋਈ ਰੈਲੀ ਹੁੰਦੀ ਨਹੀਂ ਦੇਖੀ। ਜੇ ਰੈਲੀ ਹੁੰਦੀ ਹੈ ਤਾਂ ਬੜੀ ਤਮੀਜ਼ ਨਾਲ, ਜੇ ਤੁਹਾਡੇ ਪਾਰਟੀ ਦਾ ਕੈਂਡੀਡੇਟ ਚੁਣਨਾ, ਇਕੱਠੇ ਹੁੰਦੇ ਹੋ, ਚਾਹ ਪਾਣੀ ਛਕਦੇ ਹੋ, ਆਪਣੇ ਵਿਚਾਰ ਪੇਸ਼ ਕਰਦੇ ਹੋ ਅਤੇ ਵੋਟਾਂ ਪਾ ਕੇ ਬੰਦਾ ਚੁਣ ਲੈਂਦੇ ਹੋ, ਕਦੇ ਮੈਂ ਤਾਂ ਕਹਿੰਦਾ ਸਾਡੇ ਖੱਬੇ ਪੱਖਿਆਂ ਨੂੰ ਵੀ ਸੋਚਣੀ ਚਾਹੀਦੀ ਹੈ ਵੀ ਤੁਸੀਂ ਹਜ਼ਾਰਾਂ ਬੰਦਾ ਇਕੱਠਾ ਕਰਦੇ ਹੋ, ਉਹਨਾਂ ਦੀ ਦਿਹਾੜੀ ਛਡਾਉਂਦੇ ਹੋ, ਇਕੱਠੇ ਕਰਦੇ ਹੋ, ਕੀ ਪ੍ਰੋਟੈਸਟ ਕਰਨ ਦਾ ਜਾਂ ਆਪਣੀ ਸਟਰੈਂਥ ਦਿਖਾਉਣ ਦਾ ਇਹੀ ਕੋਈ ਇੱਕ ਢੰਗ ਰਹਿ ਗਿਆ ਮੁਲਕ 'ਤੇ? ਜੀ ਮੈਂ ਇੱਕ ਪਾਰਟੀ ਨੂੰ ਸਵਾਲ ਨਹੀਂ ਕਰਦਾ, ਮੇਰਾ ਮੁਲਕ ਨੂੰ ਸਵਾਲ ਹੈ ਵੀ ਜਾਂ ਬੱਸਾਂ ਰੋਕਣ ਦਾ, ਟ੍ਰੇਨਾਂ ਰੋਕਣ, ਤੁਸੀਂ ਬੰਦਾ ਮਰੀਜ਼ ਪਿਆ, ਅਸੀਂ ਖੁਦ ਕਰਦੇ ਰਹੇ ਹਾਂ, ਬਥੇਰੇ ਮੁਜ਼ਾਹਰੇ ਕੀਤੇ, ਬਥੇਰੀਆਂ ਰੁਕਾਵਟਾਂ ਪਾਈਆਂ, ਪਰ ਹੁਣ ਕਈ ਵਾਰ ਲੱਗਦਾ ਵੀ ਅਸੀਂ 90 ਸਾਲ ਬਾਅਦ ਸੋਚੀਏ ਕਿ ਕਿਸੇ ਹੋਰ ਬੰਦੇ ਦੀ ਜੇ ਜਾਨ ਜਾਂਦੀ ਹੈ ਤੁਸੀਂ ਪ੍ਰੋਟੈਸਟ ਕਰਨਾ। ਈਵਨ ਧਾਰਮਿਕ ਜਲੂਸ ਨੇ ਸਾਡੇ, ਸਾਡੇ 'ਚ ਇੰਨੀ ਤਮੀਜ਼ ਨਹੀਂ ਅਜੇ ਤੱਕ ਆਈ ਵੀ ਅਸੀਂ ਇੱਕ ਰੂਟ ਨਿਰਧਾਰਿਤ ਕਰ ਲਈਏ, ਉੱਥੇ ਜਿਹੜੀ ਆਰਗੇਨਾਈਜੇਸ਼ਨ ਕੱਢਦੀ ਆ ਉਹਦੀ ਜ਼ਿੰਮੇਵਾਰੀ ਹੋਵੇ ਵੀ ਅਸੀਂ ਪਬਲਿਕ ਨੂੰ ਡਿਸਟਰਬ ਨਹੀਂ ਕਰਾਂਗੇ, ਠੀਕ ਹੈ ਨਹੀਂ, ਪ੍ਰੋਟੈਸਟ ਕਰੋ ਬੜੇ ਢੰਗ ਨੇ। ਤਾਂ ਕਹਿਣ ਦਾ ਮਤਲਬ ਇਸ ਵੇਲੇ ਜਿਹੜੇ ਮੁੱਦੇ ਨੇ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਸਾਰੀ ਦੁਨੀਆ ਸਿਰ ਝੁਕਾਉਂਦੀ ਹੈ ਉਸ ਇਸ਼ਟ ਅੱਗੇ, ਉਹ ਕਿਸੇ ਬੰਦੇ ਦਾ ਇਸ਼ਟ ਨਹੀਂ ਹੈ, ਉਹ ਤਾਂ ਸਾਰੀ ਮਨੁੱਖਤਾ ਦਾ ਸਾਂਝਾ ਇਸ਼ਟ ਹੈ, ਕਿਉਂਕਿ ਭਾਈ ਗੁਰਦਾਸ ਨੇ ਕਿਹਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਚੜ੍ਹਿਆ ਸੋਧਣ ਧਰਤ ਲੁਕਾਈ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ 2.5 ਨਦੀਆਂ ਦੇ ਪੰਜਾਬ ਲਈ ਨਹੀਂ ਹੈ, ਤਾਂ ਸਾਰੀ ਦੁਨੀਆ ਲਈ ਹੈ। ਪਰ ਸਾਡੀ ਗਰਾਵਟ ਦਾ ਹਾਲ ਇਹ ਹੈ ਕਿ ਹਰੇਕ ਰਾਜਨੀਤਿਕ ਪਾਰਟੀ ਗੁਰੂ ਦੀ ਬੇਅਦਬੀ ਦੇ ਨਾਂ 'ਤੇ ਅਸਲ 'ਚ ਆਪਣਾ ਆਦਬ ਬਹਾਲ ਕਰਨ ਲੱਗੀ ਜਾਂ ਦੂਜੇ ਦੇ ਆਦਬ ਨੂੰ ਢਾਹ ਲਾਉਣ ਲੱਗੀ ਹੋਈ ਹੈ। ਇਸ ਕਰਕੇ ਸਹੀ ਅਰਥਾਂ 'ਚ ਸਾਨੂੰ ਗੁਰੂ ਸਾਹਿਬ ਨਾਲ ਕਿੰਨੀ ਕੁ ਮੁਹੱਬਤ ਹੈ, ਇਹ ਇੱਕ ਹੋਰ ਮੁੱਦਾ ਹੈ। ਲੇਕਿਨ ਇਹਦਾ ਨੁਕਸਾਨ ਆਮ ਲੋਕਾਂ ਨੂੰ ਕੀ ਹੋਇਆ ਕਿ ਆਮ ਲੋਕਾਂ ਦੇ ਜਿਹੜੇ ਅਸਲ ਮੁੱਦੇ ਨੇ, ਹੁਣ 19 ਦੀ ਚੋਣ ਹੋਣੀ ਹੈ,
ਕਿਸੇ ਨੇ ਪੁੱਛਿਆ ਵੀ ਭਾਈ ਮੋਦੀ ਸਾਹਿਬ ਨੇ 5 ਲੱਖ ਜਾਂ 5 ਕਰੋੜ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ, ਉਹ ਕਿੱਥੇ ਗਈਆਂ? ਕਿਸੇ ਨੇ ਪੁੱਛਿਆ ਵੀ ਨੋਟਬੰਦੀ 'ਚ ਗਰੀਬ ਬੰਦੇ ਬਈਏ ਵਿਚਾਰੇ ਮਜ਼ਦੂਰ ਬਿਹਾਰੀ ਮਜ਼ਦੂਰ ਲਾਈਨਾਂ 'ਚ ਖੜ ਖੜ ਮਰ ਗਏ, ਅਤੇ ਜਿਹੜੇ ਅਰਬਾਂਪਤੀ ਸੀ ਉਹਨਾਂ ਦੇ ਘਰ ਬੈਠਿਆਂ ਦੇ ਬਦਲ 'ਤੇ 15 ਲੱਖ ਤਾਂ ਕਹਿਣ ਦਾ ਮਤਲਬ ਆ ਵੀ ਇਹ ਮੁੱਦੇ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਖੂਨ ਸੁਕਾਉਣ ਵਾਲੇ ਨੇ, ਉਹ ਮੁੱਦੇ ਖੋਲ੍ਹੇ ਹੋ ਗਏ। ਉਹ ਮੁੱਦੇ ਹੁਣ ਤੁਸੀਂ ਇੱਕ ਬੰਦਾ ਗਊ ਲਈ ਜਾਂਦਾ, ਉਹ ਗਰੀਬ ਮੁਸਲਮਾਨ ਨੂੰ ਇਸ ਕਰਕੇ ਮਾਰ ਦਿਓ ਵੀ ਮੁਸਲਮਾਨ ਹੈ, ਇਹਦੇ ਨਾਲ ਹਿੰਦੂ ਤਕੜੇ ਹੋ ਜਾਣਗੇ ਜਾਂ ਧਰਮ ਤਕੜਾ ਹੋ ਜਾਊਗਾ। ਇਵੇਂ ਪੰਜਾਬ ਦਾ ਹਾਲ ਹੈ। ਪੰਜਾਬ ਦੇ ਵਿੱਚ ਸਾਰੇ ਪੰਜਾਬ ਨੂੰ ਅਸਲ 'ਚ ਤਾਂ ਮੈਂ ਸਮਝਦਾ ਇਸ ਗੱਲ ਦੀ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਅਸੀਂ ਰਾਜਨੀਤਿਕ ਤੌਰ 'ਤੇ ਇੰਨੇ ਨਿਗਰ ਗਏ, ਅਸੀਂ ਆਪਣੇ ਗੁਰੂ ਨੂੰ ਵੀ ਬਖਸ਼ਿਆ ਨਹੀਂ ਹੈ ਜੀ। ਇਹ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ ਔਰ ਰਾਜਨੀਤਿਕ ਆਗੂਆਂ ਦੀ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ, ਕਿਉਂਕਿ ਉਹ ਜ਼ਿੰਮੇਵਾਰ ਨੇ ਇਹਨਾਂ ਗੱਲਾਂ ਦੇ ਲਈ। ਜਿੱਥੇ ਸਰਨਾਰ ਸਿੰਘ ਵੋਟ ਪੋਲੀਟਿਕਸ ਹੈ, ਜੇ ਭਰਾਵੋ ਸਰਸੇ ਵਾਲੇ ਦੇ ਮਗਰ 5 ਕਰੋੜ ਬੰਦਾ ਹੈ ਤਾਂ ਕੋਈ ਪਾਰਟੀ ਨਹੀਂ ਜਿਹੜੀ ਉਹਦੇ ਅੱਗੇ ਨੱਕ ਨਾਲ ਲਖੀਰਾਂ ਨਾ ਕੱਢੇ ਵੀ ਸਾਨੂੰ ਵੋਟਾਂ ਪਾਈ। ਹਰਿਆਣੇ ਦੀ ਸਾਰੀ ਕੈਬਨਿਟ ਉਹਦਾ ਧੰਨਵਾਦ ਕਰਕੇ ਆਈ। ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰੋਗੇ, ਵਾਜਪਾਈ ਵਰਗੇ ਸਾਡੇ ਸਿਆਣੇ ਜਿਹੜੇ ਅਡਵਾਨੀ ਸਾਹਿਬ ਵਰਗੇ ਸਿਆਣੇ ਨੇਤਾ ਨੇ, ਉਹ ਬਾਪੂ ਆਸਾਰਾਮ ਦੀ ਦਰਗਾਹ 'ਚ ਖੜ੍ਹੇ ਉਹਦੀ ਸਿਫਤ ਕਰ ਰਹੇ ਨੇ, ਤਾਂ ਕਹਿਣ ਦਾ ਮਤਲਬ ਆ ਵੀ ਕਿ ਇਹਨਾਂ ਮੁੱਦਿਆਂ 'ਤੇ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਸਹੀ ਰਾਜਨੀਤੀ ਨਾਲ ਸਹੀ ਰਾਜਨੀਤਿਕ ਮੁੱਦੇ ਲੈ ਕੇ ਲੋਕਾਂ ਦੀਆਂ ਸਹੀ ਸਮੱਸਿਆਵਾਂ 'ਤੇ ਧਿਆਨ ਕੇਂਦਰਿਤ ਕਰੀਏ। ਇਹਨਾਂ ਬਾਬਿਆਂ ਦੇ ਮਗਰ ਲੱਗ ਕੇ ਜੋ ਸਾਡੇ ਆਗੂ ਉਹਨਾਂ ਦੇ ਮਗਰ ਲੱਗਣਗੇ, ਲੋਕਾਂ ਨੇ ਆਪੇ ਲੱਗਣਾ, ਇਸ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ ਜੀ, ਸਾਡੇ ਮੁੱਦਿਆਂ ਦਾ ਨੁਕਸਾਨ ਹੋ ਰਿਹਾ। ਆਪਾਂ ਫੇਰ ਜੁੜਦੇ ਹਾਂ ਤੁਹਾਡੇ ਨਾਲ। ਹਾਂਜੀ ਜੀ, ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਤੁਸੀਂ ਯਾਰ ਤੋ ਜੀ, ਇਹ ਇੱਕ ਸਾਡੇ ਕਾਲਰ ਨੇ ਜੀ ਜਦੋਂ। ਹੈਲੋ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ। ਲੋਕਾਂ ਦੀ ਹੈ ਜੀ, ਲੋਕ ਕਮਾਉਣ ਸਾਡੇ ਇਹਨਾਂ ਸੁਧਰਨਗੇ ਕਦੋਂ, ਇਹਨਾਂ ਦੀਆਂ ਚਾਲਾਂ ਨੂੰ ਸਮਝ ਆਉਣਗੇ ਜੋ ਇਕੱਠੇ ਹੋ ਕੇ ਆਪਦੇ ਕੰਮ ਛੱਡ ਕੇ ਇਹਨਾਂ ਦੇ ਮਗਰ ਤੁਰ ਪਏ। ਹਾਂ ਬਿਲਕੁਲ ਜੀ, ਪੈਸੇ ਲੈ ਕੇ ਕਦੇ ਕੁਛ ਕਰਕੇ, ਕੀ ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਅਸੀਂ ਜੋ ਅੱਜ ਰੈਲੀਆਂ 'ਚ ਲੋਕ ਇਕੱਠੇ ਨਾ ਹੋਣ, ਆਟੋਮੈਟਿਕਲੀ ਇਹ ਠੀਕ ਹੋ ਜਾਣਗੇ। ਵੱਡੀ ਗੱਲ ਤਾਂ ਸਾਡੇ ਲੋਕ ਬੁੱਧੂ ਬਣ ਜਾਂਦੇ ਨੇ, ਮਗਰ ਤੁਰੇ ਫਿਰਦੇ ਨੇ। ਅਸਲੀ ਇਸ਼ੂ ਹੈ ਜਿਹੜੇ ਉਹ ਸਾਰੇ ਹੀ ਉਹਨੂੰ ਪਰੇ ਕਰਦੇ ਆ, ਇੱਕ ਇਸ਼ੂ ਹੁੰਦਾ ਉਹਨੂੰ ਡਵਾਉਣ ਦੀ ਖਾਤਰ ਦੂਜਾ ਇਸ਼ੂ ਖੜਾ ਕਰ ਲੈਂਦੇ ਆ ਜੀ। ਜੀ ਜੀ, ਅਸਲ ਮੈਂ ਸਾਡੇ ਪਬਲਿਕ ਨੂੰ ਸੁਧਰਨਾ ਪੈਣਾ ਜੀ, ਉਹਨਾਂ ਨੂੰ ਦੇਖਣਾ ਪੈਣਾ ਵੀ ਇਹਨਾਂ ਦੀ ਰਾਜਨੀਤੀ ਚੱਲ। ਹਾਂ ਬਿਲਕੁਲ, ਸਮਝਾ ਸਕਦੀ ਹੈ ਸਾਨੂੰ। ਤੁਹਾਡਾ ਸਵਾਲ ਬਿਲਕੁਲ ਵਾਜਬ ਸਵਾਲ ਹੈ, ਜੇ ਅਸੀਂ ਨਹੀਂ ਸਿਆਣੇ ਹੋਵਾਂਗੇ ਨਾ ਤਾਂ ਸਾਡੇ ਕਮਲੇਪਣ ਨੂੰ ਸਾਡੇ ਵਿਰੋਧੀ ਸਾਡੇ ਆਗੂ ਵਰਤਦੇ ਰਹਿਣਗੇ। ਸਾਨੂੰ ਤਾਂ ਲੋੜ ਆ ਵੀ ਭਰਾਵੋ, ਨਹੀਂ ਸਾਡੇ ਮੁੱਦੇ ਇਹ ਨਹੀਂ, ਸਾਡੇ ਮੁੱਦੇ ਤਾਂ ਇਹ ਨੇ ਸਾਡੇ ਬੱਚਿਆਂ ਨੂੰ ਚੰਗੀ ਸਿਹਤ ਦੀ ਚੰਗੀ ਦਵਾਈ ਮਿਲੇ, ਚੰਗੇ ਹਸਪਤਾਲ ਮਿਲਣ, ਚੰਗੇ ਸਕੂਲ ਮਿਲਣ, ਚੰਗੀ ਵਿੱਦਿਆ ਮਿਲੇ, ਚੰਗੀ ਰੋਟੀ ਮਿਲੇ, ਸਾਡਾ ਸਮਾਜ ਚੰਗਾ ਹੋਵੇ, ਨਾ ਕਿ ਇਹ ਕਿ ਤੁਸੀਂ ਲੋਕਾਂ ਨੂੰ ਭੀੜ ਦੀ ਤਰ੍ਹਾਂ ਆਥਣ ਨੂੰ ਪਊਆ ਪਊਆ ਪੜਾ ਕੇ ਟਰੱਕਾਂ 'ਚ ਚੜਾਓ ਅਤੇ ਸ਼ਾਮ ਨੂੰ ਲਾਹ ਕੇ ਉਹਨਾਂ ਨੂੰ ਆਪਣੇ ਆਪਣੇ ਘਰੇ ਭੇਜ ਦਿਓ। ਇਹ ਸਰਵੇ ਠੀਕ ਹੈ ਜੀ ਡਾਕਟਰ ਸਾਹਿਬ? ਕਿਸੇ ਨੇ ਗੱਲ ਪਾਈ ਵੀ ਜਿਹੜੇ 5% ਲੋਕ ਹਰ ਪਿੰਡ ਦੇ ਵਿੱਚ ਮਸਾਂ 5 ਜਾਂ 7 ਬੰਦੇ ਨੇ, ਵੀ ਉਹਨੂੰ ਚਾਹੇ ਕੋਈ ਧੂਕੇ ਲੈ ਜਾਵੇ, ਬਸ ਵੀ ਆਮ ਲੋਕ ਤਾਂ ਹਿੱਸਾ ਹੀ ਨਹੀਂ ਲੈਂਦੇ। ਕੀ ਸੱਚਾਈ ਜੇ ਰਾਜਨੀਤਿਕ ਤੌਰ ਤੇ ਕਮਿਟਮੈਂਟ ਨਾਲ ਬੰਦੇ ਜਾਣ, ਸਾਡੀ ਕਿਸੇ ਰੈਲੀ ਚ 200 ਤੋਂ ਵੱਧ ਬੰਦਾ ਨਾ ਹੋਵੇ। ਬਿਲਕੁਲ, ਤੁਸੀਂ ਸੋਚਦੇ ਹੋ ਆਪਾਂ ਉੱਥੇ ਆਏ ਆ, ਤੁਸੀਂ ਉੱਥੇ ਪੜ੍ਹੇ ਹੋ, ਪੱਗਾਂ ਦੇ ਰੰਗ ਹੀ ਬਦਲਦੇ। ਕਹਿੰਦੇ ਇੱਕ ਹੁੰਦੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਸ ਦੇ ਵਿੱਚ ਆ ਸਾਡੇ ਮੁੱਦੇ ਨੇ, ਸਾਡੇ ਵਿਦਿਆਰਥੀ ਕਿੰਨੇ ਕਿੰਨਾ ਮੁੱਦਿਆਂ ਤੇ ਬੋਲ ਰਹੇ ਨੇ ਜੀ, ਸਾਡੇ ਪ੍ਰੋਫੈਸਰ ਕਿੰਨਾ ਕੁ ਬੋਲ ਰਹੇ ਨੇ, ਤੁਹਾਡੇ ਸਾਹਮਣੇ ਆ ਸਾਰਾ ਕੁਝ। ਜੇ ਉਹ ਨਹੀਂ ਬੋਲ ਰਹੇ ਤਾਂ ਅਸੀਂ ਦਿਹਾੜੀ ਕਰਨ ਵਾਲੇ ਗਰੀਬ ਬੰਦਿਆਂ ਤੋਂ ਉਮੀਦ ਕਰੀ ਵੀ ਉਹਨੂੰ ਮੁੱਦਿਆਂ ਦੀ ਸਮਝ ਹੋਊਗੀ ਅਤੇ ਉਹ ਕੋਈ ਸਟੈਂਡ ਲੈਣਗੇ, ਇਹ ਤਾਂ ਬਹੁਤ ਖੋਤੇ ਦੇ ਸਿਰ ਤੋਂ ਸਿੰਘ ਭਾਲਣ ਵਾਲੀ ਗੱਲ ਹੈ। ਮੈਂ ਸਮਝਦਾ ਵੀ ਅਨਪੜ੍ਹਤਾ, ਗਰੀਬੀ, ਇਹਨਾਂ ਲੋਕਾਂ ਦੀ ਇੱਕ ਸੋਚੀ ਸਮਝੀ ਸਾਜਿਸ਼ ਹੈ ਕਿ ਲੋਕਾਂ ਨੂੰ ਇਸ ਜਿਲ੍ਹਣ ਦੇ ਵਿੱਚੋਂ ਨਿਕਲਣ ਨਾ ਦਿੱਤਾ ਜਾਵੇ, ਗਰੀਬ ਰੱਖਿਆ ਜਾਵੇ, ਰੱਖਿਆ ਜਾਵੇ। ਜੇ ਗਰੀਬ ਰਹਿਣਗੇ, ਅਨਪੜ੍ਹ ਰਹਿਣਗੇ, ਅਗਿਆਨੀ ਰਹਿਣਗੇ ਤਾਂ ਸਾਨੂੰ ਇਹਨਾਂ ਨੂੰ ਵਰਤਣਾ ਸੌਖਾ ਹੈ। ਔਰ ਦੂਰ ਕੀ ਜਾਣਾ, ਇੱਕ ਅਧਿਆਪਕ ਦੀ ਗੱਲ ਮੈਂ ਤੁਹਾਨੂੰ ਸੁਣਾਉਣਾ। ਸਾਡਾ ਇੱਕ ਦੋਸਤ ਡੀਓ ਲੱਗਿਆ ਸੀ, ਉਹਨੇ ਸਕੂਲ 'ਚ ਛਾਪਾ ਮਾਰਿਆ ਅਤੇ ਮਾਸਟਰ ਥੋੜ੍ਹਾ ਲੇਟ ਹੋ ਗਿਆ, ਕਹਿੰਦਾ ਤੂੰ ਬਈ ਲੇਟ ਹੋ ਗਿਆ। ਕਹਾਂ ਜੀ, ਮੈਂ ਆਪਣੇ ਬੱਚੇ ਨੂੰ ਇੱਕ ਸਕੂਲ ਛੱਡ ਕੇ ਆਉਣਾ ਸੀ। ਉਹ ਕਹਿੰਦਾ ਤੂੰ ਆਪਣੇ ਬੱਚੇ ਨੂੰ ਦੂਜੇ ਸਕੂਲ ਕਿਉਂ ਛੱਡ ਕੇ ਆਇਆ, ਤੂੰ ਆਪਦੇ ਸਕੂਲ ਕਿਉਂ ਨਹੀਂ ਪੜ੍ਹਾਉਂਦਾ? ਤਾਂ ਟੀਚਰ ਕਹਿੰਦਾ ਜੀ ਮੈਂ ਆਪਦੇ ਦਾ ਬੇੜਾ ਬਿਠਾਉਣਾ ਇੱਥੇ। ਬਿਲਕੁਲ ਬਿਲਕੁਲ, ਇੱਥੋਂ ਤੁਸੀਂ ਇੱਕ ਲਫ਼ਜ਼ ਤੋਂ ਅੰਦਾਜ਼ਾ ਲਾ ਲਓ ਵੀ ਇੱਕ ਟੀਚਰ ਜੇ ਆਪਣੇ ਬੱਚੇ ਕਿਸੇ ਹੋਰ ਸਕੂਲ 'ਚ ਪੜ੍ਹਾਉਂਦਾ ਤਾਂ ਇਹਦਾ ਮਤਲਬ ਸਾਡੇ ਬੱਚਿਆਂ ਨਾਲ ਪੰਜਾਬ 'ਚ ਕੀ ਹੋ ਰਿਹਾ। ਅੱਜ ਪੰਜਾਬ ਦੇ ਸਕੂਲ ਦਲਿਤ ਅਤੇ ਗਰੀਬ ਬੱਚਿਆਂ ਦੇ ਸਕੂਲ ਬਣ ਕੇ ਰਹਿ ਗਏ ਜੀ। ਬਿਲਕੁਲ ਜੀ, ਆਉਣਾ ਜੀ ਭੱਟੀ ਸਾਹਿਬ ਆਪਣੇ ਨਾਲ ਇੱਕ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਭਾਈ ਸਾਹਿਬ ਨਾਲ ਬਹੁਤ ਐਨ ਸਹਿਮਤ ਹੈ ਜੀ। ਮੈਂ 8ਵੀਂ 'ਚ ਹੋਇਆ ਸੀ ਪੰਜਾਬ ਤੋਂ, ਮੈਂ 1976 ਦੇ ਵਿੱਚ ਜੀ ਜੀ
ਮੈਂ ਇੱਥੇ ਜਾਦਾ ਆ ਕੇ ਤਖਾਣਾ ਕੰਮ ਕਰਦਾ। ਇੱਕ ਕੰਪਨੀ ਚ ਮੈਨੂੰ 45 ਸਾਲ ਹੋ ਗਿਆ ਕੰਮ ਕਰਦੇ ਨੂੰ ਜੀ ਜੀ। ਤੇ ਮੈਂ ਕਹੂੰਗਾ ਵੀ ਕੰਮ ਕਰਨਾ, ਜਿਹੜਾ ਕੰਮ ਕਰਨ ਵਾਲਾ ਹੋਵੇ ਉਹਨੂੰ ਕੋਈ ਸ਼ਰਮ ਨੀ ਹੈਗੀ। ਬਿਲਕੁਲ, ਮੈਂ ਉੱਥੇ ਜੱਟ ਦਾ ਪੁੱਤ, ਪੰਜਾਬ ਚ 1976 ਚ ਆਇਆ, 77 ਤੱਕ ਕੰਪਨੀ ਚ ਕੰਮ ਕਰਦਾ, ਜੂਹਾਂ ਦੀ ਕੰਪਨੀ ਆ ਤੇ ਬੈੱਡ ਬੈੱਡ ਬਣਾਉਣਾ ਮੈਂ ਜੀ ਜੀ ਜੀ। ਮੈਂ ਇੱਕ ਜੱਟ ਦਾ ਪੁੱਤ ਲੱਕੜੀ ਦਾ ਕੰਮ ਕੀਤਾ 45 ਸਾਲ ਗੱਲ ਕਿਹੜਾ ਸਰ, ਇੱਥੇ ਬਿਲਕੁਲ ਇਹੋ ਜਿਹਾ ਕੁਐਸਚਨ ਹੀ ਨਹੀਂ, ਉਹਨੂੰ ਗਿਣਿਆ ਜਾਂਦਾ ਵੀ ਬੰਦੇ ਕੋਲ ਕਿੰਨਾ ਸਕਿੱਲ ਹੈ। ਈਵਨ ਬੰਦੇ ਜਿਹੜੇ ਗਰਭ ਚੱਕਣ ਆਉਂਦੇ ਆ ਉਹਨਾਂ ਨੂੰ ਚੰਗੀ ਪੇ ਦਿੱਤੀ ਜਾਂਦੀ ਹੈ, ਜੋਬ ਮਸਾਂ ਮਿਲਦੀ ਹੈ ਉਸ ਗੱਲ ਦੀ, ਜੋਬ ਬੰਦੇ ਨੂੰ ਮਸਾਂ ਮਿਲਦੀ ਹੈ, ਉਹ ਇਹ ਨਹੀਂ ਹੈ ਕਿ ਵੀ ਉਦੋਂ ਕੋਈ ਮਤਲਬ ਬੰਦਾ ਚਾਹੀਦਾ। ਇਹ ਗੱਲ ਨੂੰ ਤੋੜਨ ਦੇ ਲਈ ਸਰਨਾਰ ਸਿੰਘ ਸਾਨੂੰ ਯਤਨ ਕਰਨੇ ਚਾਹੀਦੇ, ਕਿਰਤ ਵਾਲੀ ਗੱਲ ਜਿਹੜੀ ਉੱਥੇ ਟੁੱਕਦੀ ਹੈ। ਉਹਦੇ 'ਤੇ ਗੱਲ ਇਹ ਹੈ ਵੀ ਚਲੋ ਗਰਭ ਚੱਕਣ ਆ ਗਿਆ ਜੀ ਜੀ, ਸ਼ਹੀਦ ਭਗਤ ਸਿੰਘ ਨੇ 1931 ਤੋਂ ਪਹਿਲੇ ਲਿਖਤਾ ਸੀ, ਉਹ ਕਹਿੰਦਾ ਤੁਸੀਂ ਦਲਿਤਾਂ ਨੂੰ ਅਛੂਤਾਂ ਨੂੰ ਬੰਦੇ ਨਹੀਂ ਸਮਝਦੇ। ਉਹਨੇ ਫਿਰ ਇੱਕ ਸਵਾਲ ਕੀਤਾ, ਕਹਿੰਦਾ ਮਾਂ ਆਪਣੇ ਬੱਚੇ ਦੀ ਗੰਧ ਧੋਂਦੀ ਹੈ, ਕਹਿੰਦਾ ਫਿਰ ਉਹ ਅਛੂਤ ਹੋ ਗਏ। ਬਿਲਕੁਲ ਬਿਲਕੁਲ, ਦੇਖੋ ਕਿੱਡੀ ਕਮਾਲ ਦੀ ਦਲੀਲ ਆ ਉਹਨਾਂ ਦਿਨਾਂ ਦੇ ਵਿੱਚ। ਸੋ ਕੰਮ ਨਹੀਂ ਬੰਦੇ ਨੂੰ ਨੀਵਾਂ ਕਰਦਾ, ਰੋਟੀ ਹੈ, ਸਾਡੀ ਮਾਂ ਸਾਰੀ ਉਮਰ ਲਾਉਂਦੀ ਹੈ। ਜੇ ਅਸੀਂ ਇੱਕ ਢਾਬੇ 'ਤੇ ਬੈਠ ਕੇ ਕਿਸੇ ਬੰਦੇ ਦੇ ਹੱਥ ਨਾਲ ਰਾਹੀ ਲਾਹੀ ਹੋਈ ਰੋਟੀ ਖਾ ਲਈ ਤਾਂ ਉਹਦੇ ਨਾਲ ਉਹ ਬੰਦਾ ਨੀਵਾਂ ਕਿਵੇਂ ਹੋ ਗਿਆ? ਬਿਲਕੁਲ, ਜਿਹੜੀ ਜੁੱਤੀ ਨੂੰ ਅਸੀਂ ਵਾਰ ਵਾਰ ਘਰੇ ਬਰੱਸ਼ ਫੇਰਦੇ ਹਾਂ, ਉਹ ਜੁੱਤੀ ਬਣਾਉਣ ਵਾਲਾ ਬੰਦਾ ਨੀਵਾਂ ਕਿਵੇਂ ਹੋ ਗਿਆ? ਉਹ ਜੁੱਤੀ 'ਤੇ ਕੰਮ ਕਰਨ ਵਾਲਾ ਬੰਦਾ ਕਿਵੇਂ ਨੀਵੇਂ ਹੋ ਗਿਆ? ਸਾਨੂੰ ਤਾਂ ਸੋਚਣ ਦੀ ਲੋੜ ਹੈ ਕਿ ਕਿੰਨਾ ਲੋਕਾਂ ਨੇ ਕਿਰਤ ਨੂੰ ਅਤੇ ਕਿਰਤੀ ਨੂੰ ਨੀਵਾਂ ਕੀਤਾ। ਉਹੀ ਲੋਕ ਨੇ ਜਿਹੜੇ ਹੁਣ ਜਾਤ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਫਿਰਕੇ ਦੇ ਨਾਂ 'ਤੇ, ਛੋਟੇ ਵੱਡੇ ਕੰਮਾਂ ਦੇ ਨਾਂ 'ਤੇ ਲੋਕਾਂ ਨੂੰ ਵੰਡ ਰਹੇ ਅਤੇ ਵਿਰੜ ਬਣਾ ਰਹੇ ਨੇ। ਜੀ ਜੀ ਕੁਤਵਾਲ ਸਾਹਿਬ, ਤੁਹਾਨੂੰ ਵੀ ਅਸੀਂ ਨਾਲ ਦੀ ਨਾਲ ਅਨੁਵਾਦ ਰੱਖਣਾ ਚਾਹੁੰਦੇ ਹਾਂ, ਬਹੁਤ ਅੱਛਾ, ਕੋਈ ਕਵਿਤਾ ਵਗੈਰਾ ਸੁਣਾਓ। ਕੁਤਵਾਲ ਸਾਹਿਬ ਦੇ ਜਿੰਨੀਆਂ ਗੱਲਾਂ 'ਤੇ ਜਿੰਨੀ ਰੋਸ਼ਨੀ ਪਾਈ ਆ, ਔਰ ਡਾਕਟਰ ਸਾਹਿਬ ਮੈਂ ਇੱਥੇ ਕੁਐਸਚਨ ਕਰਦਾ ਕਿਉਂਕਿ ਰਾਜਨੀਤੀ ਦੀ ਗੱਲ ਚੱਲ ਰਹੀ ਸੀ ਅੱਜ, ਵੈਸੇ ਕੰਮ ਵੱਲ ਨੂੰ ਗੱਲ ਜ਼ਿਆਦਾ ਚੱਲ ਗਈ, ਔਰ ਬੜਾ ਅੱਛਾ ਲੱਗਾ ਇਹ ਕਾਲਰ ਜਿਹਨਾਂ ਨੇ ਹੁਣੇ ਰਿਸਪੋਂਸ ਕੀਤਾ ਆ, ਅਤੇ ਇਹ ਬਹੁਤ ਵੱਡੀ ਗੱਲ ਆ, ਔਰ ਤੁਸੀਂ ਉਹਨੇ ਦੇਖੋ ਕਿੰਨੇ ਮਾਣ ਦੇ ਨਾਲ ਜਿਹੜੀ ਆਪਣੇ ਨਾਲ ਸ਼ੇਅਰ ਕੀਤੀ ਹੈ। ਇਹ ਮਾਣ ਹਰ ਬੰਦੇ ਨੂੰ ਆਪਣੀ ਕਿਰਤ 'ਤੇ ਹੋਣਾ ਚਾਹੀਦਾ, ਜਿਹੜੇ ਵੀ ਉਹ ਕਿਰਤ ਕਰਦਾ, ਔਰ ਸਾਨੂੰ ਵੀ ਉਸ ਸ਼ਖਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਔਰ ਗੁਰੂ ਸਾਹਿਬਾਂ ਨੇ ਵੀ ਜੇ ਆਪਾਂ ਧਾਰਮਿਕ ਪੱਧਰ ਜਿਵੇਂ ਹੁਣੇ ਤੁਸੀਂ ਮੰਨਿਆ, ਇਸ ਕਿਰਤ ਦੀ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਆ ਸਿਫਤ ਕੀਤੀ ਆ, ਔਰ ਇਹੀ ਸਿੱਖ ਧਰਮ ਦਾ ਵੱਡਾ ਧੁਰ ਆ ਜਿਹਦੇ 'ਤੇ ਸਾਡਾ ਧਰਮ ਜਿਹੜਾ ਉਹ ਚੱਲਦਾ ਖੜ੍ਹਾ ਹੈ। ਵੱਡਾ ਥੰਮ ਹੈ ਗੁਰਦੁਆਰਾ ਸਾਹਿਬ, ਅਸੀਂ ਮੱਥਾ ਵੱਧ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਪੜ੍ਹਦੇ ਘੱਟ ਹਾਂ। ਗੁਰੂ ਅਰਜਨ ਸਾਹਿਬ ਦੀ ਜੀਵਨੀ ਪੜ੍ਹੋ, ਜਦੋਂ ਯਾਤਰੂ ਤੁਰ ਕੇ ਆਉਂਦੇ ਸੀ, ਗੁਰੂ ਅਰਜਨ ਸਾਹਿਬ ਆਪ ਉਹਨਾਂ ਦੀਆਂ ਲੱਤਾਂ ਘੁੱਟਦੇ ਰਹੇ ਨੇ, ਉਦੋਂ ਵੱਡੇ ਤਾਂ ਨਹੀਂ ਅਸੀਂ ਹੋਗੇ। ਉਸ ਸੇਵਾ ਨੇ ਗੁਰੂ ਅਮਰਦਾਸ ਸਾਹਿਬ ਨੂੰ ਸਭ ਤੋਂ ਵੱਡੀ ਉਮਰ ਦੇ ਹੋਣ ਦਾ ਗੁਰੂ ਦਾ ਤਾਜ ਬਖਸ਼ਿਆ। 12 ਸਾਲ ਗਾਗਰ ਢੋਣੀ, ਉਹ ਵੀ ਕੁੜਮਾਂ ਦੇ ਦਾ, ਅੱਜ ਵੀ ਆ ਜਾਵੇ ਨਾ ਚਾਹੇ ਨਸ਼ੇੜੀ ਹੋਵੇ, ਸਾਰਾ ਟੱਬਰ ਲੰਬਾ ਪੈ ਜਾਂਦਾ। ਉਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਗੁਰੂ ਨੂੰ ਆਪਣਾ ਦਿਲ ਦਿੱਤਾ, ਅਤੇ ਸਿਰ ਤੋਂ ਮੜਾਸਾ ਨਹੀਂ ਸੀ ਲਾਉਂਦੇ, ਜਦੋਂ ਨਵਾਂ ਮਿਲ ਜਾਂਦਾ ਸੀ ਉੱਪਰ ਬੰਨ ਲੈਂਦੇ ਸੀ। ਯਾਨੀ ਗੁਰੂ ਸਾਹਿਬ ਨੇ ਬਿਨ ਸੇਵਾ ਧਿਰਗ ਹੱਥ ਪੈਰ ਹੋਰ ਨਹੀਂ ਫੁੱਲ ਕਰਨੀ। ਅਸੀਂ ਜਿਹੜੀਆਂ ਬਹੁਤ ਚੰਗੀਆਂ ਗੱਲਾਂ ਸੀ ਸਿੱਖ ਧਰਮ ਦੀਆਂ, ਬਰਾਬਰੀ ਦੀਆਂ, ਹੁਣ ਅੱਜ ਤਾਂ ਅਸੀਂ ਲੰਗਰ ਛਕਣ ਨੂੰ ਸਮਝਦੇ ਵੀ ਅੱਜ ਆਥਣ ਦੀ ਰੋਟੀ ਨਹੀਂ ਲੈਣੀ ਸਾਡੀਆਂ ਮਾਈਆਂ, ਇਹ ਸਮਝਦੀਆਂ। ਉਹਨਾਂ ਦਿਨਾਂ ਦੇ ਵਿੱਚ ਜਦੋਂ ਬ੍ਰਾਹਮਣ ਗਰੀਬ ਦਾ ਪਰਛਾਵਾਂ ਪਾਉਣ ਨੂੰ ਤਿਆਰ ਨਹੀਂ ਸੀ, ਉਹਨਾਂ ਨੂੰ ਇੱਕ ਪੰਗਤ 'ਚ ਬਿਠਾ ਕੇ ਖਵਾਉਣਾ, ਜਿਹਦਾ ਹਿੰਦੂ ਵੀ ਵਿਰੋਧ ਕਰਦੇ ਸੀ, ਅਮੀਰ ਮੁਸਲਮਾਨ ਵੀ ਵਿਰੋਧ ਕਰਦੇ ਸੀ। ਗੁਰੂ ਸਾਹਿਬ ਦੀ ਰਾਜਪੂਤਾਂ ਨਾਲ ਲੜਾਈ ਕੀ ਸੀ? ਉਹ ਤਾਂ ਕਹਿੰਦੇ ਸੀ ਇਕੱਠੇ ਹੋ ਬਾਬਾ ਔਰੰਗਜ਼ੇਬ ਨੂੰ ਢਾਈਏ, ਉਹ ਕਹਿੰਦੇ ਤੂੰ ਆਹ ਪੰਜਾਬੀ 'ਚ ਕਹਿੰਦਾ ਕੋਈ ਬੁਰਾ ਨਾ ਮੰਨੇ ਵੀ ਚੂੜੇ ਤਮਾਰਾਂ ਲਾਈਆਂ ਸੀਮਿਆਂ ਨੂੰ ਲਈ ਬੈਠੇ ਹੈ, ਅਸੀਂ ਰਾਜਪੂਤ ਇਹਦੇ ਨਾਲ ਬੈਠ ਕੇ ਰੋਟੀ ਖਾਣ ਨੂੰ ਤਿਆਰ ਹਾਂ। ਉਹਨਾਂ ਦੇ ਦਿਮਾਗ 'ਚ ਜਾਤ ਪਾਤ ਦਾ ਕੀਲਾ ਫਸਿਆ ਸੀ, ਊਚ ਨੀਚ ਦਾ ਕੀਲਾ ਫਸਿਆ ਸੀ। ਸੋ ਕਹਿਣ ਦਾ ਮਤਲਬ ਆ ਕਿ ਤੁਸੀਂ ਧਾਰਮਿਕ ਕਹਿਣ ਨਾਲ ਧਾਰਮਿਕ ਨਹੀਂ ਬਣਦਾ ਬੰਦਾ, ਜਿੰਨਾ ਚਿਰ ਤੱਕ ਉਹਦੇ 'ਤੇ ਅਮਲ ਨਹੀਂ ਕਰਦਾ। ਗੁਰੂ ਸਾਹਿਬ ਨੇ ਰੰਗਰੇਟੇ ਨੂੰ ਗੁਰੂ ਕਾ ਬੇਟਾ ਕਿਹਾ, ਤੁਹਾਨੂੰ ਪਤਾ ਵੀ ਸਾਰੇ ਗਰੀਬ ਗੁਰੂ ਸਾਹਿਬ ਦੇ ਲੜੇ, ਅਮੀਰ ਤਾਂ ਸਾਰੇ ਜਾਣੀ
ਉੱਥੇ ਦੇ ਪਹਾੜੀ ਰਾਜਾ ਨੇ ਔਰੰਗਜ਼ੇਬ ਦੀ ਸ਼ਰਨ ਲੈ ਲਈ, ਹਾਲਾਂਕਿ ਹਿੰਦੂ ਸੀ। ਬਿਲਕੁਲ ਜੀ, ਠੀਕ ਹੈ ਨਾ। ਇਹਦਾ ਮਤਲਬ ਉਹਨਾਂ ਦੇ ਹਿੱਤ ਕਿਤੇ ਹੋਰ ਸੀ। ਜੀ ਲਓ ਜੀ, ਇੱਕ ਕਾਲਰ ਨੇ ਸਾਡੇ ਨਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਯਾਰ, ਤੇ ਜੀ ਤੁਸੀਂ ਇੱਕ ਸਾਡੇ ਕਾਲਰ ਨੇ ਜੀ ਜਿਹੜੇ ਵਿੱਚ ਹਿੱਸਾ ਵੀ ਲੈਣਾ ਚਾਹੁੰਦੇ ਕਰ ਲੈਣ, ਕੋਈ ਨਾ ਜੀ। ਆਪਣੇ ਕੋਲ ਥੋੜੇ ਜਿਹੇ ਮਿੰਟ ਬਾਕੀ ਨੇ ਜੀ, ਤੇ ਗੱਲਬਾਤ ਥੋੜਾ ਜਿਹਾ ਪੰਜਾਬ ਦੇ ਹਾਲਾਤਾਂ ਦੀ ਆਪਾਂ ਮੁੜ ਕੇ ਆਉਂਦੇ ਹਾਂ। ਹਾਂਜੀ, ਮੈਂ ਇੱਥੇ ਅੱਛਾ ਮੈਂ ਸਾਨਾ ਸਿੰਘ ਇੱਕ ਹਾਂਜੀ ਕਰੋ ਸਾ ਤੁਹਾਨੂੰ ਵੀ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੋਲੀਟੀਕਲ ਹਾਲਾਤ ਆ ਜਾਂ ਜਿੰਨੇ ਵੀ ਅਸੀਂ ਮੁੱਦੇ ਹੁਣ ਤੱਕ ਡਿਸਕਸ ਕੀਤੇ ਆ ਜਾਂ ਕਰਦੇ ਹਾਂ, ਇਹਨਾਂ ਸਾਰੀਆਂ ਗੱਲਾਂ ਦਾ, ਕਿਉਂਕਿ ਤੁਸੀਂ ਯੂਨੀਵਰਸਿਟੀ ਦੇ ਪ੍ਰੋਫੈਸਰ ਹੋ, ਇਹਨਾਂ 'ਚ ਪੜ੍ਹਾਉਂਦੇ ਰਹੇ, ਸਾਹਿਤ ਦੇ ਉੱਤੇ ਕੀ ਅਸਰ ਪੈ ਰਿਹਾ ਪੰਜਾਬੀ ਸਾਹਿਤ ਦੇ ਉੱਤੇ, ਕਵਿਤਾ 'ਤੇ, ਗੀਤ 'ਤੇ, ਜਾਂ ਮਤਲਬ ਕਹਾਣੀ ਲਿਖੀ ਜਾ ਰਹੀ ਹੈ, ਨਾਵਲ ਜਿਹੜਾ ਲਿਖਿਆ ਜਾ ਰਿਹਾ, ਕੀ ਸਾਡੇ ਜਿਹੜੇ ਸਾਹਿਤਕਾਰ ਆ ਉਹ ਸੁਚੇਤ ਰੂਪ ਵਿੱਚ ਕੁਝ ਇਹਨਾਂ ਸਮੱਸਿਆਵਾਂ ਦਾ ਜ਼ਿਕਰ ਜਿਹੜਾ ਉਹ ਕਰ ਰਹੇ ਨੇ ਆਪਣੇ ਸਾਹਿਤ ਦੇ ਵਿੱਚ? ਦੇਖੋ, ਡੇਰਾਵਾਦ ਬਾਰੇ ਕਾਫੀ ਫਿਕਸ਼ਨ ਹੈ ਜਿਹੜੀ ਕਹਾਣੀਆਂ ਨੇ ਹੋਣ ਚਾਹੀਆਂ ਨੇ। ਅਸਲ 'ਚ ਕਵਿਤਾ ਦੇ ਵਿੱਚ ਲੋਕ ਨੇ ਜਿਹੜੇ, ਜਿਵੇਂ ਆਪਾਂ ਪਹਿਲੀ ਧਾਰਾ ਦੇ ਵਿੱਚ ਪਾਸ਼ ਉਦਾਸੀ ਦੀ ਦਿਲ ਦੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਕਵਿਤਾ ਦੇ ਵਿੱਚ ਜਿਹੜਾ ਇਨਕਲਾਬੀ ਉਭਾਰ ਸੀ ਉਹ ਕਾਫੀ ਮੱਠਾ ਪੈ ਗਿਆ। ਹੁਣ ਕਵਿਤਾ ਇੱਕ ਸਵੈ ਸਿਰਜਿਤ ਹੋਂਦ ਦੇ ਦੁਆਲੇ ਜ਼ਿਆਦਾ ਘੁੰਮਣ ਲੱਗ ਗਈ, ਜਾਣੀ ਸਮਾਜਿਕ ਮੁੱਦਿਆਂ ਦੀ ਥਾਂ ਇੱਕ ਤਰ੍ਹਾਂ ਦੇ ਪਰਸਨਲ ਜਿਹੀਆਂ ਕਿਸਮ ਦੀਆਂ ਕਵਿਤਾਵਾਂ ਲਿਖੀਆਂ ਜਾਣ ਲੱਗੀਆਂ। ਜਿਹੜਾ ਜਿੰਨਾ ਚਿਰ ਤੱਕ ਸਰਨਾਰ ਸਿੰਘ ਰਾਜਨੀਤਿਕ ਅਤੇ ਸਮਾਜਿਕ ਲਹਿਰਾਂ ਦਾ ਨਾ ਹੋਣ, ਉਹਨਾਂ ਚਿਰ ਤੱਕ ਤਕੜਾ ਸਾਹਿਤ ਨਹੀਂ ਹੁੰਦਾ। ਔਰ ਸਾਡਾ ਸਾਹਿਤ ਤਾਂ ਹਾਈ ਲਹਿਰਾਂ ਦਾ ਸਾਹਿਤ, ਜੇ ਭਗਤੀ ਲਹਿਰ ਨਾ ਹੁੰਦੀ ਗੁਰੂ ਨਾਨਕ ਸਾਹਿਬ ਤਾਂ ਕਬੀਰ ਨਾ ਹੁੰਦੇ, ਠੀਕ ਹੈ ਨਾ। ਉਦੋਂ ਬਾਅਦ ਮੁਗਲਾਂ ਦਾ ਜ਼ੁਲਮ ਨਾ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖ ਲਹਿਰ ਨਾ ਹੁੰਦੀ। ਜੇ ਗਦਰ ਪਾਰਟੀ ਸੀ ਤਾਂ ਇੰਪੀਰੀਅਲਿਜ਼ਮ ਸੀ ਨਾਲ, ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ ਤਾਂ ਖੱਬਾ ਪੱਖ ਨਾਲ ਸੀਗਾ, ਉੱਧਰ ਜ਼ਬਰ ਸੀ ਅਤੇ ਉੱਧਰ ਉਹਦਾ ਵਿਰੋਧ ਸੀ। ਜੇ ਇੰਪੀਰੀਅਲਿਜ਼ਮ ਨਾ ਹੁੰਦਾ ਕੋਈ ਭਗਤ ਸਿੰਘ ਅਤੇ ਊਧਮ ਸਿੰਘ ਸਰਾਭਾ ਵੀ ਨਾ ਹੁੰਦਾ। ਇਸ ਕਰਕੇ ਭਾਵੇਂ ਨਕਸਲਵਾੜੀ ਲਹਿਰ ਹੈ, ਭਾਵੇਂ ਸਿੱਖ ਲਹਿਰ ਹੈ, ਭਾਵੇਂ ਭਗਤੀ ਲਹਿਰ ਹੈ, ਪੰਜਾਬ ਦਾ ਸਾਹਿਤ ਲਹਿਰਾਂ ਦਾ ਸਾਹਿਤ ਹੈ ਜਿੰਨਾ ਚਿਰ ਤੱਕ। ਹੁਣ ਕਿਉਂਕਿ ਉੱਥੇ ਕੋਈ ਲਹਿਰ ਨਹੀਂ, ਇੱਕ ਤਰ੍ਹਾਂ ਦੀ ਅਰਾਜਕਤਾ ਹੈ, ਅਤੇ ਉਹ ਮੈਨੂੰ ਲੱਗਦਾ ਕਿਸੇ ਨਾ ਕਿਸੇ ਪੱਧਰ 'ਤੇ ਸਾਡੀ ਗਲਪ ਦੇ ਵਿੱਚ, ਸਾਡੀ ਕਵਿਤਾ ਦੇ ਵਿੱਚ। ਹੁਣ ਦੇਖੋ ਤੁਸੀਂ ਜਿਹੜੇ ਆਪਾਂ ਕਹਿ ਸਕਦੇ ਹਾਂ ਸਮਾਜ ਦੇ ਵਿੱਚ ਵਿਵਰਜਿਤ ਰਿਸ਼ਤੇ ਨੇ, ਇਹਨਾਂ 'ਤੇ ਬਹੁਤ ਗੱਲ ਹੋ ਰਹੀ ਹੈ। ਹੁਣ ਕਈ ਬੰਦੇ ਕਹਿਣਗੇ ਜੀ ਵਿਵਰਜਨਾ ਹੈਗੀ, ਉਹ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ, ਮੈਨੂੰ ਪ੍ਰਕਾਸ਼ ਗਾਸੋ ਦੀ ਗੱਲ ਯਾਦ ਆ ਜਾਂਦੀ ਹੈ, ਕਹਿੰਦਾ ਜੇ ਬਨੈਣ ਪਾਰਟੀ ਹੋਵੇ ਫਿਰ ਟੀਵੀ 'ਤੇ ਜਾ ਕੇ ਜ਼ਰੂਰ ਦਿਖਾਉਣਾ ਵੀ ਮੇਰੀ ਬਨੈਣ ਪਾਰਟੀ ਹੋਈ ਹੈ। ਸਮਾਜ 'ਚ ਘਾਟਾਂ ਹੈਗੀਆਂ, ਵਿਵਰਜਿਤ ਰਿਸ਼ਤੇ ਹੈਗੇ। ਕੀ ਲੇਖਕ ਦਾ ਕੰਮ ਫੋਟੋਗ੍ਰਾਫੀ ਹੈ ਵੀ ਵਿਵਰਜਿਤ ਰਿਸ਼ਤਿਆਂ ਦੀ ਫਿਲਮ ਦਿਖਾਉਣੀ ਉਹਨੇ, ਜਾਂ ਉਹਨੇ ਕੋਈ ਬਦਲ ਵੀ ਦੇਣਾ, ਜਾਂ ਉਹਨੇ ਦੱਸਣਾ ਵੀ ਇਹ ਸਮਾਜਿਕ ਨਿਘਾਰ ਹੈ। ਲੇਕਿਨ ਇਹ ਸਮਾਜਿਕ ਨਿਘਾਰ ਬੰਦਿਆਂ ਦੀਆਂ ਛਾਵਾਂ ਕਰਕੇ ਨਹੀਂ ਹੈ, ਇਸ ਸਮਾਜਿਕ ਨਿਘਾਰ ਦੇ ਪਿੱਛੇ ਵੱਡੀਆਂ ਸਮਾਜਿਕ ਸ਼ਕਤੀਆਂ ਕੰਮ ਕਰ ਰਹੀਆਂ, ਜਿਹਨਾਂ ਨੰਗਾ ਕਰਨਾ ਜ਼ਰੂਰੀ, ਜਿਹੜੀਆਂ ਬੰਦੇ ਨੂੰ ਬੰਦਾ ਨਹੀਂ ਸਮਝ ਰਹੀਆਂ, ਬੰਦੇ ਨੂੰ ਮਸ਼ੀਨ ਬਣਾਤਾ, ਬੰਦੇ ਨੂੰ ਪੈਸੇ ਦਾ ਪੁੱਤ ਬਣਾਤਾ, ਬੰਦੇ ਲਈ ਕੋਈ ਰਿਸ਼ਤਾ ਇੰਪੋਰਟੈਂਟ ਨਹੀਂ ਰਿਹਾ। ਇਸ ਕਰਕੇ ਜਿੰਨਾ ਚਿਰ ਤੱਕ ਅਸੀਂ ਬੰਦੇ ਦੀ ਬੰਦਿਆਈ ਨੂੰ ਪੈਸੇ ਤੋਂ ਆਜ਼ਾਦ ਕਰਕੇ, ਬੰਦਾ ਜਿੰਨਾ ਚਿਰ ਤੱਕ ਪੈਸੇ ਦਾ ਮਾਲਕ ਨਹੀਂ ਬਣਦਾ, ਉਹਨਾਂ ਚਿਰ ਤੱਕ ਕੋਈ ਰਿਸ਼ਤਾ ਸੱਚਾ ਅਤੇ ਸੁੱਚਾ ਮਨੁੱਖੀ ਰਿਸ਼ਤਾ ਨਹੀਂ ਹੋ ਸਕਦਾ। ਅਤੇ ਜੇ ਰਿਸ਼ਤੇ ਮਾੜੇ ਨੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਫਿਰ ਮਾੜੇ ਸਾਹਿਤ ਦੇ ਵਿੱਚ ਵੀ ਮਾੜੇ ਹੀ ਪੇਸ਼ ਹੋਣਗੇ। ਲੇਕਿਨ ਲੇਖਕ ਦਾ ਕੰਮ ਨਿਰੀ ਫੋਟੋਗ੍ਰਾਫੀ ਨਹੀਂ ਹੁੰਦਾ, ਉਹਨੇ ਸੱਚ ਨੂੰ, ਕੁੜੱਤਣ ਨੂੰ, ਬੁਰਾਈ ਨੂੰ ਲੈ ਕੇ ਆਉਣਾ। ਲੇਕਿਨ ਲੈ ਕੇ ਆਉਣ ਦੇ ਨਾਲ ਇੱਕ ਆਪਣੇ ਵੱਲੋਂ ਆਪਣੀ ਕਲਪਨਾ ਅਤੇ ਭਵਿੱਖ ਮੁਖੀ ਸੂਝ ਵੀ ਦੇਣੀ ਹੈ ਕਿ ਇਹਦੇ ਵਿੱਚੋਂ ਨਿਕਲਿਆ ਕਿਵੇਂ ਜਾ ਸਕਦਾ। ਤੁਹਾਡਾ ਬਹੁਤ ਵਧੀਆ ਪਾਠ ਹੈ ਜੀ। ਪੰਜਾਬ ਦਾ ਤਾਂ ਖਾਸ ਤੌਰ 'ਤੇ ਇਹ ਰਿਹਾ ਵੀ ਲਹਿਰਾਂ ਦੇ ਨਾਲ, ਕਿਉਂਕਿ ਇੰਟਲੈਕਚੁਅਲ ਤਬਕਾ ਹੁੰਦਾ ਇਹਨੂੰ, ਉਂਝ ਵੀ ਦੇਖਿਆ ਜਾਵੇ ਨਾ ਜੀ ਐਜ਼ ਏ ਕਰੈਕਟਰ ਵੀ ਖਾੜਕੂ ਹੈ ਕਿ ਹਾਂ ਇਹ ਖਾੜਕੂ ਹੈ, ਪਰ ਉਦੋਂ ਹੀ ਹੈ ਜਦੋਂ ਕੋਈ ਲਹਿਰਾਂ ਦੇ ਨਾਲ ਨੇ। ਚਾਹੇ ਜੇ ਆਜ਼ਾਦ ਹੋਵੇ ਤਾਂ ਜੋ ਪੈਸਵ ਨੇ ਹੁਣੀ ਗੱਲਾਂ ਕੀਤੀਆਂ ਜੀ, ਪਾਸ਼ਵਾਂ ਦੀ ਗੱਲ ਕੀਤੀ, ਭਗਤ ਸਿੰਘ ਦੀ ਕੀਤੀ, ਹੈ ਨਾ, ਤਾਂ ਉਹਦੇ ਨਾਲ ਮਿਲਦੀ ਜੁਲਦੀ ਮੇਰੀ ਛੋਟੀ ਜਿਹੀ ਨਜ਼ਮ ਇੱਥੇ ਸਾਂਝੀ ਕਰਦੇ, ਜੋ ਤੁਸੀਂ ਵਿਚਾਰ ਗਏ ਤੁਸੀਂ ਵੀ ਥੋੜ੍ਹਾ ਸਾਹ ਲੈ ਲਓ। ਨਾਲੇ ਅਸੀਂ ਪਾਠਕਾਂ ਨੂੰ ਬਹੁਤ ਹੈ, ਤਾਂ ਬਹੁਤ ਛੋਟੀ ਜਿਹੀ ਹੈ ਜਿੱਦੀ, ਪਰ ਮੈਨੂੰ ਲੱਗਦਾ ਕਿ ਜਿਹੜਾ ਵਿਸ਼ਾ ਤੁਸੀਂ ਹੁਣੇ ਜੇ 'ਤੇ ਗੱਲ ਕੀਤੀ ਉਹਦੇ ਨਾਲ ਬਹੁਤ ਮਿਲਦੀ ਜੁਲਦੀ ਗੱਲ ਹੈਗੀ ਆ, ਅਤੇ ਮੈਂ ਚਲੋ ਪੜ੍ਹ ਕੇ ਸੁਣਾ ਦਿੰਦਾ ਨੋਮਲੀ, ਅਤੇ ਮੈਂ ਗਾ ਕੇ ਬੋਲਦਾ ਹਾਂ ਕਿ ਇਹ ਪਾਸ਼ ਉਹਨਾਂ ਨੂੰ, ਭਗਤ ਸਿੰਘ ਹੋਰਾਂ ਨੂੰ, ਜਾਂ ਉਹ ਜਿੰਨੀਆਂ ਸਾਡੇ ਜਿਹੜੇ
ਜਿਨ੍ਹਾਂ ਦੀ ਤੁਸੀਂ ਹੁਣੇ ਗੱਲ ਕੀਤੀ ਉਹਨਾਂ ਨੂੰ ਮੁਖਾਤਬ ਜਿਹੜੇ ਆਦਰਸ਼ ਨੇ ਹਾਂਜੀ ਤੇ ਇਹਦੀ ਇਹ ਇਹਨਾਂ ਨੂੰ ਮੈਂ ਸੂਹੇ ਬੋਲ ਕਹਿੰਦਾ ਵੀ ਇਹ ਸੂਹੇ ਬੋਲ ਹੈ ਜਿਹੜੇ ਹੁਣੇ ਤੁਸੀਂ ਬੋਲ ਕੇ ਹਟੇ ਕਿ ਬੋਲ ਸੂਹੇ ਤੇ ਕੰਮ ਤੇਰੇ ਯਾਦ ਰਹਿਣਗੇ ਬੋਲ ਸੂਹੇ ਤੇ ਕੰਮ ਤੇਰੇ ਯਾਦ ਰਹਿਣਗੇ ਝੱਖੜ ਆਣ ਭਾਵੇਂ ਕਿੰਨੇ ਆਬਾਦ ਰਹਿਣਗੇ ਵਾਹ ਜੀ ਕਿ ਮਹਿਲ ਰੇਤਾ ਦੇ ਉਹਦੇ ਤਾਂ ਮਿਟ ਜਾਣਗੇ ਬੁੰਗੇ ਸਾਡੇ ਸ਼ਹੀਦਾਂ ਦੇ ਸਦਾ ਰਹਿਣਗੇ ਬੁੰਗੇ ਸਾਡੇ ਸ਼ਹੀਦਾਂ ਦੇ ਸਦਾ ਰਹਿਣਗੇ ਕਿ ਤੇਰਾ ਅੱਜ ਚੱਲੇ ਜ਼ੋਰ ਮਾਰੋ ਮਾਰ ਕਰ ਲੈ ਤੇਰਾ ਅੱਜ ਚੱਲੇ ਜ਼ੋਰ ਮਾਰੋ ਮਾਰ ਕਰ ਲੈ ਜੋ ਮਰਨਗੇ ਅੱਜ ਜਿੰਦਾਬਾਦ ਰਹਿਣਗੇ ਵਾਹ ਜੀ ਤੇ ਸਿਰ ਦੇ ਕੇ ਜੋ ਕੱਟ ਦੇ ਜ਼ੁਲਮਾਂ ਦੀ ਫਾਹੀ ਸਿਰ ਦੇ ਕੇ ਜੋ ਕੱਟ ਦੇ ਜ਼ੁਲਮਾਂ ਦੀ ਫਾਹੀ ਨਾਮ ਸਮਿਆਂ ਤੋਂ ਪਾਰ ਉਹ ਸਦਾ ਰਹਿਣਗੇ ਤੇ ਜੋ ਸਮੇਂ ਦੇ ਖਿਡਾਰੀ ਉਹ ਸਮੇਂ ਤੋਂ ਅਗਾੜੀ ਜੋ ਸਮੇਂ ਦੇ ਖਿਡਾਰੀ ਉਹ ਸਮੇਂ ਤੋਂ ਅਗਾੜੀ ਦੇਸ਼ ਕਾਲ ਦੀ ਹੱਦ ਤੋਂ ਆਜ਼ਾਦ ਰਹਿਣਗੇ ਦੇਸ਼ ਕਾਲ ਦੀ ਹੱਦ ਤੋਂ ਆਜ਼ਾਦ ਰਹਿਣਗੇ ਬੋਲ ਸੂਹੇ ਤੇ ਕੰਮ ਤੇਰੇ ਯਾਦ ਰਹਿਣਗੇ ਝੱਖਣ ਆਉਣ ਭਾਵੇਂ ਕਿੰਨੇ ਆਬਾਦ ਰਹਿਣਗੇ ਬਹੁਤ ਵਧੀਆ ਦੇਖੋ ਜੀ ਕਵਿਤਾ ਫਿਰ ਮੁੜ ਕੇ ਰਾਜਨੀਤੀ ਨਾਲ ਜੁੜੇ ਜਾਂਦੇ ਆ ਸਾਹਿਤ ਉਹੀ ਹੁੰਦਾ ਕਿੰਨੇ ਬਚਾ ਲਓ ਸਾਹਿਤ ਦੀ ਗੱਲ ਕੀਤੀ ਮੈਂ ਚਲੋ ਸਾਹਿਤ ਦੇ ਰਾਜ ਨੂੰ ਜੋੜ ਕੇ ਦੇਖ ਲੈਂਦੇ ਹਾਂ ਬਿਲਕੁਲ ਬਿਲਕੁਲ ਸੋ ਤੁਸੀਂ ਇਹ ਕੀ ਕਾਰਨ ਮਹਿਸੂਸ ਕਰਦੇ ਹੋ ਜੀ ਜੇ ਮਤਲਬ ਰਾਈਟਰਾਂ ਦੇ ਵਿੱਚ ਜਿਹੜਾ ਇੱਕ ਕਿਸਮ ਦਾ ਇਹ ਜਿਹੜਾ ਇੰਟਰਨੈਸ਼ਨਲੀ ਜਿਹੜਾ ਅੱਜ ਜਿਹੜੀ ਦੌੜ ਹੈ ਮਤਲਬ ਇੰਪਰਲਿਜ਼ਮ ਦਾ ਦੌਰ ਹੈ ਹਰ ਬੰਦਾ ਆਪਣੇ ਆਪ ਨੂੰ ਸੈੱਟ ਹੋਣਾ ਚਾਹੁੰਦਾ ਹੈ ਉਹ ਸਾਹਿਤ ਨੂੰ ਵੀ ਇਸ ਢੰਗ ਨਾਲ ਹੀ ਚਾਹੁੰਦਾ ਵੀ ਜਿੱਥੋਂ ਕੁਛ ਨਾ ਕੁਛ ਉਹਨਾਂ ਦੀ ਆਮਦਨ ਵਾਲੀ ਗੱਲ ਇਸ ਕਿਸਮ ਨਾਲ ਦੇਖ ਰਹੇ ਹਾਂ ਜਿਵੇਂ ਆਪ ਕਹਿੰਦੇ ਜੀ ਸਾਹਿਤ ਆ ਜਾਂ ਸਾਹਿਤਕਾਰ ਇੱਕ ਸ਼ੀਸ਼ੇ ਦੇ ਤੌਰ 'ਤੇ ਹੁੰਦਾ ਸਮਾਜ ਤੋਂ ਅੱਗੇ ਹੁੰਦਾ ਉਹ ਬਹੁਤ ਪਰ ਉਹ ਗੱਲ ਦੇਖਣ 'ਚ ਹੁਣ ਮਿਲ ਨਹੀਂ ਰਹੀ ਇਸ ਟਾਈਮ ਜਾਂ ਅਸਲ 'ਚ ਸਰਦਾਰ ਸਿੰਘ ਮੰਡੀ ਦੀ ਪਕੜ ਹੈ ਜਿਹੜੀ ਮਨੁੱਖ 'ਤੇ ਇੰਨੀ ਜ਼ਿਆਦਾ ਹੋ ਗਈ ਜੀ ਹੁਣ ਮੰਡੀ ਦਾ ਹਮਲਾ ਜਿਹੜਾ ਉਹ ਬਹੁਤ ਸੂਖਮ ਹੋ ਗਿਆ ਬਿਲਕੁਲ ਮੰਡੀ ਤੁਹਾਨੂੰ ਉਵੇਂ ਗੁਲਾਮ ਨਹੀਂ ਕਰਦੀ ਜਿਵੇਂ ਕਿਸੇ ਜ਼ਮਾਨੇ 'ਚ ਇੰਪੀਰੀਅਲਿਜ਼ਮ ਬੂਟਾਂ ਦੇ ਠੁੱਡੇ ਮਾਰ ਕੇ ਕਰਦਾ ਸੀ ਜੀ ਹੁਣ ਤੁਹਾਨੂੰ ਫੜਨ ਦੇ ਲਈ ਉਹਨਾਂ ਨੇ ਬਹੁਤ ਕੀਮਤੀ ਅਤੇ ਸੂਖਮ ਯੰਤਰ ਤਿਆਰ ਕਰ ਲਏ ਐਡਵਰਟਾਈਜ਼ਮੈਂਟ ਪਤਾ ਨਹੀਂ ਲੱਗ ਰਿਹਾ ਜੀ ਅਟਰੈਕਸ਼ਨ ਹੈ ਇਲੈਕਟ੍ਰੋਨਿਕ ਮੀਡੀਆ ਜੀ ਜੀ ਉਹਦੇ ਰਾਹੀਂ ਤੁਹਾਡੀ ਸੋਚ ਹੈ ਜਿਹੜੀ ਬੰਦਾ ਤਾਂ ਸਾਬਣ ਵੀ ਆਪਣੀ ਮਰਜ਼ੀ ਦਾ ਨਹੀਂ ਵਰਤਣ ਜੋਗਾ ਛੱਡਿਆ ਬਿਲਕੁਲ ਉਹਨੂੰ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਂਦਾ ਵੀ ਜਿਹੜਾ ਸਾਬਣ ਕਰੀਨਾ ਕਪੂਰ ਵਰਤਦੀ ਹੈ ਸੁਰਜੀਤ ਸਿੰਘ ਤੂੰ ਉਹ ਵਰਤ ਭਾਈ ਜਿੰਨੀ ਉਹ ਨਿਖਰੀ ਆ ਉਨਾ ਹੀ ਨਿਖਰਾ ਤੂੰ ਨਿਖਰ ਮੇਰੇ ਵਰਗਾ ਪੈਸੇ ਲਾ ਬੈਠਦਾ ਤੇ ਹਾਲ ਤਾਂ ਉਹੀ ਰਹਿਣਾ ਸੋ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਪੂੰਜੀਵਾਦ ਦੀ ਵੱਡੀ ਦੌੜ ਬੰਦੇ ਨੂੰ ਕਾਬੂ ਕਰਨ 'ਚ ਲੱਗੀ ਹੋਈ ਹੈ ਉਹ ਕਾਬੂ ਕਰਨ ਦਾ ਜਿਹੜਾ ਢੰਗ ਹੈ ਉਹ ਪਹਿਲੇ ਢੰਗਾਂ ਤੋਂ ਕਿਤੇ ਜ਼ਿਆਦਾ ਖਤਰਨਾਕ ਅਤੇ ਸੂਖਮ ਹੈ ਤੇ ਸਾਡੇ ਬੰਦੇ ਨੇ ਜਿਹੜੇ ਉਹਨਾਂ ਸੂਖਮ ਢੰਗਾਂ ਨਾਲ ਸੂਖਮ ਲੜਾਈ ਲੜਨ ਦਾ ਕੋਈ ਬੰਨ ਬਹਾ ਬਣਾਉਣ ਦੀ ਖਾਤਰ ਤਿਆਰ ਨਹੀਂ ਸਾਨੂੰ ਉਹਦੀ ਸਮਝ ਵੀ ਨਹੀਂ ਸਾਡੇ ਕੋਲ ਉਹਨੇ ਸਾਧਨ ਵੀ ਨਹੀਂ ਲੇਕਿਨ ਸਾਡੇ 'ਚ ਚੇਤਨਾ ਵੀ ਗਾਇਬ ਹੋ ਜਾਵੇ ਇਹ ਸਾਡੇ ਲਈ ਬਹੁਤ ਉਦਾਸ ਕਰਨ ਵਾਲੀ ਗੱਲ ਹੈ ਕਿਉਂਕਿ ਆਖਿਰ ਸੱਚ ਦਾ ਸੱਚ ਹੀ ਨਿਬੜੇਗਾ ਕੋਈ ਦੇਸ਼ ਨਾ ਵੱਸਦੇ ਝੂਠਿਆਂ ਦੇ ਅਸੀਂ ਤਾਂ ਮਨੁੱਖ ਦੀ ਆਜ਼ਾਦੀ ਲਈ ਮਨੁੱਖ ਦੀ ਕਦੇ ਵੀ ਨਾ ਹਾਰਨ ਵਾਲੀ ਜਿਹੜੀ ਆਤਮਾ ਹੈ ਉਹਦੇ ਲਈ ਸੰਘਰਸ਼ ਕਰਨਾ ਨਾ ਕਿ ਕੁਛ ਆਪਣੇ ਘਰਾਂ ਆਪਣੇ ਬੱਚਿਆਂ ਅਤੇ ਆਪਣੇ ਦੋ ਚਾਰ ਦੋਸਤਾਂ ਲਈ ਕਰਨਾ ਤਾਂ ਕਿ ਧਰਤੀ ਸਾਰੀ ਦੁਨੀਆਂ ਦੇ ਮਨੁੱਖਾਂ ਦੇ ਰਹਿਣ ਲਈ ਭੱਟੀ ਸਾਹਿਬ ਵਾਪਸ ਆਉਂਦੇ ਜੀ ਸਾਡੇ ਨਾਲ ਕਾਲਰ ਜੁੜੇ ਨੇ ਜੀ ਬਹੁਤ ਬਹੁਤ ਹੈਲੋ ਜੀ ਸਵਾਗਤ ਹੈ ਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਬੰਦਿਆਂ ਨੂੰ ਅਪਰਚੁਨਿਟੀ ਨੀ ਮਿਲ ਰਹੀ ਉੱਥੇ ਜਿੰਨੀਆਂ ਵੀ ਆਪਣਾ ਪਾਰਟੀਆਂ ਚਾਹੇ ਆਪਣਾ ਐਸ ਏ ਡੀ ਹੋ ਗਈ ਚਾਹੇ ਕਾਂਗਰਸ ਹੋ ਗਿਆ ਉਹ ਬੜੀ ਬੜੀਆਂ ਪਾਰਟੀਆਂ ਆਪਣਾ ਆਪਣਾ ਚਲੋ ਹਾਵੀ ਹੋ ਰਹੀਆਂ ਜੇ ਉਹ ਸਭ ਆਪਣੇ ਜਿਹੜੇ ਨਵੇਂ ਬੰਦੇ ਆ ਆਪਣੇ ਜਿਹੜੇ ਪਿੰਡਾਂ ਦੇ ਨਿਆਣੇ ਪੜ੍ਹ ਰਹੇ ਆ ਇੰਨੀ ਮਿਹਨਤ ਕਰ ਰਹੇ ਆ ਤੇ ਬੰਦੇ ਉਹ ਉਸ ਲਾਈਨ ਵੱਲ ਨਹੀਂ ਜਾ ਰਹੇ ਆ ਆਉਣ ਉਹ ਕੀ ਕਹਿੰਦੇ ਆਪਣਾ ਕੀ ਹੋ ਰਿਹਾ ਤੇ ਇਹ ਉਸ ਸੋਚ ਨੂੰ ਥੋੜ੍ਹਾ ਚੇਂਜ ਕਰਨ ਦੀ ਲੋੜ ਹੈ ਕਿਉਂਕਿ ਪਿੰਡ ਇਹ ਕਿਹੜੇ ਪਿੰਡ ਦੇ ਲੈਵਲ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਆਪਣੇ ਜਿਹੜੇ ਇੰਨੇ ਬੰਦੇ ਬਾਹਰ ਆਏ ਆ ਪਿੰਡਾਂ ਦੇ ਆਪਣਾ ਕਹਿੰਦੇ ਬਾਹਰ ਕਿਹਨੇ ਬਿਲਕੁਲ ਸਹੀ ਗੱਲ ਆ ਹਿਸਾਬ ਨਾਲ ਬੰਦੇ ਪਿੱਛੇ ਜਾ ਕੇ ਆਪਣਾ ਉਹ ਬੰਦੇ ਜਿਹੜੇ ਵੀ ਆਪਣੇ ਸਟੂਡੈਂਟ ਪੜ੍ਹ ਰਹੇ ਆ ਪਿੱਛੇ ਉਹ ਇਸ ਲਾਈਨ ਵਿੱਚ ਪੋਲੀਟੀਕਲ ਲਾਈਨ ਵਿੱਚ ਜਾਣਾ ਚਾਹੁੰਦੇ ਆ ਇੰਨੇ ਵਿੱਚ ਜਾਣਾ ਨਹੀਂ ਚਾਹੁੰਦੇ ਆ ਉਸ ਲੈਵਲ ਤੇ ਇੱਕਦਮ ਸੋਚ ਬਿਲਕੁਲ ਨਾ ਇੱਕ ਤਰ੍ਹਾਂ ਨਾਲ ਕਹਿੰਦੇ ਸੈੱਟ ਹੋਈ ਹੈ
ਬਿਲਕੁਲ ਠੀਕ ਹੈ। ਅਸਲ ਤੇ ਸਾਨੂੰ ਸਮਝਣ ਦੀ ਲੋੜ ਹੈ ਕਿ ਪਾਰਟੀਆਂ ਭਰਾਵੋ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਨ ਲਈ ਨਹੀਂ ਪੈਦਾ ਹੋਈਆਂ, ਪਾਰਟੀਆਂ ਲੋਕਾਂ ਨੂੰ ਵਰਤਣ ਲਈ ਪੈਦਾ ਹੋਈਆਂ ਨੇ। ਜੀ ਜੀ। ਜਿੰਨਾ ਚਿਰ ਤੱਕ ਵਰਤਣ ਅਤੇ ਹਿੱਤ ਦਾ ਫਰਕ ਨਹੀਂ ਸਾਨੂੰ ਪਤਾ ਲੱਗੂ, ਉਹਨਾਂ ਚਿਰ ਤੱਕ ਅਸੀਂ ਇਸ ਜਿਲ੍ਹਣ 'ਚੋਂ ਨਿਕਲ ਨਹੀਂ ਸਕਾਂਗੇ। ਹੁਣ ਜਿਹੜੇ ਬੰਦੇ ਧਰਮ ਦੇ ਨਾਂ 'ਤੇ ਸਿਆਸਤ ਕਰਦੇ ਨੇ, ਜੇ ਭਰਾਵੋ 90 ਸਾਲਾਂ 'ਚ ਫਿਰ ਧਰਮ ਦੀ ਹਾਲਤ ਇਹ ਹੋ ਗਈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਰਕੇ ਵੀ ਪਾੜਨ ਦੇ ਰਾਹ ਪਾ ਲਏ ਲੋਕ, ਤਾਂ ਫਿਰ ਧਰਮ ਦੀ ਕੀ ਸੇਵਾ ਕੀਤੀ? ਜੇ ਰਾਜਨੀਤੀ ਦੀ ਸੇਵਾ ਕੀਤੀ ਤਾਂ ਇੱਕ ਪਾਸੇ ਤਾਂ ਕਿਸਾਨ ਨੂੰ ਅੰਨਦਾਤਾ ਕਹਿੰਦੇ ਨੇ, ਦੂਜੇ ਪਾਸੇ ਤੁਸੀਂ ਹੁਣੇ ਪੜ੍ਹ ਕੇ ਹਟਿਓ ਦਿੱਲੀ ਕਿ ਜੇ ਉਹ ਟਰੈਕਟਰ ਟਰਾਲੀਆਂ ਸੜਕ 'ਤੇ ਨਾ ਲਾਉਂਦੇ ਉਹਨਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਸੀ। ਤਾਂ ਕਹਿਣ ਦਾ ਮਤਲਬ ਹੈ ਕਿ ਰਾਜਨੀਤਿਕ ਲੋਕਾਂ ਦੀ ਕਹਿਣੀ ਨਾਲੋਂ ਸਾਨੂੰ ਇਹ ਦੇਖਣ ਦੀ ਲੋੜ, ਸਿੱਧੀ ਜਿਹੀ ਗੱਲ ਹੈ ਭਰਾਵੋ, ਖੇਤੀ ਸੈਕਟਰ ਦਾ ਮੁੱਲ ਕਾਰਪੋਰੇਟ ਸੈਕਟਰ ਦੇ ਸਾਹਮਣੇ ਅੱਜ ਕੁਛ ਨਹੀਂ, ਜਿਹਦਾ ਅੱਜ ਕਈ ਹਜ਼ਾਰ ਕਰੋੜ ਰੁਪਈਏ ਦੀ ਟਰਨਓਵਰ ਹੈ, ਉਹ ਇੱਕ ਪੰਜਾਬ ਵਰਗੇ ਤਾਂ ਮਤਲਬ ਸਾਰੀ ਸਟੇਟ ਨੂੰ ਇੱਕ ਬੰਦਾ ਖਰੀਦ ਸਕਦਾ ਇਸ ਵੇਲੇ ਹਿੰਦੁਸਤਾਨ ਦਾ ਸਣੇ ਜ਼ਮੀਨ, ਤਾਂ ਉਹ ਤੋਂ ਪੈਸੇ ਉੱਥੋਂ ਲੈਣਗੇ, ਮੀਡੀਆ ਉਹਨਾਂ ਦਾ, ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਦੇ ਲਈ ਪ੍ਰਚਾਰ ਉਹਨਾਂ ਦਾ, ਟੀ ਵੀ ਉਹਨਾਂ ਦੇ, ਅਖਬਾਰ ਉਹਨਾਂ ਦੇ। ਸਾਨੂੰ ਤਾਂ ਸਿਰਫ ਵੋਟ ਪਾਉਣ ਵਾਲੀਆਂ ਲੋਥਾਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ, ਜਿਹਦੇ ਕਰਕੇ ਕਿਸਾਨੀ ਨੂੰ ਬੜਾ ਵੱਡਾ ਵਹਿਮ ਹੈ। ਮਨ ਸਨਾਰ ਸਿੰਘ, ਸਾਡੀ ਕਿਸਾਨੀ ਲੜ ਰਹੀ ਹੈ, ਸਾਡੇ ਮੁੱਲ ਵਧਾਓ ਜੀ, ਵਧਾ ਦੇਣਗੇ, ਫਿਰ ਤੁਸੀਂ ਖਾਦ ਘਰੇ ਪੈਦਾ ਕਰਨ ਲੱਗ ਜਾਓਗੇ, ਬਿਜਲੀ ਘਰੇ ਪੈਦਾ ਕਰ ਲਓਗੇ, ਪੈਸਟੀਸਾਈਡ ਘਰੇ ਪੈਦਾ ਕਰ ਲਓਗੇ, ਉਹਨਾਂ ਨੇ ਉਹ ਵਧਾ ਦੇਣੇ ਆ। ਬਿਲਕੁਲ ਬਿਲਕੁਲ। ਇਹ ਚੱਕਰ ਦੇ ਵਿੱਚ ਕਿਸਾਨੀ ਦਾ ਭਲਾ ਮੁੱਲ ਵਧਾਉਣ ਦੇ ਵਿੱਚ ਜਾਂ ਮਾਰਕੀਟ ਨੂੰ ਇੰਪਰੂਵ ਕਰਨ ਦੇ ਵਿੱਚ ਜਿਹੜੇ ਲੋਕ ਦੇਖਦੇ ਆ, ਉਹ ਜ਼ਿੰਦਗੀ ਦੀ ਰਿਐਲਿਟੀ ਨੂੰ ਬਹੁਤ ਥੋੜ੍ਹੇ ਦਸਾਦੇ ਤੱਕ ਦੇਖ ਰਹੇ ਨੇ। ਇਹਦੀਆਂ ਤਾਂ ਬਿਮਾਰੀਆਂ ਉੱਥੇ ਪਈਆਂ ਨੇ ਜਿੱਥੇ ਮੈਂ ਪਹਿਲਾਂ ਕਹਿ ਕੇ ਗੱਲ ਸ਼ੁਰੂ ਕੀਤੀ ਸੀ ਕਿ ਸਮਾਜਿਕ ਨਾ ਬਰਾਬਰੀ ਦੂਰ ਨਹੀਂ ਹੋਣੀ ਜਿੰਨਾ ਚਿਰ ਤੱਕ ਇਸ ਢਾਂਚੇ ਨੂੰ ਲੋਕ ਇਨਕਲਾਬੀ ਢੰਗ ਨਾਲ ਬਦਲਦੇ ਨਹੀਂ, ਅਤੇ ਸਾਡੀ ਜਿਹੜੀ ਵੋਟ ਪੋਲੀਟਿਕਸ ਹੈ ਇਹ ਲੋਕਾਂ ਨੂੰ ਜ਼ਹਿਰ ਵੰਡਣ 'ਤੇ, ਧਰਮ ਦੇ ਨਾਂ 'ਤੇ ਵੰਡਣ 'ਤੇ, ਜਾਤ ਦੇ ਨਾਂ 'ਤੇ ਵੰਡਣ 'ਤੇ, ਇਲਾਕੇ ਦੇ। ਹੁਣ ਪੰਜਾਬ ਹੈ, ਤੁਸੀਂ ਦੇਖੋ ਪਾਣੀ ਦਾ ਅਸੀਂ ਕੀ ਹਾਲ ਕੀਤਾ। ਪੰਜਾਬ ਜੀ ਅੰਨਦਾਤਾ ਹੈ, ਬਿਲਕੁਲ ਅੰਨਦਾਤਾ ਜੀ, ਅਤੇ ਚਾਵਲ ਮਦਰਾਸੀ ਖਾਂਦੇ ਆ, ਯੂਪੀ ਖਾਂਦੀ ਹੈ, ਉੜੀਸਾ ਖਾਂਦਾ, ਪੈਦਾ ਅਸੀਂ ਕਰਦੇ ਹਾਂ, ਇੱਕ ਕਿਲੋ ਚਾਵਲ ਪੈਦਾ ਕਰਨ ਦੇ ਲਈ ਕਈ ਟਨ ਪਾਣੀ ਅਸੀਂ ਵਹਾ ਦਿੰਦੇ ਹਾਂ, ਉਹ ਪਾਣੀ ਤਾਂ ਪੰਜਾਬ ਦਾ ਨਾ, ਤੁਸੀਂ ਪੜ੍ਹਿਆ ਤਕਰੀਬਨ 90% ਪਾਣੀ ਹੈ ਜਿਹੜਾ ਸਾਡਾ ਖਤਮ ਹੈ, 10-20 ਸਾਲ ਦੀ ਖੇਡ ਹੈ ਮਸਾਂ, ਅਤੇ ਨਹਾਉਣ ਨੂੰ ਤਰਸਿਆ ਕਰਨਗੇ ਪੰਜਾਬੀ। ਹੁਣ ਇਹ ਚੀਜ਼ਾਂ ਜੇ ਅਸੀਂ ਪਹਿਲਾਂ ਸੋਚੀਆਂ ਹੁੰਦੀਆਂ ਕਿ ਸਾਡਾ ਖੇਤੀ ਦਾ ਪੈਟਰਨ ਕੀ ਹੋਵੇ, ਸਾਡਾ ਪਾਣੀ ਹੈ ਜਿਹੜਾ ਅਸੀਂ ਮੁਫ਼ਤ ਦੇ ਰਹੇ ਹਾਂ ਰਾਜਸਥਾਨ, ਡਾਕਟਰ ਗਾਂਧੀ ਠੀਕ ਕਹਿੰਦਾ ਵੀ ਇਹਨਾਂ ਤੋਂ ਪੈਸੇ ਲਾਓ, 50 ਸਾਲਾਂ ਦੇ ਪੈਸੇ ਇਹਨਾਂ ਵੱਲ ਜਿਹੜੇ ਗਏ ਹੋਏ ਨੇ ਮੁਫ਼ਤ ਦੇ, ਪਾਣੀ ਸਾਡਾ ਉਹ ਰਿਪੇਰੀਅਨ ਸਟੇਟ ਨਹੀਂ ਹੈ, ਸਾਡੇ ਨਾਲ ਲੱਗਦੇ ਨਹੀਂ, ਠੀਕ ਹੈ ਨਹੀਂ, ਸਾਡਾ ਪਾਕਿਸਤਾਨ ਦਾ ਸਾਡੇ ਨਾਲ ਹੱਕ ਬਣਦਾ ਕਿਉਂਕਿ ਸਾਂਝਾ ਸੀ ਸਾਡਾ ਮੁਲਕ, ਹਰਿਆਣੇ ਨਾਲ ਸਾਡਾ ਕੁਛ ਨਹੀਂ ਲੱਗਦਾ। ਤਾਂ ਕਹਿਣ ਦਾ ਮਤਲਬ ਕਿ ਮੁੱਦੇ ਇੱਕ ਦੂਜੇ ਦੇ ਖਿਲਾਫ਼ ਖੜ੍ਹੇ ਕਰੀ ਜਾਣੇ ਆ, ਪੰਜਾਬ ਨੂੰ ਹਰਿਆਣੇ ਨਾਲ ਲੜਾ ਦਿਓ, ਹਰਿਆਣੇ ਨੂੰ ਹਿਮਾਚਲ ਨਾਲ ਲੜਾ ਦਿਓ, ਅਤੇ ਮੀਂਹ ਵੇਲੇ ਤੁਸੀਂ ਕਰਕੇ ਹੈਲੀਕਾਪਟਰ ਭੇਜ ਕੇ ਫੋਟੋਆਂ ਲਹਾਓ। ਪਿਛਲੇ 90 ਸਾਲਾਂ 'ਚ ਸਾਤੋਂ ਇਹੀ ਪ੍ਰੋਬਲਮ ਹੱਲ ਨਹੀਂ ਹੋਈ ਕਿ ਲੋਕ ਹੜ੍ਹ 'ਚ ਆਉਂਦੇ ਅਤੇ ਮਰਦੇ ਆ। ਜੀ, ਦਾ ਮਤਲਬ ਆ ਵੀ ਆਪਾਂ ਵੋਟ ਪੋਲੀਟਿਕਸ ਨਾਲ, ਪਾਰਟੀ ਪੋਲੀਟਿਕਸ ਨਾਲ, ਬੁਰਜਵਾ ਪਾਰਟੀਆਂ ਨੇ ਮੁਲਕ ਦਾ ਕੋਈ ਭਲਾ ਨਹੀਂ ਕਰਨਾ, ਨਾ ਅੱਜ ਤੱਕ ਹੋਇਆ। ਜੀ, ਸਾਡੇ ਕੋਲ 2 ਮਿੰਟ ਰਹਿੰਦੇ ਜੀ, ਅਤੇ ਤੁਹਾਡਾ ਕੋਈ ਸਵਾਲ ਹੋਵੇ ਜੀ, ਆਖਰੀ 2 ਮਿੰਟ ਬਾਅਦ ਅਸੀਂ ਸਾਡਾ ਜਿਹੜਾ ਟਾਈਮ ਹੈ ਜੀ ਉਹ ਫਿਰ ਹੋਰ ਇੱਦੋਂ ਐਕਸਟਰਾ ਨਹੀਂ ਹੈਗਾ, ਇੱਕ ਵਾਰ ਪ੍ਰੋਗਰਾਮ ਰੋਕਾਂਗੇ ਜੀ। ਕੋਈ ਤੁਹਾਡਾ ਸਵਾਲ ਜਾਂ ਆਖਰ 'ਚ ਕੀ ਦਰਸ਼ਕਾਂ ਨੂੰ ਕੁਛ ਕਹਿਣਾ ਚਾਹੁੰਦੇ ਹੋ? ਮੈਂ ਦਰਸ਼ਕਾਂ ਨੂੰ ਤਾਂ ਕੀ ਕਹਿਣਾ, ਦਰਸ਼ਕਾਂ ਨੇ ਬਹੁਤ ਵਧੀਆ ਅੱਜ ਰਿਸਪੋਂਸ ਦਿੱਤਾ ਅੱਜ ਦੇ ਇਸ ਪ੍ਰੋਗਰਾਮ 'ਚ, ਤੁਹਾਡੇ ਨਾਲ ਔਜਲਾ ਸਾਹਿਬ ਚੇਤਨਾ ਪ੍ਰੋਗਰਾਮ ਦੇ ਵਿੱਚ, ਔਰ ਸਾਡੇ ਦਰਸ਼ਕ ਤਾਂ ਵੈਸੇ ਬਹੁਤ ਚੇਤਨ ਨੇ, ਔਰ ਉਹਨਾਂ ਨੇ ਬਹੁਤ ਵਧੀਆ ਰਿਸਪੋਂਸ ਜਿਹੜਾ ਡਾਕਟਰ ਸਾਹਿਬ ਦੀ ਗੱਲਬਾਤ ਨੂੰ ਦਿੱਤਾ, ਉਹਨਾਂ ਨੇ ਗੱਲਬਾਤ ਸੁਣੀ ਹੈ। ਮੈਨੂੰ ਲੱਗਦਾ ਹੋ ਸਕਦਾ ਹੋਰ ਵੀ ਬਹੁਤ ਸਾਰੇ ਕਾਲਰ ਜਿਹੜੇ ਉਹ ਕਾਲ ਕਰਨਾ ਚਾਹੁੰਦੇ ਹੋਣ, ਪਰ ਡਾਕਟਰ ਸਾਹਿਬ ਦੀ ਗੱਲ ਇੰਨੀ ਇੰਟਰਸਟਿੰਗ ਅਤੇ ਇੰਪੈਕਟ
ਅਗਰੈਸਿਵ ਸੀਗੀ ਕਿ ਸ਼ਾਇਦ ਉਹ ਇਹ ਸਮਝਦੇ ਰਹੇ ਕਿ ਮਤਲਬ ਇਹਨਾਂ ਦੀ ਗੱਲ ਹੋਰ ਸੁਣਦੇ ਰਹੀਏ। ਕਈ ਵਾਰੀ ਨਾਟਕ ਦੀ ਤਰ੍ਹਾਂ ਹੁੰਦਾ ਜੀ, ਆਪਾਂ ਹੁੰਦਾ ਵੀ ਤਾੜੀ ਨਾ ਮਾਰੀਏ ਵੀ ਸੀਨ ਨਾ ਖੁੰਝ ਜਾਵੇ। ਹਾਂਜੀ ਹਾਂਜੀ, ਉਹਨਾਂ ਨੇ ਮਤਲਬ ਉਹਨੂੰ ਵਿੱਚੋਂ ਬੰਦ ਨਹੀਂ ਕਰਨਾ ਚਾਹਿਆ ਜਾਂ ਟੋਕਰਾ ਦੀ ਮਤਲਬ ਇੰਟਰਪਟ ਨਹੀਂ ਕਰਨਾ ਚਾਹਿਆ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਦਰਸ਼ਕਾਂ ਨੇ ਜਿਹੜੀਆਂ ਗੱਲਾਂ ਬਹੁਤ ਹੀ ਧਿਆਨ ਨਾਲ ਸੁਣੀਆਂ। ਅਸੀਂ ਸਾਰੇ ਦਰਸ਼ਕਾਂ ਦਾ ਔਰ ਤੁਹਾਡਾ ਚੇਤਨਾ ਪ੍ਰੋਗਰਾਮ ਦਾ ਬਹੁਤ ਨਾਰ ਸਿੰਘ ਉਹਨਾਂ ਦਾ ਧੰਨਵਾਦ ਹੈ ਜੀ। ਜੀ ਡਾਕਟਰ ਸਾਹਿਬ, ਕੋਈ ਆਖਰ 'ਚ ਕੋਈ ਤੁਹਾਨੂੰ ਲੱਗਦਾ ਹੋਵੇ ਕੋਈ? ਮੈਂ ਸਾਰੇ ਪੰਜਾਬੀ ਪ੍ਰਵਾਸੀ ਦੋਸਤਾਂ ਨੂੰ ਕਹਿਣਾ ਚਾਹੁੰਦਾ ਕਿ ਭਾਵੁਕ ਨਾ ਹੋਇਆ ਕਰੋ। ਮੈਨੂੰ ਪਤਾ ਇੱਥੇ ਆਪ ਪਾਰਟੀ ਨੂੰ ਵੀ ਬਥੇਰੇ ਲੋਕਾਂ ਨੇ ਫੰਡ ਭੇਜੇ ਨੇ। ਤੁਹਾਡਾ ਇੱਕ ਰਾਜਨੀਤਿਕ ਹੱਕ ਹੈ ਕਿਸੇ ਨੂੰ ਸਪੋਰਟ ਕਰਨੇ, ਪਰ ਆਪਾਂ ਐਵੇਂ ਕਈ ਵਾਰ ਬਿਨਾਂ ਪਾਣੀ ਤੋਂ ਮੌਜੇ ਲਾ ਲੈਂਦੇ ਹਾਂ। ਚੀਜ਼ਾਂ ਨੂੰ ਹੌਲੀ ਹੌਲੀ ਦੇਖਿਆ ਕਰੋ ਅਤੇ ਉਹਨਾਂ ਬਾਰੇ ਹੌਲੀ ਹੌਲੀ ਫੈਸਲੇ ਕਰਿਆ ਕਰੋ। ਚੰਗੀ ਗੱਲ ਹੈ ਤੁਹਾਡੀ ਪੰਜਾਬ 'ਚ ਦਿਲਚਸਪੀ ਹੈ, ਅਸੀਂ ਇੱਕ ਮੈਚ ਕਰਾਉਂਦੇ ਹਾਂ ਉੱਥੇ ਡਿੱਗੀਆਂ 'ਚ ਸ਼ਰਾਬਾਂ ਰੱਖ ਕੇ ਹਜ਼ਾਰਾਂ ਰੁਪਈਏ ਖਰਾਬ ਕਰ ਦਿੰਦੇ ਹਾਂ। ਉਹਦੀ ਥਾਂ 'ਤੇ ਜੇ ਅਸੀਂ ਚੰਗੇ ਸਕੂਲਾਂ ਵੱਲ ਧਿਆਨ ਦੇਈਏ, ਲੋਕਾਂ ਨੂੰ ਚੰਗੀ ਸਿਹਤ ਵੱਲ ਧਿਆਨ ਦੇਈਏ, ਮੈਡੀਕਲ ਕੈਂਪ ਲਵਾ ਕੇ, ਗਰੀਬ ਐਸੇ ਲੋਕ ਨੇ ਪੰਜਾਬ 'ਚ ਐਨਕ ਨਹੀਂ ਲਵਾ ਸਕਦੇ, ਇਹਨਾਂ ਮਸਲਿਆਂ ਵੱਲ ਧਿਆਨ ਦਵਾਈਏ। ਮੈਂ ਕਬੱਡੀ ਦੇ ਵਿਰੁੱਧ ਨਹੀਂ, ਮੈਂ ਗੇਮ ਦੇ ਵਿਰੁੱਧ ਨਹੀਂ, ਮੈਂ ਸਪੋਰਟਸ ਦੇ ਵਿਰੁੱਧ ਨਹੀਂ, ਪਰ ਮਹਿਜ਼ ਇੱਕ ਦੋ ਚਾਰ ਦਿਨਾਂ ਦੀ ਈਵੈਂਟ ਦੇ ਲਈ ਅਸੀਂ ਸਾਰੀ ਤਾਕਤ ਉੱਥੇ ਲਾ ਦਈਏ, ਉਹਦੀ ਥਾਂ 'ਤੇ ਲੰਬੇ ਸਮੇਂ ਲਈ ਸਮਾਜ ਨੂੰ ਲਾਭ ਪਹੁੰਚਾਉਣ ਵਾਲੀਆਂ ਚੀਜ਼ਾਂ। ਜੀ ਡਾਕਟਰ ਸਾਹਿਬ, ਮੈਂ ਇਹ ਵੀ ਕਹਿਣਾ ਚਾਹਾਂਗਾ ਜੀ, ਕਈ ਵਾਰੀ ਲੋਕ ਵੀਡੀਓ ਪਾ ਦਿੰਦੇ ਜੀ ਉੱਥੇ ਫੇਸਬੁੱਕ 'ਤੇ, ਉਹ ਲੱਖਾਂ ਰੁਪਈਆ ਇਕੱਠਾ ਕਰਕੇ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਵਿਚਾਰੇ ਉਹਦੇ ਤੱਕ ਜਾਂਦਾ ਹੀ ਨਹੀਂ। ਮੈਂ ਚਾਹੁੰਦਾ ਕਿ ਲੋਕ ਆਪੋ ਆਪਣੇ ਪਿੰਡ ਦੇ ਵਿੱਚ ਕੋਸ਼ਿਸ਼ ਕਰਨ, ਜਿਹਨੂੰ ਤੁਸੀਂ ਜਾਣਦੇ ਹੋ ਡਾਇਰੈਕਟ ਪੈਸੇ ਭੇਜੋ ਜੇ ਕੋਈ ਹੈਲਪ ਕਰਨੀ ਚਾਹੁੰਦੇ। ਬਾਕੀ ਰਹੀ ਜੀ ਗੱਲ, ਮੈਂ ਇੱਕੋ ਹੀ ਪੁਆਇੰਟ ਤੁਹਾਡਾ ਲਵਾਂਗਾ, ਗਦਰੀ ਬਾਬਿਆਂ ਵੇਲੇ ਤੋਂ ਲੈ ਕੇ ਇੱਥੇ ਜਿਹੜੀ ਆਜ਼ਾਦੀ ਨੂੰ ਤੁਸੀਂ ਮਾਣਦੇ ਹੋ, ਜੋ ਕੁਝ ਇੱਥੇ ਦੇਖਦੇ ਹੋ ਨਾ, ਉਹ ਸਾਡਾ ਮਨ ਕਰਦਾ ਕਿ ਉੱਥੇ ਵੀ ਲੋਕਾਂ ਨੂੰ, ਉਹਦੇ ਲਈ ਲੋਕ ਭਾਵੁਕਤਾ ਵਿੱਚ ਆ ਕੇ ਵਿਚਾਰੇ ਕੋਸ਼ਿਸ਼ ਕਰਦੇ ਨੇ ਤਾਂ, ਪਰ ਫਿਰ ਲੁੱਟੇ ਜਾਂਦੇ ਆ। ਉਹ ਇਸ ਕਰਕੇ ਇਹਨਾਂ ਦਾ ਵੀ ਕਸੂਰ ਨਹੀਂ, ਤਾਂ ਚਾਹੁੰਦੇ ਵੀ ਜਿਵੇਂ ਅਸੀਂ ਉਰੇ ਹਾਂ ਅਸੀਂ ਬੱਚੇ ਲੈ ਕੇ ਜਾਈਏ, ਆਪ ਜਾਈਏ। ਮੈਂ ਪ੍ਰਵਾਸੀ ਦੋਸਤਾਂ ਦੀ ਇਮਾਨਦਾਰੀ 'ਤੇ ਮੈਨੂੰ ਕੋਈ ਸ਼ੱਕ ਨਹੀਂ ਜੀ ਜੀ। ਮੈਨੂੰ ਪਤਾ ਵੀ ਉੱਥੇ ਲੋਕਾਂ ਨੂੰ ਵਹਿਮ ਹੈ, ਇੱਥੇ ਆ ਕੇ ਜਦੋਂ ਦੇਖੀਦਾ ਨਾਰ ਸਿੰਘ ਕਿਸੇ ਦੋਸਤ ਦਾ ਇੱਕ ਡਾਲਰ ਵੀ ਖਰਚਾਉਣ ਨੂੰ ਮਨ ਨਹੀਂ ਕਰਦਾ। ਬਿਲਕੁਲ, ਬੱਚਿਆਂ ਨੂੰ ਛੱਡ ਕੇ ਸਾਡੀਆਂ ਭੈਣਾਂ ਕੰਮ 'ਤੇ ਜਾਂਦੀਆਂ ਨੇ ਜੀ ਜੀ, ਮਾਂ ਬਾਪ ਨੂੰ ਬੱਚੇ ਸੰਭਾਲ ਕੇ ਕੰਮ 'ਤੇ ਜਾਂਦੀਆਂ ਨੇ। ਉੱਥੇ ਅਸੀਂ ਸੋਨੇ ਦੀਆਂ ਚੂੜੀਆਂ ਵਾਲਾ ਜਿਹੜਾ 5% ਲਾਉਣਾ, ਉਹ ਦਿਮਾਗ ਖਰਾਬ ਕਰ ਦਿੰਦਾ ਵੀ ਪਤਾ ਨਹੀਂ ਉੱਥੇ ਕਿੰਨੇ ਕੁ ਸੌਖੇ ਨੇ। ਲੇਕਿਨ ਮੈਂ ਕਹਿੰਦਾ ਵੀ ਆਪਣੇ ਇਹ ਲਿਆ ਲੈਣੇ 'ਚੋਂ ਮਾਸ ਲਿਆਉਣ ਵਰਗੀ ਗੱਲ ਹੈ, ਇੰਨੀ ਸਖ਼ਤ ਮਨੀ ਕਮਾ ਕੇ ਕਿਸੇ ਗੁਰਦੁਆਰੇ ਡੇਰੇ ਮੈਚ ਨੂੰ ਦੇਣੀ, ਇਹ ਵੀ ਪ੍ਰਵਾਸੀਆਂ ਦਾ ਬਹੁਤ ਵੱਡਾ ਕੰਮ ਹੈ। ਪਰ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ, ਅਸੀਂ ਚਾਹੁੰਦੇ ਹਾਂ ਤੁਹਾਡਾ ਪੈਸਾ ਨਾ ਇਹ ਦਸਾਂ ਨਹਾਉਣ ਦੀ ਨਹੀਂ ਤਾਂ ਬੀਹਾਂ ਨਹਾਉਣ ਦੀ ਕਿਰਤ ਹੈ, ਇਹ ਕਿਸੇ ਠੀਕ ਥਾਂ 'ਤੇ ਲੱਗੇ, ਔਰ ਕੋਈ ਲੋਕ ਤੁਹਾਡੀ ਨੇਕ ਕਮਾਈ ਹੈ ਜਿਹੜੀ ਇਹਦੇ 'ਤੇ ਗੁਲਸ਼ਰੇ ਨਾ ਉਡਾਉਣ, ਇਹਦੇ 'ਤੇ ਰਾਜਨੀਤੀ ਨਾ ਕਰਨ, ਇਹਨੂੰ ਅਪਵਿੱਤਰ ਨਾ ਕਰਨ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਪਿਆਰਾ ਸਿੰਘ ਕੁਦਬਲ ਸਾਹਿਬ, ਤੁਸੀਂ ਸਮਾਂ ਕੱਢਿਆ ਅਤੇ ਗਾਹਾਂ ਨੂੰ ਫਿਰ ਕਦੀ ਕਦੀ ਤੁਹਾਡੇ ਦਰਸ਼ਨ ਕਰਾਉਂਦੇ ਰਹਿਣਾ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਖੁਸ਼ੀ ਹੋਈ। ਮੈਂ ਜੀ ਇਹ ਕਹਿਣਾ ਚਾਹੁੰਦਾ ਵੀ ਅੱਜੇ ਆਏ ਨੇ ਜੀ, ਹਜੇ ਏਅਰਪੋਰਟ ਤੋਂ ਸੁਭਾ ਹੀ, ਅਤੇ ਪਰ ਅਸੀਂ ਇਹਨਾਂ ਨੂੰ ਤਕਲੀਫ ਦਿੱਤੀ, ਇਹਨਾਂ ਨੇ ਵੀ ਸਮਝਿਆ ਕਿ ਜ਼ਰੂਰ ਹੈ, ਗੱਲਬਾਤ ਖੁਸ਼ੀ ਹੁੰਦੀ ਆ ਆਪਣੇ ਭਾਈਚਾਰੇ ਨੂੰ ਮਿਲਣਾ, ਗੱਲ ਕਰਨੀ, ਉਹਨਾਂ ਦੇ ਦੁੱਖ ਸੁੱਖ 'ਚ ਸ਼ਾਮਿਲ ਹੋਣਾ, ਆਪਣੇ ਸਾਰਿਆਂ ਦਾ ਦੁੱਖ ਹੈ। ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜਾ ਹੈ, ਇਹ ਸਾਡਾ ਸਾਰਿਆਂ ਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਮਾਂ ਦੇਣ ਦੇ ਲਈ, ਕਾਲ ਕਰਨ ਦੇ ਲਈ, ਇਨਪੁੱਟ ਪਾਉਣ ਦੇ ਲਈ, ਅਤੇ ਬਾਅਦ ਦੇ ਵਿੱਚ ਵੀ ਤੁਸੀਂ ਕਦੀ ਕਾਲ ਕਰਨੀ ਹੋਵੇ ਕਿਸੇ ਮਸਲੇ ਦੇ ਬਾਰੇ 'ਚ, ਕਿਸੇ ਇਸ਼ੂ ਦੇ ਬਾਰੇ 'ਚ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ। ਮੇਰਾ ਨੰਬਰ ਹੈ 416-7285686। ਅਤੇ ਲਓ ਜੀ, ਅਸੀਂ ਹੁਣ ਕੋਈ ਕਾਲ ਨਹੀਂ ਲੈ ਸਕਦੇ, ਪਲੀਜ਼ ਕਾਲਾਂ ਹੁਣ ਤੁਸੀਂ ਡਰੋਪ ਕਰ ਦਿਓ। ਅਤੇ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਦਿਲੋਂ, ਤੁਸੀਂ ਇੰਨਾ ਸਾਥ ਦਿੰਦੇ ਹੋ। ਆਉਣ ਵਾਲੇ ਐਤਵਾਰ ਨੂੰ ਫਿਰ ਕੋਈ ਵੱਖਰਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।